ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਦੇਖ ਰਹੇ ਤੁਸੀਂ ਤੇ ਜਿਨ੍ਹਾਂ ਨਾਲ ਤੁਹਾਨੂੰ ਮੈਂ ਮਿਲਾਉਣ ਜਾ ਰਹੀ ਹਾਂ ਨਾ, ਉਹਨਾਂ ਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ, ਕਿਉਂਕਿ ਕਹਿੰਦੇ ਜੇ ਤਾਂ ਨਾਂ ਦੱਸਦਾ ਨਾ ਤੇ ਨਬਜ਼ ਰੁਕ ਜੂ। ਮੇਰੇ ਨਾਲ ਨੇ ਬੱਬੂ ਮਾਨ ਜੀ, ਕੀ ਹਾਲ ਚਾਲ ਨੇ? ਵੈਲਕਮ ਟੂ ਪੰਜਾਬੀ ਮੀਨੀਆ। ਸਤਿ ਸ਼੍ਰੀ ਅਕਾਲ ਪੰਜਾਬੀ ਮੀਨੀਆ, ਸਤਿ ਸ਼੍ਰੀ ਅਕਾਲ। ਤੇ ਬੰਜਾਰ ਤੁਸੀਂ ਫਿਲਮ ਲੈ ਕੇ ਆ ਰਹੇ ਹੋ, ਫਿਲਮ ਤੋਂ ਪਹਿਲੇ ਮੈਂ ਪੋਸਟਰ ਦੀ ਗੱਲ ਕਰਾਂ, ਹਰ ਪੋਸਟਰ ਸਾਨੂੰ ਡਿਫਰੈਂਟ ਲੁੱਕ ਦੇਖਣ ਨੂੰ ਮਿਲ ਰਹੀ ਹੈ, ਇਹ ਲੁੱਕ ਦੇ ਪਿੱਛੇ ਕੀ ਰਾਜ਼ ਨੇ? ਤਿੰਨ ਡਿਫਰੈਂਟ ਲੁੱਕਸ। ਕਹਾਣੀ ਦੇਖੋ, ਫਿਲਮ ਦੀ ਕਹਾਣੀ ਹੀਰੋ ਹੁੰਦੀ ਹੈ, ਇਸ ਕਹਾਣੀ 'ਚ ਅਲੱਗ ਅਲੱਗ ਕਿਰਦਾਰ ਹੈ, ਸੋ ਅਲੱਗ ਅਲੱਗ ਕਰੈਕਟਰ ਲੈਣ ਦੀ ਬਜਾਏ ਉਹ ਮੇਰੀ ਜ਼ਿੰਮੇਵਾਰੀ ਲਾਤੀ ਉਹਨਾਂ ਨੇ, ਮੈਂ ਹੀ ਕਰ ਲਿਆ। ਤੇ ਬੱਬੂ ਜੀ, ਜੇ ਆਪਾਂ ਗੱਲ ਕਰੀਏ ਪਿਕਚਰ ਦੀ, ਤੁਸੀਂ ਤਿੰਨ ਜਰਨੀਸ, ਤਿੰਨ ਜਨਰੇਸ਼ਨਸ ਦਿਖਾਈਆਂ ਨੇ ਤੇ ਡਿਫਰੈਂਟ ਟਰੱਕ ਜਰਨੀਸ ਕਰਾਈਆਂ ਨੇ, ਤੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬੀ ਇੰਡਸਟਰੀ ਦੀ ਪਹਿਲੀ ਔਨ ਰੋਡ ਫਿਲਮ ਹੈ ਜਿਹੜੀ ਆਪਾਂ ਕਹਿ ਸਕਦੇ ਹਾਂ, ਹੈ ਨਾ, ਤੇ ਡਿਫਰੈਂਟ ਟ੍ਰੈਂਡ ਵੀ ਕ੍ਰੀਏਟ ਕਰੂਗੀ ਹੈ। ਤੇ ਮੇਰਾ ਤੁਹਾਡੇ ਨਾਲ ਸਵਾਲ ਇਹ ਹੈ ਕਿ ਤੁਸੀਂ ਪਹਿਲੀ ਇੱਕ ਇੰਟੈਲੀਜੈਂਟ ਕਨਸੈਪਟ ਲੈ ਕੇ ਆ ਰਹੇ ਹੋ, ਅੱਜ ਕੱਲ੍ਹ ਦੀ ਜਿਹੜੀ ਪੰਜਾਬੀ ਇੰਡਸਟਰੀ ਹੈ ਉਹ ਜ਼ਿਆਦਾ ਕੋਮੇਡੀ ਪ੍ਰੈਫਰ ਕਰਦੀ ਹੈ, ਤੇ ਤੁਹਾਡੇ ਦੇ ਬਾਰੇ ਕੀ ਕਹਿਣਾ ਹੈ? ਇਹ ਡਿਪੈਂਡ ਕਰਦਾ ਹੈ ਕਿਸ ਤਰ੍ਹਾਂ ਦਾ ਪੈਕੇਜ ਬਣਾਉਣਾ ਹੈ, ਡਾਇਰੈਕਟਰ ਦੀ ਸੋਚ ਤੇ ਖੜਾ ਹੈ, ਕਿਉਂਕਿ ਆਮ ਤੌਰ ਤੇ ਪੈਕੇਜ ਹੁੰਦਾ ਹੈ। ਔਰ ਬਹੁਤੀਆਂ ਜਿਹੜੀਆਂ ਕਾਮੇਡੀ ਫਿਲਮਾਂ ਹੈ ਉਹ ਛੇਤੀ ਕਲਿੱਕ ਕਰ ਜਾਂਦੀਆਂ, ਇਹ ਆਮ ਤੌਰ ਤੇ ਕੀ ਹੁੰਦਾ ਕਿ ਉਹ ਬਿਜ਼ਨਸ ਵਾਈਜ਼ ਕਈ ਵਾਰੀ ਜ਼ਿਆਦਾ ਅੱਗੇ ਲੰਘ ਜਾਂਦੀਆਂ, ਕਿਉਂਕਿ ਪੰਜਾਬੀ ਫਿਲਮਾਂ 'ਚ ਜਿਹੜੇ ਸਾਡੇ ਕਾਮੇਡੀਅਨ ਹੈ ਕਈ ਬੜੇ ਸਟਰੋਂਗ ਕਰੈਕਟਰ, ਜਿੱਦਾਂ ਭੱਲਾ ਜਸਵਿੰਦਰ ਭੱਲਾ ਬੜੇ ਅੱਛੇ ਐਕਟਰ ਹੈ ਨਾ, ਬੀਨੂ ਹੋ ਗਿਆ ਆਪਣਾ, ਰਾਣਾ ਰਣਵੀਰ, ਸੋ ਇਹ ਬੜੀ ਨੈਚੁਰਲ ਜਿਹੀ ਅਦਾਕਾਰੀ ਕਰਦੇ ਆ, ਬਟ ਕਿਉਂਕਿ ਇਹ ਫਿਲਮ ਕਨਸੈਪਟ ਬੇਸਡ ਹੈ, ਇਹਦੇ 'ਚ ਕਾਮੇਡੀ ਹੋਊਗੀ ਬਟ ਇਹਦੀ ਕਹਾਣੀ ਕਾਮੇਡੀ ਉੱਦਾਂ ਦੀ ਹੋਊਗੀ, ਮਤਲਬ ਇਹਦੇ 'ਚ ਪੰਚਿਜ਼ ਨਹੀਂ ਹੋਣਗੇ, ਹਾਂ ਚੱਲਦੇ ਚੱਲਦੇ ਕਾਮੇਡੀ ਹੋ ਜੂਗੀ। ਜਿਵੇਂ ਆਪਾਂ ਫਿਲਮਸ ਦੀ ਗੱਲ ਕਰੀਏ, ਤੁਸੀਂ ਕਿਹੋ ਜਿਹੇ ਪਲੋਟਸ ਪ੍ਰੈਫਰ ਕਰਦੇ ਹੋ, ਕਿਹੜੀ ਮੂਵੀ 'ਚ? ਕਹਾਣੀ ਬੇਸਡ ਸਿਨੇਮਾ ਜ਼ਿਆਦਾ ਪਸੰਦ ਕਰਦੇ, ਕਾਮੇਡੀ ਪ੍ਰੈਫਰ ਕਰਦੇ ਹੋ ਕਿ ਪਲੋਟ ਦੇਖਦੇ ਹੋ? ਸਿਨੇਮੇ ਬਾਰੇ ਨਜ਼ਰੀਆ, ਜਿੱਦਾਂ ਕਾਮੇਡੀ ਫਿਲਮ ਮਾੜੀ ਨਹੀਂ ਹੁੰਦੀ, ਬਹੁਤ ਅੱਛੀ ਹੁੰਦੀ ਹੈ, ਜਿਹੜੀ ਚੀਜ਼ ਪੈਸੇ ਦਿੰਦੀ ਹੈ ਉਹ ਅੱਛੀ ਹੁੰਦੀ ਹੈ। ਮਸਲਾ ਕੀ ਹੈ ਕਿ ਜਿੱਦਾਂ ਮੈਂ ਕਿਰਦਾਰ 'ਚ ਜ਼ਿਆਦਾ ਵਿਸ਼ਵਾਸ ਕਰਦਾ, ਕਾਮੇਡੀ ਸੀਨ ਮੈਨੂੰ ਲੱਗਦਾ ਮੇਰੇ ਤੋਂ ਜ਼ਿਆਦਾ ਅੱਛਾ ਕਾਮੇਡੀਅਨ ਜ਼ਿਆਦਾ ਅੱਛਾ ਕਰ ਸਕਦਾ, ਮੈਂ ਉੱਧਰ ਅਜੇ ਨਾ ਪਾਵਾਂ ਕਿਉਂਕਿ ਮੇਰੇ ਕੋਲ ਅਜੇ ਆਪਸ਼ਨ ਹੈਗਾ ਅਦਾਕਾਰੀ ਕਰਨ ਦਾ, ਸੋ ਮੈਂ ਇਹ ਕਰਾਂ ਤਾਂ ਜ਼ਿਆਦਾ ਬੈਟਰ ਹੈ, ਸੀਰੀਅਸ ਅਦਾਕਾਰੀ। ਤੇ ਜੇ ਆਪਾਂ ਪਿਕਚਰ ਦੀ ਗੱਲ ਕਰੀਏ, ਤੁਸੀਂ ਯਾਰੀ ਦੇ ਤੌਰ 'ਤੇ ਵੀ ਤੁਸੀਂ ਕਿਲ 'ਚ ਦੱਸਿਆ ਸੀ, ਇੱਕ ਯਾਰੀ ਦੇ ਨਾਤੇ ਮੈਂ ਪਾਸ਼ਾ ਜੀ ਦੇ ਖਾਤਰ ਇਹ ਫਿਲਮ ਕੀਤੀ ਹੈ, ਇਹ ਤੁਸੀਂ ਬਹੁਤ ਦੇਰ ਬਾਅਦ ਅਸੈਪਟ ਕੀਤੀ ਸੀ, ਕਿ ਪਿਕਚਰ ਕਦੋਂ ਦੀ ਬਣ ਰਹੀ ਹੈ, ਸਾਨੂੰ ਥੋੜ੍ਹਾ ਦੱਸੋ ਇਹਦੇ ਬਾਰੇ। ਹੁਣ ਤਾਂ ਬਹੁਤ ਸਾਲ ਹੋ ਗਏ ਪਾਸ਼ਾ ਜੀ ਨੂੰ ਲੱਗੇ, 10-12 ਸਾਲ ਹੋ ਗਏ, ਮੈਂ ਤਾਂ ਕਾਫੀ ਪਿਲਾ ਕੇ ਤੋੜ ਦਿੰਦਾ ਸੀ ਵੀ ਛੱਡੋ ਪਾਸ਼ਾ ਜੀ ਛੱਡੋ। ਨਹੀਂ, ਅੱਛੀਆਂ ਕਹਾਣੀਆਂ ਸੁਣਾਉਂਦੇ ਸੀ ਇਹਨਾਂ ਦੀ, ਅੱਛੀਆਂ ਕਹਾਣੀਆਂ ਸੀ, ਪਰ ਪਤਾ ਨਹੀਂ ਮੇਰਾ ਮਨ ਨਹੀਂ ਸੀ ਖੜਦਾ, ਫਿਰ ਜਦੋਂ ਨਾ ਹਟਿਆ ਮੈਨੂੰ ਲੱਗਿਆ ਬੰਦਾ ਵਧੀਆ, ਮੈਂ ਕਿਹਾ ਪਾਸ਼ਾ ਜੀ ਫਿਰ ਇੱਦਾਂ ਕਰਦੇ ਆਪਾਂ ਕਹਾਣੀ 'ਤੇ ਵਰਕ ਕਰਦੇ, ਆ ਜਾਓ ਤੁਸੀਂ ਕੱਲ੍ਹ ਨੂੰ ਆ ਜਾਓ, ਫਿਰ ਇਹ ਕਹਾਣੀ ਨਿਕਲ ਆਈ। ਬੱਬੂ ਜੀ, ਤੁਹਾਡੀ ਕੋ ਐਕਟ੍ਰੈਸਿਸ ਦੀ ਗੱਲ ਕਰੀਏ, ਸ਼ਰਧਾ ਆਰਿਆ ਹੋ ਗਈ, ਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਤਾਂ ਜੀ ਬਹੁਤ ਐਕਸਾਈਟਿਡ ਸੀ ਕੰਮ ਕਰਨ ਲਈ, ਤੁਹਾਡੀ ਗੱਲ ਕਰੀਏ, ਤੁਸੀਂ ਪਹਿਲੇ ਦੇਖਦੇ ਸੀ ਕਿਹੜੀ ਐਕਟ੍ਰੈਸ ਨਾਲ ਕੰਮ ਕਰ ਰਹੇ, ਤੁਹਾਡੇ ਅੰਦਰ ਕਿੰਨੀ ਕੋ ਹੁੰਦੀ? ਇਹਨਾਂ ਨੇ ਫਾਈਨਲ ਕਰਿਆ, ਮੈਂ ਅੱਜ ਤੱਕ ਕਦੇ ਆਪਦੇ ਡਾਇਰੈਕਟਰ ਜਿਹੜੇ ਅਸੀਂ ਆਪਣੇ ਬੈਨਰ 'ਚ ਬਣਾਏ ਹਾਂ, ਮੈਂ ਕਦੇ ਚੂਜ਼ ਨਹੀਂ ਕਰਿਆ ਵੀ ਫਲਾਣੇ ਨੂੰ ਲਓ, ਮੈਨੂੰ ਲੱਗਦਾ ਤਾਂ ਤੁਸੀਂ ਬੈਟਰ ਕਿਉਂਕਿ ਤੁਸੀਂ ਫਿਲਮ ਬਣਾਉਣੀ ਹੈ, ਤਾਂ ਉਹ ਜ਼ਿਆਦਾ ਅੱਛਾ ਲੱਗਦਾ ਡਾਇਰੈਕਟਰ ਕਰਦਾ, ਕੋਈ ਇੱਦਾਂ ਦਾ ਕੁਛ ਨਹੀਂ, ਕਹਿੰਦੇ ਸਾਰੇ ਚੰਗੇ ਆ, ਤੁਸੀਂ ਕਿਸੇ ਨੂੰ ਵੀ, ਬਟ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਲੋਕ ਆਉਣ ਉਹਨਾਂ ਨੂੰ ਵੀ ਚਾਂਸ ਮਿਲੇ। ਤੇ ਗੱਲ ਕਰੀਏ ਰਾਣਾ ਰਣਵੀਰ ਜੀ ਦੀ, ਉਹਨਾਂ ਦਾ ਤੁਹਾਡੇ ਨਾਲ ਇਸ ਵਾਰ ਕਿਹੋ ਜਿਹਾ ਇਕੁਏਸ਼ਨ ਹੈ ਫਿਲਮ 'ਚ? ਰਾਣੇ ਦਾ ਅੱਛਾ ਰੋਲ ਹੈ, ਰਾਣੇ ਦਾ ਚਰਪੀ ਜਿਹਾ ਰੋਲ ਹੈ, ਖੁਸ਼ ਮਿਜਾਜੀ ਦਾ ਰੋਲ ਹੈ ਉਹਦਾ। ਤੇ ਹੁਣ ਆਈਏ ਤੁਹਾਡੇ ਗਾਣਿਆਂ ਦੀ, ਇਸ ਪਿਕਚਰ 'ਚ ਤੁਸੀਂ ਕਿੰਨੇ ਆਪਣੇ ਗਾਣੇ ਕਿੰਨੇ? ਸਾਰੇ ਆਪਣੇ ਹੋਣਗੇ, ਇਹੀ ਤਾਂ ਇੱਕ ਫਿਲਮ ਦੀ ਖਾਸੀਅਤ ਹੈ ਕਿ ਆਪਣੀ ਫਿਲਮ 'ਚ ਆਪਣੇ ਗਾਣੇ ਹੋਣਗੇ। ਤੇ ਗਾਣਿਆਂ ਦਾ ਟੀਜ਼ਰ ਕਦੋਂ ਤੱਕ ਆਉਂਦੇ ਆ? ਰੈਡੀ ਹੈ ਮੇਰੇ ਖਿਆਲ, ਜਦੋਂ ਟੀਵੀ ਵਾਲਿਆਂ ਨੂੰ ਪੈਸੇ ਦੇ ਦੇਣਗੇ ਉਦੋਂ ਸ਼ੁਰੂ ਹੋਣੇ, ਬਸ ਆ ਜਾਣਾ ਅੱਜ ਸ਼ਾਮ ਨੂੰ ਸਾਰੇ ਟੀਵੀ 'ਤੇ। ਤੇ ਹਾਂਜੀ ਜੀ, ਆਖਰੀ ਸਵਾਲ ਜੇ ਆਪਾਂ ਕਰੀਏ, ਬੰਜਾਰੇ ਤੋਂ ਬਾਅਦ ਤੁਸੀਂ ਹੋਰ ਸਾਨੂੰ ਇੰਡਸਟਰੀ 'ਚ ਕਦੋਂ ਦੇਖੋ? ਦੇਖੋ ਕਹਾਣੀਆਂ ਤੇ ਹੈ, ਅਗਲੇ ਮਾਰਚ ਤੋਂ ਬਾਅਦ ਅਸੀਂ ਕੁਛ ਆਪਣੇ ਪ੍ਰੋਡਕਸ਼ਨ ਹਾਊਸ 'ਚ ਬਣਾਵਾਂਗੇ, ਬਟ ਉਹ ਬੜੀਆਂ ਲੀਕ ਤੋਂ ਹਟ ਕੇ ਹੋਣਗੀਆਂ, ਉਹ ਵਪਾਰ ਕਰਦੀਆਂ ਜਾਂ ਨਹੀਂ ਮੈਨੂੰ ਨਹੀਂ ਪਤਾ, ਬਟ ਉਹ ਕਹਾਣੀਆਂ ਹੋਣਗੀਆਂ, ਜਿੱਦਾਂ ਬੰਗਾਲੀ ਸਿਨੇਮਾ ਕੰਟੈਂਟ ਬੇਸਡ, ਕਦੇ ਕਦੇ ਮਰਾਠੀ ਵੀ ਆਉਂਦੀ ਹੈ, ਜਾਂ ਤੁਸੀਂ ਕੋਰੀਅਨ ਸਿਨੇਮਾ ਦੇਖਦੇ ਹੋ, ਮੇਰੀ ਉੱਦਾਂ ਦੀ ਤਮੰਨਾ ਹੈ। ਗਾਣਿਆਂ ਦੀ ਗੱਲ ਕਰੀਏ, ਹੁਣ ਗਾਣੇ ਕਿਹੜੇ ਲਾਈਨ 'ਚ ਨੇ? ਹੋਰ ਕੌਣ ਹੈ ਜਿਹਨੇ ਗਾਣਾ? ਮੈਂ ਹੈ, ਮੇਰੇ ਅੰਦਰ ਹੀ ਗਾਣਾ ਹੈ, ਮੈਂ ਜਦੋਂ ਬੋਲੂੰਗਾ ਤਾਂ ਗੀਤ ਹੀ ਗਾਊਂਗਾ। ਗਾਣੇ ਦੀ ਗੱਲ ਕਰੀਏ, ਬਾਅਦ ਸ਼ੁਰੂ ਹੋ ਜਾਣਗੇ ਗਾਣੇ ਫਿਰ ਨੌਨ ਸਟਾਪ। ਥੋੜਾ ਜਿਹਾ ਕੋਈ ਗਾਣਾ ਸਾਡੀ ਆਡੀਅੰਸ ਨੂੰ ਗਾ ਕੇ ਸੁਣਾ ਦਿਓ। ਆਡੀਅੰਸ ਨੂੰ ਪਤਾ ਇਹਨੇ ਹੁਣੇ 12-15 ਕੱਢੇ ਸੀ, ਟੀਜ਼ਰ ਸਾਡੀ ਆਡੀਅੰਸ ਬਸ ਆ ਗਿਆ ਬੰਜਾਰੇ ਦਾ ਟੀਜ਼ਰ। ਠੀਕ ਹੈ, ਤੇ ਜਾਣ ਤੋਂ ਪਹਿਲਾਂ ਸਾਡੀ ਆਡੀਅੰਸ ਨੂੰ ਬੰਜਾਰੇ ਵੈਸੇ ਦੇਖਣ ਆਊਗੀ ਪੱਕਾ, ਆਪਾਂ ਕਹਿੰਦੇ ਆ, ਪਰ ਥੋੜਾ ਜਿਹਾ ਉਹਦੇ ਅੰਦਰ ਸਸਪੈਂਸ, ਥੋੜੀ ਐਕਸਾਈਟਮੈਂਟ ਕ੍ਰੀਏਟ ਕਰ। ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਵੀ ਮੈਂ ਠੀਕ ਠਾਕ ਕੰਮ ਕਰ ਲੈਣਾ,
ਮੈਂ ਚੰਗਾ ਕੰਮ ਕਰਨਾ ਜੀ ਆਪਾਂ ਵੀ ਇਹੀ ਕਹਿੰਦੇ ਤੇ ਆਪਾਂ ਤੁਹਾਨੂੰ ਮਿਲਾਂਗੇ ਪ੍ਰੀਮੀਅਰ ਤੇ ਮੇਰੇ ਨਾਲ ਸੀ ਜੀ ਬੱਬੂ ਮਾਨ ਦਿਸ ਵਾਸ ਪ੍ਰਾਚੀ ਸੈਨੀ ਫਰੋਮ ਪੰਜਾਬੀ ਮੇਨੀਆ ਸਾਈਨਿੰਗ ਆਫ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੇਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮੇਨੀਆ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਬੱਬੂ ਮਾਨ ਜੀ ਬੱਬੂ ਮਾਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਸਤਿ ਸ਼੍ਰੀ ਅਕਾਲ ਤੁਹਾਨੂੰ ਫਿਰ ਤੁਹਾਡੇ ਜਿਹੜੇ ਸੁਣਨ ਵਾਲੇ ਸਰੋਤਿਆਂ ਨੂੰ ਸੋ ਤੁਹਾਡੀ ਫਿਲਮ ਆ ਰਹੀ ਆ ਬੰਜਾਰਾ ਖੁਸ਼ੀ ਦਿਨਾਂ ਨੂੰ ਕਿੰਨੀ ਕੁ ਐਕਸਾਈਟਮੈਂਟ ਹੋ ਰਹੀ ਆ ਤੁਹਾਨੂੰ ਨਾ ਸੌਣ ਸੁੱਕੇ ਨਾ ਹੜ ਹਰੇ ਤਾਂ ਮੈਨੂੰ ਐਂ ਲੱਗਦਾ ਵੀ ਕੰਮ ਕਰਦੇ ਰਹਿਣਾ ਚਾਹੀਦਾ ਮੈਂ ਬਹੁਤਾ ਬਹੁਤ ਜ਼ਿਆਦਾ ਖੁਸ਼ ਵੀ ਨਹੀਂ ਹੁੰਦਾ ਬਹੁਤ ਜ਼ਿਆਦਾ ਉਦਾਸ ਵੀ ਨਹੀਂ ਹੁੰਦਾ ਮੈਂ ਬੈਲੈਂਸ ਹੀ ਹੈ ਉਹ ਸ਼ਾਂਤ ਚਿੱਤ ਜਿਹਾ ਹੋ ਕੇ ਮੈਂ ਤੁਰੀ ਜਾਂਦਾ ਅਤੇ ਇਹ ਹੁਣ ਦੇਖਣ ਤੋਂ ਬਾਅਦ ਪਤਾ ਲੱਗੂਗਾ ਅਸੀਂ ਕਿੰਨੀ ਕਾਬਲੀਅਤ ਦਿਖਾਈ ਹੈ ਉਹਦੇ 'ਚ ਕਿੰਨੀ ਕੁ ਔਕਾਤ ਹੈ ਸਾਡੀ ਅਤੇ ਕਿੰਨੇ ਕੁ ਅਸੀਂ ਚੰਗੇ ਹੈ ਤੁਹਾਡੀ ਸੋਚ 'ਤੇ ਪਹਿਲਾਂ ਗੱਪਾਂ ਮਾਰਨ ਦਾ ਕੋਈ ਫਾਇਦਾ ਨਹੀਂ ਆਪਣੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਅੱਛੇ ਹੀ ਹੋਊਗਾ ਬਾਕੀ ਹੁਣ ਤੁਹਾਡੇ ਹੱਥ ਹੈ ਇਹ ਜਿਹੜਾ ਹੈਗਾ ਟਾਈਟਲ ਹੈ ਨਾ ਨਾਮ ਹੈਗਾ ਬੰਜਾਰਾ ਦੇ ਟਰੱਕ ਡਰਾਈਵਰ ਹੈ ਨਾ ਤਾਂ ਸਾਨੂੰ ਜਿਹੜੇ ਇਹ ਟਰੱਕ ਡਰਾਈਵਰ ਹੈ ਪੰਜਾਬ ਦੇ ਕਿਹੜੇ ਕਿਹੜੇ ਦੌਰ ਦਾ ਜਿਹੜਾ ਸਾਨੂੰ ਨਾ ਦੌਰਾ ਕਰਾਉਣ ਲੱਗਾ ਹਾਂ ਨਹੀਂ ਨਹੀਂ ਅਤੀਤ 'ਚ ਜਾਓਗੇ ਤੁਸੀਂ 47 ਹੈ ਫਿਰ 3 ਜਨਰੇਸ਼ਨ ਦੀ ਜਰਨੀ ਹੈ ਤਾਂ ਉਸ ਹਿਸਾਬ ਨਾਲ ਹੀ ਗੈਟਅਪ ਹੈ ਸਾਰਾ 47 ਦਾ ਹੋਰ ਹੈ 84 ਦਾ ਹੋਰ ਹੈ ਅੱਜ ਦਾ ਹੋਰ ਹੈ ਅਤੇ ਤੁਸੀਂ ਇਹਦੇ ਵਿੱਚ 3 ਡਿਫਰੈਂਟ ਕੈਰੇਕਟਰਸ ਕਰ ਰਹੇ ਹੋ ਜੀ ਜੀ ਅਤੇ ਕਿੰਨਾ ਤੁਹਾਨੂੰ ਫਿਜ਼ੀਕਲੀ ਕਿੰਨਾ ਕੀ ਚੇਂਜਸ ਕਰਨੇ ਪੈਂਦੇ ਹਾਂ ਥੋੜ੍ਹਾ ਜਿਹਾ ਤੁਰਨ ਵੇਲੇ ਧਿਆਨ ਰੱਖਣਾ ਪੈਂਦਾ ਅਤੇ ਉਹ ਤਾਂ ਖੈਰ ਡਾਇਰੈਕਟਰ ਨੇ ਰੱਖਣਾ ਹੁੰਦਾ ਪਰ ਕਈ ਵਾਰੀ ਫਿਰ ਸੇਮ ਹੀ ਹੋ ਜਾਂਦਾ ਕਿਉਂਕਿ ਆਪਾਂ ਨਿੱਜੀ ਜ਼ਿੰਦਗੀ ਜਿੱਦਾਂ ਹੁੰਦੇ ਕਈ ਵਾਰੀ ਉੱਦਾਂ ਹੀ ਤੁਰਦੇ ਹਾਂ ਨਾ ਉਹ ਥੋੜ੍ਹਾ ਜਿਹਾ ਕਿਤੇ ਕਿਤੇ ਹੋ ਜਾਂਦੇ ਬਾਕੀ ਠੀਕ ਹੈ ਅਤੇ ਹੋਰ ਵੀ ਕੋਈ ਚੈਲੰਜਸ ਤੁਹਾਨੂੰ ਫੇਸ ਕਰਨੇ ਪੈਂਦੇ ਨਹੀਂ 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 ਕੁਛ ਨਹੀਂ ਕੁਛ ਨਹੀਂ ਇਹ ਤਾਂ ਕੰਮ ਹੈ ਬੱਚੇ ਦੇਖੋ ਇੱਕ ਬੰਦਾ ਬੋਲਦਾ ਡਾਇਲਾਗ ਬਾਕੀ ਉਹਨੂੰ ਕਹਿ ਰਿਹਾ ਬੋਲ ਨਹੀਂ ਬੋਲੋਗੇ ਦੂਜੇ ਹੀ ਬੋਲ ਦੂਗਾ ਹਾਂ ਪੇਸ਼ ਹੈ ਤੁਸੀਂ 2000 ਦੇ ਨੇੜੇ ਤੇੜੇ ਹੈ ਨਾ ਤੁਸੀਂ ਫਿਲਮਾਂ ਵਿੱਚ ਆਪਦਾ ਪੈਰ ਪਾਇਆ ਸੀ ਹਾਂ ਹਵਾਏ ਬਣਾਈ ਸੀ ਪਹਿਲਾਂ ਬਾਲੀਵੁੱਡ ਮੂਵੀ ਜਿਹੜੀ ਕਹਿੰਦੇ ਹੋ ਤੁਸੀਂ ਅਤੇ ਉਸ ਤੋਂ ਬਾਅਦ ਫਿਰ ਕੁਛ ਅਰਸਾ ਮਿਊਜ਼ਿਕ ਕਰਿਆ ਫਿਰ ਫਿਲਮਾਂ ਸ਼ੁਰੂ ਕਰੀਆਂ ਅਤੇ ਤੁਹਾਨੂੰ ਕੀ ਫਰਕ ਲੱਗਦਾ ਕੀ ਚੇਂਜਸ ਆ ਗਿਆ ਪੰਜਾਬੀ ਇੰਡਸਟਰੀ ਨਹੀਂ ਕੁਛ ਨਹੀਂ ਚੇਂਜ ਦੇਖੋ ਇਸ ਤਰ੍ਹਾਂ ਕਦੇ ਚੇਂਜ ਨਹੀਂ ਹੁੰਦੇ ਕੈਮਰੇ ਅੱਛੇ ਆ ਜਾਂਦੇ ਆ ਪ੍ਰਿੰਟ ਹੋਰ ਕਲੀਅਰ ਹੋ ਜਾਂਦਾ ਥੀਏਟਰ ਵੱਧ ਗਏ ਜਿੱਦਾਂ ਨਵੀਂ ਜਿਹੜੀ ਯੰਗ ਜਨਰੇਸ਼ਨ ਹੁਣ ਕਾਲਜਾਂ 'ਚ ਬਹੁਤ ਜਾਂਦੀ ਹੈ ਅੱਜ ਤੋਂ 15 ਸਾਲ ਪਹਿਲਾਂ ਕਾਲਜ ਜਿਹੜੇ ਹੁੰਦੇ ਸੀ ਸਵੇਰੇ ਜਾ ਕੇ ਸ਼ਾਮ ਵਾਲੇ ਜ਼ਿਆਦਾ ਹੁੰਦੇ ਸੀ ਹੁਣ ਹਰ ਮੁੰਡੇ ਕੁੜੀ ਦਾ ਖਾਬ ਹੈ ਵੀ ਮੈਂ ਤਾਂ ਚੰਡੀਗੜ੍ਹ ਰਹਿਣਾ ਜਾਂ ਮੈਂ ਪਟਿਆਲੇ ਰਹਿਣਾ ਮੈਂ ਪੀ ਜੀ ਉਦੋਂ ਹੁੰਦੇ ਨਹੀਂ ਸੀ ਇੰਨੇ ਹੈ ਨਾ ਹੁਣ ਥੋੜ੍ਹਾ ਜਿਹਾ ਈਜ਼ੀ ਹੋ ਗਿਆ ਇੱਕ ਪੀ ਜੀ ਦਾ ਕਮਰਾ 5 ਜਣੇ ਸ਼ੇਅਰ ਕਰ ਸਕਦੇ ਹਾਂ ਨਾ ਤਾਂ ਉਹਦੇ ਨਾਲ ਕਿ ਪੂਰਾ ਯੂਥ ਆ ਗਿਆ ਹੁਣ ਉਹ ਸਾਰੇ ਹੀ ਦੇਖ ਸਕਦੇ ਆਪਣੀ ਮਰਜ਼ੀ ਨਾਲ ਉਦੋਂ ਅੱਜ ਤੋਂ ਕੁਛ ਅਰਸਾ ਪਹਿਲਾਂ ਕੁੜੀਆਂ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੀਆਂ ਸਿਨੇਮੇ ਹੁਣ ਕੁੜੀਆਂ ਆਪਣੀ ਮਰਜ਼ੀ ਨਾਲ ਜਾ ਸਕਦੀਆਂ ਅਤੇ ਤੁਹਾਡੀ ਜਿਵੇਂ ਤੁਹਾਡੇ ਤਾਂ ਓਬਵੀਅਸਲੀ ਪੂਰੇ ਦੁਨੀਆ ਦੇ ਵਿੱਚ ਹੀ ਇੰਨੇ ਫੈਨਸ ਨੇ ਕੋਨੇ 'ਤੇ ਅਤੇ ਤੁਸੀਂ ਆਪਣਾ ਨੈਕਸਟ ਕੌਨਸਰਟ ਕਿੱਥੇ ਕਰ ਰਹੇ ਹੋ ਨਹੀਂ ਹੁਣ ਮੈਂ ਹੁਣ ਤੱਕ ਕੁਛ ਨਹੀਂ ਕਰਨਾ ਮੈਂ 1-2 ਕੁ ਪ੍ਰੋਗਰਾਮ ਜਿਵੇਂ ਮੈਂ ਕਰਨੇ ਜਿਹੜੇ ਸਾਡੇ ਕੁਛ ਬਹੁਤੇ ਨੇੜਿਓਂ ਮੈਨੂੰ ਕਿਹਾ ਹੋਇਆ ਅਤੇ ਉਸ ਤੋਂ ਬਾਅਦ ਅਸੀਂ 2 ਕੁ ਮਹੀਨੇ ਮੈਂ ਘੱਟ ਹੀ ਕੰਮ ਹੈ ਮੇਰੇ ਤੋਂ ਕਰਨਾ ਫਰਵਰੀ ਤੋਂ ਬਾਅਦ ਨਿਕਲਾਂਗੇ ਅਸੀਂ ਫਿਰ ਗਰਮੀ ਜੀ 'ਚ ਜਾਂ ਮਾਰਚ 'ਚ ਅਤੇ ਕਿੱਥੇ ਕੋਈ ਆਈਡੀਆ ਫਿਰ ਅਸੀਂ ਜਾਵਾਂਗੇ ਨਿਊਜ਼ੀਲੈਂਡ ਆਸਟ੍ਰੇਲੀਆ ਫਿਰ ਤਾਂ ਫਿਰ ਸਾਰੀ ਗਰਮੀ ਚੱਲ ਰਹੀ ਹੈ ਫਿਰ ਸਿਆਲ ਵਿਹਲਿਆਂ ਵਰਗਾ ਹਾਂਜੀ ਅਤੇ ਜਿਹੜੀ ਇਹ ਫਿਲਮ ਹੈ ਇਹ 1.5 ਸਾਲ ਪਹਿਲਾਂ ਹੋ ਗਈ ਸੀਗੀ ਆਈ ਥਿੰਕ ਸ਼ੂਟਿੰਗ ਸ਼ੁਰੂ ਹੈ ਨਾ ਅਤੇ ਇੰਨਾ ਚਿਰ ਕਿਉਂ ਲੱਗ ਗਿਆ ਮੈਨੂੰ ਤਾਂ ਲੱਗਦਾ 2.5 ਹੋ ਗਏ ਕੁੜੇ ਇਹਨਾਂ ਨੇ ਬਹੁਤ ਲੰਬਾ ਚਲਾਇਆ ਕੰਮ ਡਾਇਰੈਕਟਰ ਦੀਆਂ ਕੁਛ ਮਜਬੂਰੀਆਂ ਹੋ ਜਾਂਦੀਆਂ ਕਈ ਵਾਰੀ ਪ੍ਰੋਡਿਊਸਰਸ ਦੀਆਂ ਹੋ ਜਾਂਦੀਆਂ ਥੋੜ੍ਹਾ ਜਿਹਾ ਵਕਤ ਜ਼ਿਆਦਾ ਲੱਗ ਗਿਆ ਇੱਕ ਸਾਲ ਪਹਿਲਾਂ ਹੋ ਜਾਣੀ ਚਾਹੀਦੀ ਸੀ ਬਟ ਚਲੋ ਖੈਰ ਫਿਲਮ ਹੈ ਕਈ ਵਾਰੀ ਬਾਹਰ ਸ਼ੂਟਿੰਗ ਕਰਕੇ ਵੀ ਥੋੜ੍ਹਾ ਜਿਹਾ ਵਕਤ ਵੱਧ ਲੱਗਿਆ ਉੱਥੇ ਬਹੁਤ ਚੀਜ਼ਾਂ ਮਿਲ ਨਹੀਂ ਸੀ ਪਾਉਂਦੀਆਂ ਫਿਰ ਜਦੋਂ ਅਚਾਨਕ ਕੁਛ ਸ਼ੂਟ ਹੋ ਗਿਆ ਫਿਰ ਉਦੋਂ ਮੌਸਮ ਬਦਲ ਗਿਆ ਇਹ ਵੀ ਬੜਾ ਪੰਗਾ ਹੁੰਦਾ ਕੰਟੀਨਿਊਟੀ ਜੇ ਰਖਾਉਂਦੀ ਸੀ ਇਹਦੇ 'ਚ ਓਵਰਆਲ ਇਟਸ ਓਕੇ ਅਤੇ ਜਦੋਂ ਵੀ ਕੋਈ ਮਤਲਬ ਐਕਟਰਸ ਦੇ ਵੀ ਗੱਲ ਕਰਦੇ ਨੇ ਕੋਈ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ ਕੋਈ ਨਾ ਕੋਈ ਵੈਸੇ ਵੀ ਮੈਮਰੀ ਆਪਾਂ ਜ਼ਰੂਰ ਇਕੱਠੀ ਕਰਦੇ ਹਾਂ ਨਾ ਹਰ ਇੱਕ ਦੌਰ 'ਚ ਆਪਣੀ ਲਾਈਫ ਦੇ ਅਤੇ ਇਸ ਮੂਵੀ ਤੋਂ ਕੋਈ ਇਹੋ ਜਿਹੀ ਮੈਮਰੀ ਜਿਹੜੀ ਤੁਹਾਨੂੰ ਤੁਸੀਂ ਅੱਗੇ ਕਦੀ ਬੰਜਾਰਾ ਦੀ ਗੱਲ ਕਰੋ ਇਹ ਤੁਹਾਨੂੰ ਯਾਦ ਆਊਗੀ ਸ਼ੂਟਿੰਗ ਬਹੁਤ ਲੇਟ ਹੋ ਜਾਂਦੀ ਸੀ ਕਈ ਵਾਰੀ 10 ਵਜੇ ਸ਼ੁਰੂ ਹੋਣੀ ਸ਼ਾਮ ਦੇ 4 ਵਜੇ ਸ਼ਾਰਟ ਹੁੰਦਾ ਸੀ ਹੈ ਨਾ ਬੜੀਆਂ ਯਾਦਾਂ ਜੁੜੀਆਂ ਪਰ ਜੇ ਕਈ ਵਾਰੀ ਗੱਲਾਂ ਤਾਂ ਮਜ਼ਾਕ ਵਾਲੀ ਹੁੰਦੀਆਂ ਕਈ ਵਾਰੀ ਜਿੱਦਾਂ ਮਜ਼ਾਕ ਸੀਰੀਅਸ ਬਣ ਜਾਂਦਾ ਉੱਦਾਂ ਤਾਂ ਮੈਂ ਉੱਥੇ ਹਾਸੀ ਟੀਚਰਾਂ 'ਚ ਟਾਈਮ ਕੱਢ ਦਿੰਦਾ ਸੀ ਪਰ ਕਈ ਵਾਰੀ ਉਹ ਲੇਟ ਹੋ ਜਾਂਦੇ ਸੀ ਕਿ ਮੈਂ ਉੱਥੋਂ ਦੇ ਟੈਕਨੀਸ਼ੀਅਨਾਂ ਦੀ ਬੜੀ ਪ੍ਰੋਬਲਮ ਸੀ ਉਹ ਬੜੇ ਟਾਈਮਿੰਗ ਨਾਲ ਚੱਲਦੇ ਆ ਜਦੋਂ ਉਹ ਇੱਧਰੋਂ ਕੋਈ ਤਿਆਰ ਹੋ ਕੇ ਜਾਂਦਾ ਸੀ ਉਹ ਕਹਿੰਦੇ ਸੀ ਲੰਚ ਟਾਈਮ ਹੋ ਗਿਆ ਹੈ ਨਾ ਅੱਛਾ ਸੀ ਮਾਹੌਲ ਠੀਕ ਹੈ
ਬੱਬੂ ਮਾਨ ਜੀ ਥੈਂਕ ਯੂ ਸੋ ਮੱਚ ਸਾਡੇ ਨਾਲ ਜੁੜਨ ਲਈ ਤੇ ਰੱਬ ਤੁਹਾਡੇ ਤੇ ਵੈਸੇ ਹਮੇਸ਼ਾ ਹੀ ਮਿਹਰ ਭਰਿਆ ਹੱਥ ਰੱਖਦਾ ਹੈ ਸਭ ਤੇ ਸਾਰੇ ਸਾਰੀ ਦੁਨੀਆ ਬਸਦੀ ਰਹੇ ਸਰਬੱਤ ਦੇ ਭਲਾ ਤੁਹਾਡੀ ਫਿਲਮ ਦੇ ਲਈ ਥੈਂਕ ਯੂ ਸੋ ਮੱਚ ਪੰਜਾਬੀ ਮੇਨੀਆ ਤੇ ਆਉਣ ਲਈ ਧੰਨਵਾਦ ਸੋ ਮੈਂ ਯਾਸਮਨ ਕੌਰ ਪੰਜਾਬੀ ਮੇਨੀਆ ਤੁਹਾਡੇ ਤੋਂ ਵਿਦਾ ਲੈਣੀ ਹੈ ਤੇ ਆਪਾਂ ਛੇਤੀ ਮਿਲਾਂਗੇ ਇੱਥੇ ਇੱਕ ਨਵੇਂ ਸਿਤਾਰੇ ਦੇ ਨਾਲ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੇਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮੇਨੀਆ ਦੇਖ ਰਹੇ ਹੋ ਤੁਸੀਂ ਤੇ ਅੱਜ ਸਾਡੇ ਨਾਲ ਮੌਜੂਦ ਨੇ ਸ਼ਰਧਾ ਆਰਿਆ ਜੀ ਜਿਨ੍ਹਾਂ ਦੀ ਡੈਬਿਊ ਫਿਲਮ ਆਉਣ ਵਾਲੀ ਆ ਬੰਜਾਰਾ ਦੇ ਟਰੱਕ ਡਰਾਈਵਰ ਆਪੋਜ਼ਿਟ ਬੱਬੂ ਮਾਨ ਸ਼ਰਧਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਪੰਜਾਬੀ ਮੇਨੀਆ ਤੇ ਥੈਂਕ ਯੂ ਸੋ ਮੱਚ ਸੋ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਡੀ ਫਿਲਮ ਰਿਲੀਜ਼ ਹੋਣ ਵਾਲੀ ਆ ਦੋ ਦਿਨਾਂ ਬਾਅਦ ਤੇ ਕਿੰਨੀ ਕੁ ਐਕਸਾਈਟਮੈਂਟ ਆ ਬਹੁਤ ਐਕਸਾਈਟਡ ਬਹੁਤ ਐਕਸਾਈਟਡ ਆ ਮੈਂ ਮੈਂ ਹਿੰਦੀ 'ਚ ਗੱਲ ਕਰਾਂ ਨੋ ਪ੍ਰੋਬਲਮ ਕਰ ਲਓ ਕੋਈ ਚੱਕਰ ਨਹੀਂ ਹਾਂਜੀ ਓਕੇ ਬਿਕੋਜ਼ ਹਿੰਦੀ 'ਚ ਮੈਂ ਜ਼ਿਆਦਾ ਫਲੂਐਂਟ ਹਾਂ ਪੰਜਾਬੀ ਨਾਲੋਂ ਓਕੇ ਸੋ ਦੋ ਦਿਨ ਕੇ ਬਾਅਦ ਫਿਲਮ ਰਿਲੀਜ਼ ਹੋ ਰਹੀ ਹੈ ਔਰ ਮੈਂ ਬਹੁਤ ਐਕਸਾਈਟਡ ਹੂੰ ਕਿਉਂਕਿ ਮੇਰੀ ਪਹਿਲੀ ਫਿਲਮ ਹੈ ਔਰ ਇਸਕੇ ਅੰਦਰ ਮੈਨੇ ਬਹੁਤ ਜ਼ਿਆਦਾ ਦਿਲ ਲਗਾ ਕਰ ਵੀ ਕਾਮ ਕੀਆ ਹੈ ਕਿਉਂਕਿ ਯੂਨਿਟੀ ਐਸਾ ਥਾ ਸਭ ਲੋਕ ਇੱਕ ਫੈਮਿਲੀ ਕੀ ਤਰ੍ਹਾਂ ਥੇ ਔਰ ਕਿਉਂਕਿ ਮੇਰੀ ਫਸਟ ਫਿਲਮ ਥੀ ਤੋ ਇੱਕ ਇੰਪ੍ਰੈਸ਼ਨ ਛੋੜਨਾ ਥਾ ਤੋ ਬਹੁਤ ਜ਼ਿਆਦਾ ਐਕਸਾਈਟਡ ਹੋ ਕਰ ਆਈ ਹੈਵ ਵਰਕਡ ਇਨ ਇਟ ਤੋ ਯੈਸ ਆਈ ਐਮ ਵੈਰੀ ਐਕਸਾਈਟਡ ਆਈ ਥਿੰਕ ਇਟ ਜਬ ਵੀ ਕਿਸੇ ਕੀ ਫਿਲਮ ਰਿਲੀਜ਼ ਹੋਤੀ ਹੈ ਪਹਿਲੀ ਹੋ ਦੂਸਰੀ ਹੋ ਇੱਕ ਨਰਵਸਨੈਸ ਇੱਕ ਐਕਸਾਈਟਮੈਂਟ ਹੋਤੀ ਹੈ ਤੋ ਦੈਟ ਆਈ ਐਮ ਆਲਸੋ ਐਕਸਪੀਰੀਅੰਸਿੰਗ ਅਤੇ ਇਸ ਫਿਲਮ ਦੇ ਵਿੱਚ ਜਿਹੜਾ ਤੁਹਾਡਾ ਕੈਰੈਕਟਰ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ ਸਿੰਮੀ ਮੇਰੇ ਕੈਰੈਕਟਰ ਦਾ ਨਾਂ ਹੈ ਔਰ ਬਹੁਤ ਹੀ ਚੁਲਬੁਲੀ ਕੁੜੀ ਹੈ ਬਹੁਤ ਚੁਲਬੁਲੀ ਅਤੇ ਬਹੁਤ ਗੱਲਾਂ ਕਰਦੀ ਹੈ ਚੁੱਪੀ ਨਹੀਂ ਹੁੰਦੀ ਔਰ ਇਤਨਾ ਹੀ ਨਹੀਂ ਹੈ ਇਹ ਉੱਪਰ ਸੇ ਮੈਂ ਕੈਰੈਕਟਰ ਡਿਸਕ੍ਰਾਈਬ ਕਰ ਰਹੀ ਹੂੰ ਅੰਦਰ ਸੇ ਵੋ ਇੱਕ ਬਹੁਤ ਸੈਂਸੀਬਲ ਲੜਕੀ ਵੀ ਹੈ ਉਸਕੇ ਲਈ ਸੱਚ ਸੱਚ ਸੱਚਾਈ ਬਹੁਤ ਇੰਪੋਰਟੈਂਟ ਹੈ ਓਨੈਸਟੀ ਪੇ ਬਹੁਤ ਵੋ ਫੋਕਸ ਕਰਦੀ ਹੈ ਤੋ ਇੱਕ ਕੋਈ ਮਕਸਦ ਵੀ ਜੋ ਅਚੀਵ ਕਰਨਾ ਚਾਹ ਰਹੀ ਹੈ ਥਰੂ ਆਊਟ ਦ ਫਿਲਮ ਆਪ ਫਿਲਮ ਦੇਖੋਗੇ ਤਾਂ ਆਪਕੋ ਪਤਾ ਚੱਲੇਗਾ ਔਰ ਵੈਸੇ ਬਹੁਤ ਫਨ ਹੈ ਬਹੁਤ ਪੰਗੀ ਲੇਤੀ ਹੈ ਜੋ ਮੈਂ ਵੈਸੇ ਵੀ ਲੇਤੇ ਰਹਿੰਦੀ ਹੂੰ ਦੇਖ ਹੀ ਲਿਆ ਹੋਗਾ ਆਪਣੇ ਫਿਲਮ ਮੈਂ ਵੀ ਐਸਾ ਸਹੀ ਰੋਲ ਹੈ ਮੇਰਾ ਔਰ ਬਹੁਤ ਇੰਜੋਏ ਕਰੋਗੇ ਐਸਾ ਰੋਲ ਹੈ ਅਤੇ ਕਿੰਨੀ ਮਿਹਨਤ ਕਰਨੀ ਪਈ ਇਸ ਫਿਲਮ ਦੇ ਇਸ ਕੈਰੈਕਟਰ ਲਈ ਸਪੈਸ਼ਲੀ ਜਿੰਨੀ ਵੀ ਮਿਹਨਤ ਕਰਨੀ ਪਈ ਉਹ ਲੈਂਗੁਏਜ ਨੂੰ ਲੈ ਕੇ ਹੀ ਕਰਨੀ ਪਈ ਕਿਉਂਕਿ ਮੈਂ ਕਦੇ ਵੀ ਪੰਜਾਬੀ ਮੈਂ ਨਹੀਂ ਬੋਲਾ ਅਤੇ ਪੰਜਾਬੀ ਸੌਂਗਸ ਵੀ ਬਹੁਤ ਘੱਟ ਸੁਣੇ ਮੋਸਟਲੀ ਬਾਲੀਵੁੱਡ ਔਰ ਇੰਗਲਿਸ਼ ਤੋ ਅਬ ਪੰਜਾਬੀ ਪਰ ਮੇਰੇ ਕੋ ਹਮੇਸ਼ਾ ਸੇ ਪਸੰਦ ਬਹੁਤ ਥੀ ਲੈਂਗੁਏਜ ਔਰ ਆਈ ਲਾਈਕ ਦ ਲੈਂਗੁਏਜ ਵੈਰੀ ਮੱਚ ਮੈਂ ਬਹੁਤ ਐਸੀ ਕੋਸ਼ਿਸ਼ ਕਰਦੇ ਰਹਿੰਦੀ ਥੀ ਪਹਿਲੇ ਵੀ ਮੰਮੀ ਪਾਪਾ ਕੇ ਸਾਥ ਬਾਤ ਕਰਨੀ ਕਿ ਸੀਰੀਅਸਲੀ ਨਹੀਂ ਕਿਹਾ ਤੋ ਆਈ ਨਹੀਂ ਠੀਕ ਸੇ ਨਾ ਵੋ ਮੇਰੇ ਸਾਥ ਬਾਤ ਕਰਤਾ ਪੰਜਾਬੀ ਮੇਂ ਬੜੀ ਗਲਤ ਬਾਤ ਹੈ ਉਨਕੋ ਮੈਂ ਕਹਿਤੀ ਹੂੰ ਬਚਪਨ ਸੇ ਬਾਤ ਕੀ ਹੋਤੀ ਤੋ ਅੱਜ ਮੈਂ ਕਿਤਨੀ ਈਜ਼ੀਲੀ ਕਰ ਪਾਉਂਗੀ ਤੋ ਥੋੜ੍ਹੇ ਸੇ ਚੈਲੇਂਜਸ ਲੈਂਗੁਏਜ ਕੋ ਲੇਕਰ ਥੇ ਪਰ ਮੇਰੇ ਯੂਨਿਟ ਨੇ ਵੋ ਬਹੁਤ ਸਪੋਰਟਿਵ ਡਾਇਰੈਕਟਰ ਬਾਬੂ ਮਾਨ ਸਰ ਸਭ ਨੇ ਮੁੰਜੇ ਕਲੀਅਰਲੀ ਕਹਿ ਦਿਆ ਕਿ ਆਪਣਾ ਸਿਰਫ ਐਕਸਪ੍ਰੈਸ਼ਨਸ ਪੇ ਕੋਨਸਨਟ੍ਰੇਟ ਕਰੋ ਅਤੇ ਲੈਂਗੁਏਜ ਮਤਲਬ ਲਾਈਨ ਵੀ ਮੈਂ ਲਰਨ ਤੋ ਕੀ ਹੀ ਔਰ ਪੰਜਾਬੀ ਮੈਂ ਬਾਤ ਕੀ ਹੈ ਫਿਲਮ ਮੈਂ ਲੇਕਿਨ ਥੋੜ੍ਹਾ ਗ੍ਰਮੈਟਿਕਲ ਇੱਧਰ ਉੱਧਰ ਵੀ ਹੁਆ ਤੋ ਉਹਨੇ ਮੁੰਜੇ ਟੋਕਾ ਨਹੀਂ ਤਾਂ ਫਿਰ ਤੁਸੀਂ ਪੰਜਾਬੀ ਸਿੱਖੀ ਕੋਈ ਕਲਾਸਿਸ ਲਈਆਂ ਜਾਂ ਨਹੀਂ ਯਾਰ ਮੈਂ ਪਤਾ ਗੂਗਲ ਵੀ ਕੀਤਾ ਕਿ ਕੋਈ ਕੋਚ ਹੋਵੇ ਕੋਈ ਟ੍ਰੇਨਰ ਹੋਵੇ ਜੋ ਮੈਨੂੰ ਘਰ ਆ ਕੇ ਪੜ੍ਹਾ ਦੇ ਪੰਜਾਬੀ ਪਰ ਮੈਨੂੰ ਕੋਈ ਮਿਲਿਆ ਹੀ ਨਹੀਂ ਫਿਰ ਮੈਂ ਪੰਜਾਬੀ ਦੀ ਬੁੱਕ ਐਮਾਜ਼ੋਨ ਤੋਂ ਮੰਗਾਈ 30 days ਯੂ ਲਰਨ ਪੰਜਾਬੀ ਬਟ ਉਹਦੇ 'ਚ ਵੀ ਮੈਨੂੰ ਕੁਛ ਖਾਸ ਮੈਂ ਲੱਭ ਨਹੀਂ ਪਾਈ ਮਤਲਬ ਇਤਨੀ ਕੋਈ ਯੂਜ਼ਫੁੱਲ ਨਹੀਂ ਹੈ ਉਹ ਬੁੱਕ ਮੈਨੂੰ ਲੱਗਦਾ ਹੈ ਹੁਣ ਮੈਂ ਪੰਜਾਬੀ ਫਿਲਮਾਂ ਵੇਖਾਂਗੀ ਅਤੇ ਪੰਜਾਬੀ 'ਚ ਜਿਸ ਜਨਰਲੀ ਗੱਲ ਕਰਾਂਗੀ ਅਤੇ ਮਿਸਟੇਕਸ ਵੀ ਕਰਾਂ ਤਾਂ ਮੈਨੂੰ ਕੋਈ ਗਿਲਾ ਨਹੀਂ ਮੈਂ ਫਿਰ ਵੀ ਪੰਜਾਬੀ 'ਚ ਹੀ ਗੱਲ ਕਰਨੀ ਹੈ ਇੰਝ ਮੈਂ ਸਿੱਖ ਜਾਣੀ ਇੱਕ ਦਿਨ ਬਿਲਕੁਲ ਗਲਤੀਆਂ ਕਰਕੇ ਬੰਦਾ ਸਿੱਖਦਾ ਬਿਲਕੁਲ ਅੱਛਾ ਅਤੇ ਜਿਹੜੀ ਤੁਹਾਡੀ ਡਾਇਰੈਕਟਰ ਨੇ ਇਸ ਮੂਵੀ ਦੇ ਮੁਸਤਾਕ ਪਾਸ਼ਾ ਜੀ ਜਦੋਂ ਉਹਨਾਂ ਨੇ ਤੁਹਾਨੂੰ ਇਹ ਕੈਰੈਕਟਰ ਔਫਰ ਕੀਤਾ ਤਾਂ ਤੁਸੀਂ ਇੰਸਟੈਂਟਲੀ ਯੈਸ ਕਰਤੀ ਜਾਂ ਥੋੜ੍ਹਾ ਟਾਈਮ ਲਾਇਆ ਨਹੀਂ ਨਹੀਂ ਮੈਂ ਇੰਸਟੈਂਟਲੀ ਯੈਸ ਕਰਤੀ ਬਿਕੋਜ਼ ਕੈਰੈਕਟਰ ਮੇਰਾ ਬਹੁਤ ਹੀ ਕੈਮ ਬਿਲਕੁਲ ਜੈਸੀ ਜੈਸਾ ਇੱਕ ਨੈਚੁਰਲੀ ਲੋਕੋ ਕੋ ਮੇਰਾ ਨੇਚਰ ਪਸੰਦ ਹੈ ਨਾ ਜੈਸੀ ਮੈਂ ਹੂੰ ਵੈਸਾ ਹੀ ਮੁਝੇ ਕਰਨੇ ਕੋ ਵੀ ਮਿਲਾ ਤੋ ਆਈ ਥਿੰਕ ਵੋ ਆਇਆ ਹੈ ਨਿਕਲ ਕੇ ਫਿਲਮ ਮੈਂ
तो मैं थोड़ी वैसे भी लोग कहेंगे शायद ओवर एक्टिंग करती हूँ, बट मैं क्योंकि रियल लाइफ में भी ऐसी हूँ तो फिर दैट्स नॉट ओवर एक्टिंग, दैट्स मी बीइंग माय नेचुरल सेल्फ. तो इसलिए मुझे लगा कि नहीं ये रोल तो मुझे करना है. सो व्हाई पंजाबी इंडस्ट्री, पंजाबी इंडस्ट्री क्यों? क्योंकि फिल्म बहुत अच्छी बनती हैं यहाँ पर और करियर प्लेटफॉर्म बहुत अच्छा है, अब बहुत अच्छा है, और स्क्रिप्ट्स अच्छी हैं, लोग अच्छे हैं, बोली बहुत प्यारी है, तो शूटिंग भी ब्रॉड होती है मोस्टली, विच इज सेकेंडरी, बट बिकॉज इट्स अ वेरी ब्यूटिफुल इंडस्ट्री, वाई नॉट. थैंक यू सो मच श्रद्धा, इट वॉज रियली गुड टू नो यू. बहुत वधिया लगे, तुहाडी जिहड़ी फिल्म आ रही है ये भी बहुत हिट हो गए, सारे पसंद करन, तुहानू असीं अगे भी देखिए, देख रहे हैं कि नहीं अगे भी पंजाबी फिल्म? जरूर जरूर, रब तुहाडे ते पूरी पूरी मेहर करे. थैंक यू, थैंक यू सो मच. सो मैं यासमिन कौर, पंजाबी मेनिया. तो अच्छा हाँ श्योर, हाँ क्लोजिंग नहीं हुई हाले, जस्ट सो मैं यासमिन कौर, पंजाबी मेनिया तो तुहाडे तो विदा लैनी है, ते आपां छेती मिलांगे इत्थे एक नवे सितारे दे नाल. सत श्री अकाल. सब्सक्राइब करो साडा यूट्यूब चैनल पंजाबी मेनिया ते अपने फोन ते नवीं वीडियोस देखने दे लई हिट करो बेल आइकन. ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਦੇਖ ਰਹੇ ਤੁਸੀਂ, ਤੇ ਤੁਹਾਨੂੰ ਆਪਾਂ ਲੈ ਕੇ ਆਏ ਸੀ ਬੱਬੂ ਮਾਨ ਦੀ ਬੰਜਾਰੇ ਫਿਲਮ ਦੀ ਟ੍ਰੇਲਰ ਰਿਲੀਜ਼ ਤੇ. ਫਿਲਮ ਦੀ ਗੱਲ ਕਰੀਏ, ਮੇਰੇ ਨਾਲ ਖੜੀ ਹੈ ਫਿਲਮ ਦੀ ਐਕਟ੍ਰੈਸ, ਬੜੀ ਸੋਹਣੀ ਸ਼ਰਧਾ, ਯੂ ਲੁਕਿੰਗ ਸੋ ਪ੍ਰੀਟੀ. ਕਿਹੜਾ ਡਿਜ਼ਾਈਨਰ ਪਾਇਆ ਅੱਜ? ਥੈਂਕ ਯੂ, ਤੁਸੀਂ ਵੀ ਬਹੁਤ ਸੋਹਣੇ ਹੋ. ਕਿਹੜਾ ਡਿਜ਼ਾਈਨਰ ਪਾਇਆ? ਲੁਕਿੰਗ ਵੈਰੀ ਪ੍ਰੀਟੀ. ਇਹ ਕਰਿਸ਼ਮਾ ਹਿੰਗੁਰਾਨੀ ਹੈ ਅਹਿਮਦਾਬਾਦ ਕੀ ਡਿਜ਼ਾਈਨਰ, ਔਰ ਸ੍ਰਿਸ਼ਟੀ ਹੈ ਮੇਰੀ ਸਟਾਈਲਿਸਟ, ਉਸਨੇ ਸਭ ਕੁਛ ਮੇਰੇ ਲਈ ਸੈੱਟ ਕਰਕੇ ਦਿਆ ਥਾ. ਮੈਨੇ ਸਿਰਫ ਕੱਪੜੇ ਐਸੇ ਕੈਸੇ ਪੈਕ ਲਾਈ ਹੂੰ ਬੋਂਬੇ ਸੇ ਔਰ ਯਹਾਂ ਪਰ ਪਹਿਨੇ ਹੈ. ਅਤੇ ਬੋਂਬੇ ਦੀ ਗੱਲ ਕਰੀ, ਯੂ ਕੰਫਰਟੇਬਲ ਇਨ ਹਿੰਦੀ ਜਾਂ ਪੰਜਾਬੀ? ਕਿਹਦੇ 'ਚ ਗੱਲ ਕਰੀਏ ਆਪਾਂ? ਹਿੰਦੀ ਹਿੰਦੀ. ਚਲੋ ਠੀਕ ਹੈ, ਹਿੰਦੀ 'ਚ ਗੱਲ ਕਰਦੇ ਹਾਂ. ਸ਼ਰਧਾ, ਤੁਸੀਂ ਮੈਨੂੰ ਪੰਜਾਬੀ 'ਚ ਸਵਾਲ ਕਰ ਸਕਦੇ? ਮੈਂ ਹਿੰਦੀ 'ਚ ਜਵਾਬ. ਪੱਕਾ? ਅਤੇ ਤੁਹਾਡੀ ਪੰਜਾਬੀ ਬੁਲਾਈ ਤੁਹਾਡੇ ਤੋਂ? ਕੋਸ਼ਿਸ਼ ਕਰਦੇ, ਚਲੋ ਪੰਜਾਬੀ ਬਣਵਾਉਂਦੇ ਹਾਂ, ਹੁਣ ਪੰਜਾਬੀ ਇੰਡਸਟਰੀ 'ਚ ਆਉਣਾ ਅੱਗੇ. ਅਤੇ ਸ਼ਰਧਾ, ਜੇ ਆਪਾਂ ਗੱਲ ਕਰੀਏ, ਤੁਸੀਂ ਬੰਜਾਰਾ, ਬੱਬੂ ਮਾਨ ਜਿਹਨੂੰ ਆਪਾਂ ਲੈਜੈਂਡ ਕਹਿੰਦੇ ਹਾਂ ਇੰਡਸਟਰੀ ਦਾ, ਉਹਨਾਂ ਨਾਲ ਕੰਮ ਕਰਨਾ ਸੀ, ਕਿਹੋ ਜਿਹਾ ਮਤਲਬ ਐਕਸਾਈਟਮੈਂਟ ਕਿੰਨੀ ਸੀਗੀ, ਕਿਹੋ ਜਿਹੀ ਫੀਲਿੰਗ ਜਦੋਂ ਆਫਰ ਹੋਈ ਸੀ ਫਿਲਮ? ਐਕਸਾਈਟਮੈਂਟ ਇਜ਼ ਹਿਟਿੰਗ ਦ ਫੈਨ, ਐਨੀ ਐਕਸਾਈਟਮੈਂਟ. ਬਹੁਤ ਬਹੁਤ ਵਧੀਆ ਸਾਡਾ, ਮੇਰਾ ਐਕਸਪੀਰੀਅੰਸ ਵੀ ਬਹੁਤ ਵਧੀਆ ਰਹਾ. ਬੱਬੂ ਮਾਨ ਜੀ ਜੈਸੇ ਆਪਣੇ ਕਿਹਾ ਕਿ ਲੈਜੈਂਡ ਹੈ, ਔਰ ਉਨਕੇ ਸਾਥ ਜਿਤਨੇ ਵੋ ਫੇਮਸ ਹੈ ਉਤਨੇ ਹੀ ਵੋ ਗਰਾਊਂਡ ਵਰਥ ਵੀ ਹੈ, ਔਰ ਉਤਨੇ ਹੀ ਵੋ ਸਪੋਰਟਿਵ ਵੀ ਹੈ, ਔਰ ਉਤਨੇ ਹੀ ਵੋ ਫਨੀ ਵੀ ਹੈ. ਤੋ ਇੱਕ ਬਹੁਤ ਹੀ ਅਲੱਗ ਜਿਹਾ ਐਕਸਪੀਰੀਅੰਸ ਰਿਹਾ ਸ਼ੂਟਿੰਗ ਦੇ ਦੌਰਾਨ, ਔਰ ਫਿਲਮ ਵਿੱਚ ਅਸੀਂ ਬਹੁਤ ਮਿਹਨਤ ਕੀਤੀ ਹੈ, ਔਰ ਅਬ ਰਿਲੀਜ਼ ਹੋਣੇ ਵਾਲੀ ਹੈ, ਤੋ ਐਕਸਾਈਟਮੈਂਟ ਡੈਫੀਨੇਟਲੀ, ਯੂ ਨੋ ਐਕਸਾਈਟਮੈਂਟ ਹੈ. ਔਰ ਜਬ ਤੁਮ ਬਹੁਤ ਅੱਛਾ ਪੜ੍ਹਾਈ ਕਰਕੇ ਜਾਤੇ ਹੋ, ਤੋ ਇਗਜ਼ਾਮ ਦੇਣੇ ਕੇ ਬਾਅਦ ਤੁਮੇ ਬਸ ਰਿਜ਼ਲਟ ਕੀ ਵੇਟ ਹੋਤੀ ਹੈ, ਨਰਵਸਨੈਸ ਜਾਂ ਚਿੰਤਾ ਜ਼ਿਆਦਾ ਨਹੀਂ ਹੋਤੀ, ਬਿਕੋਜ਼ ਯੂ ਨੋ ਇਟ ਯੂਲ ਡੂ ਵੈਲ, ਕਿਉਂਕਿ ਤੁਮਨੇ ਤਿਆਰੀ ਅੱਛੀ ਕੀਤੀ. ਤੋ ਵਹੀ ਵੈਸੀ ਹੀ ਕੁਛ ਫੀਲਿੰਗ ਹੈ. ਫਿਲਮ ਮੈਨੇ ਰਸ਼ਿਜ਼ ਮੇ ਥੋੜ੍ਹੀ ਬਹੁਤ ਦੇਖੀ ਹੈ, ਇਟਸ ਲੁਕਿੰਗ ਬਿਊਟੀਫੁਲ. ਔਰ ਸ਼ਰਧਾ, ਅਗਰ ਹਮ ਬਾਤ ਕਰੇ ਕਿ ਫਿਲਮ ਮੇ ਤੀਨੋ ਤੀਨ ਐਕਟ੍ਰੈਸਿਸ ਹੈ, ਸਭ ਕੇ ਰੋਲਸ ਡਿਵਾਈਡਡ ਥੇ, ਆਪਕੋ ਕੈਨੇਡਾ ਜਾਣੇ ਕਾ ਮੌਕਾ ਮਿਲਾ ਜਹਾਂ ਆਲਮੋਸਟ ਸਭ ਪੰਜਾਬੀ ਜਾਤੇ ਹੈ, ਹਾਊ ਵਾਜ਼ ਇਟ, ਹਾਊ ਵਾਜ਼ ਦ ਜਰਨੀ ਇਨ ਕੈਨੇਡਾ? ਆਈ ਥਿੰਕ ਆਈ ਵਾਜ਼ ਸੋ ਹੈਪੀ, ਆਈ ਵਾਜ਼ ਮੋਰ ਹੈਪੀ ਅਬਾਊਟ ਗੋਇੰਗ ਟੂ ਕੈਨੇਡਾ ਦੈਨ ਡੂਇੰਗ ਮਾਈ ਪੰਜਾਬੀ ਫਿਲਮ ਐਟ ਵਨ ਪੁਆਇੰਟ. ਤੋ ਜਬ ਮੈਂ ਕੈਨੇਡਾ, ਮੇਰਾ ਪਹਿਲਾ ਚੱਕਰ ਥਾ ਕੈਨੇਡਾ, ਔਰ ਵੋ ਵੀ 45 days, ਮਤਲਬ ਕਸਰ ਕੋਈ ਛੋੜੀ ਨਹੀਂ, ਇਤਨਾ ਮੈਨੇ ਕੈਨੇਡਾ ਵੈਨਕੂਵਰ ਦੇਖ ਲਿਆ ਕਿ ਮਨ ਕੇ ਆਪ ਵਾਪਸ ਘਰ ਚਲੋ. ਤੋ ਡੈਫੀਨੇਟਲੀ ਆਈ ਥਿੰਕ ਮੇਰਾ ਜੋ ਰੋਲ ਕੈਨੇਡਾ ਮੇ ਸ਼ੂਟ ਹੋਣਾ ਥਾ, ਉਸਕੀ ਹਾਈਲਾਈਟ ਤੋ ਥੀ. ਔਰ ਸ਼ਰਧਾ, ਅਬ ਆਪਕੇ ਰੋਲ ਕੀ ਬਾਤ ਕਰੇਂ, ਆਪਕਾ ਰੋਲ ਕੈਸਾ ਹੈ ਪਿਕਚਰ? ਬਹੁਤ ਅੱਛਾ ਹੈ, ਬਹੁਤ ਵਧੀਆ ਹੈ. ਤੁਸੀਂ ਕਿਹੋ ਜਿਹੀ ਪੰਜਾਬੀ ਕੁੜੀ ਹੈ? ਬਬਲੀ ਜੀ ਅਤੇ ਲੜਾਕੂ ਜੀ, ਅਤੇ ਸੈਂਸੀਬਲ ਵੀ ਹੈ, ਔਰ ਮਤਲਬ ਰਿਸਪੋਂਸੀਬਲ ਵੀ ਹੈ, ਔਰ ਜੋ ਹੈ ਨਾ ਕਿ ਆਪ ਕਹਿਤੇ ਹੈ ਨਾ ਕਿ ਮਤਲਬ ਨੇਲੇ ਪੇ ਦੇਲਾ ਦੇਣੇ ਵਾਲੀ, ਇਹੋ ਜਿਹੀ ਕੁੜੀ ਹੈ. ਹਮਨੇ ਟ੍ਰੇਲਰ ਮੇ ਦੇਖ ਲਿਆ ਵੈਸੇ. ਔਰ ਸ਼ਰਧਾ, ਅਬ ਹਮ ਬਾਤ ਕਰਤੇ ਹੈਂ ਆਪਕੇ ਡੇਲੀ ਸੋਪਸ ਕੀ, ਜਿਹੜੇ ਮੇਰੇ ਪੰਜਾਬੀ ਦਰਸ਼ਕਾਂ ਨੂੰ ਇਹ ਚੀਜ਼ ਨਹੀਂ ਪਤਾ ਕਿ ਇਹ ਪਹਿਲੇ ਥੋੜ੍ਹੇ ਮਤਲਬ ਥੋੜ੍ਹੇ ਬਹੁਤ ਹੀ ਹੋਣਗੇ ਜਿਹਨੂੰ ਨਹੀਂ ਪਤਾ ਹੋਗਾ, ਜਿਹੜੇ ਥੋੜ੍ਹੇ ਬਹੁਤੇ ਮੇਰੇ ਪੰਜਾਬੀ ਦਰਸ਼ਕਾਂ ਨੂੰ ਇਹ ਨਹੀਂ ਪਤਾ, ਸ਼ਰਧਾ ਇੱਕ ਟੀਵੀ ਸੋਪ ਕਰ ਚੁੱਕੇ ਨੇ, ਉਹ ਕੁੰਡਲੀ ਭਾਗਿਆ 'ਚ ਆਉਂਦੀ ਸੀ, ਅਤੇ ਸ਼ਰਧਾ ਆਪਕੇ ਜੈਸੀ ਸਰਗੁਣ ਮਹਿਤਾ ਵੀ ਇਸ ਇੰਡਸਟਰੀ ਮੇ ਆ ਚੁੱਕੇ. ਹਾਂ ਹਾਂ, ਐਟ ਦ ਰੇਟ ਆਪਾਂ ਹੈਸ਼ਟੈਗ ਪਾ ਦਾਂਗੇ. ਹਾਂਜੀ ਹਾਂਜੀ. ਅਤੇ ਅਗਰ ਸ਼ਰਧਾ ਸਰਗੁਣ ਮਹਿਤਾ ਆਪਕੀ ਤਰ੍ਹਾਂ ਡੇਲੀ ਸੋਪ 'ਚ ਆਏ ਐਂਡ ਸ਼ੀ ਇਜ਼ ਡੂਇੰਗ ਵੈਰੀ ਵੈਲ ਇਨ ਦ ਇੰਡਸਟਰੀ, ਔਰ ਅਬ
लग नहीं रहा कि वो डेली सोप्स में वापस जाने का कोई प्लान है, क्योंकि उनके अब लाइन अप एंड फिल्म लाइन अप्स बहुत हो गई है. आपके क्या प्लान्स हैं इफ दिस फिल्म डज सक्सेस, जो कि वो करेगी, अगर इस अगर आपको सक्सेस मिला, विल यू बी इन द पंजाबी इंडस्ट्री या तुसी वापस जाओगे? डेफिनेटली, दैट्स द इंटेंशन, दैट्स द मोटो, दैट्स द मकसद जिसे कहते हैं. पंजाबी में फिल्म मैंने इसीलिए की है, पंजाबी में बोलना भी सीख रही हूँ. मैंने बचपन से आज से कभी पंजाबी गल नहीं की. हूँ मैं अपने घर च होंगी तद भी सारे नाल पंजाबी गल करने की कोशिश करती है. मम्मी पापा सबनों मतलब फोर्स करके रखा हुआ मैंने कि पंजाबी ही सारे गल पंजाबी ही करेंगे घर. तो मैं कोशिश तो कर रही हूँ और इसीलिए कि मैं पंजाबी में और भी फिल्म्स कर सकूँ. और डेफिनेटली अपना जमा पाऊंगा यही पे नहीं, इट्स जस्ट लाइक स्प्रेडिंग योर विंग्स. मैं अपना सीरियल भी नहीं छड़ांगी, वो मेरी यू नो सीरियल के थ्रू मैं हाउस होल्ड नेम हूँ, फेमस हूँ. तो डेफिनेटली आई विल नॉट लीव द सीरियल, बट एक फिल्म के थ्रू तुम एक अपना दूसरा साइड दिखाते हो. तो आई थिंक डिफरेंट साइड, डिफरेंट शेड्स, पीपल गेट टू एक्सप्लोर यू मोर एज अ पर्सन, एज अ कैरेक्टर, एज एन एक्टर. तो जब मैंने इतना एंटरटेन कर रही हूँ, ये भी एक तरह का एंटरटेनमेंट है विच आई थिंक आई ओ टू माय फॉलोअर्स नाउ, तो ये भी करती रहूँगी मैं. और शुद्धा जान जाते जाते आपसे एक लास्ट सवाल हम पूछेंगे, क्योंकि आप बॉलीवुड से ही आए हो. हैशटैग मीटू इज सो इन राइट नाउ. एक लाइन में डू यू सपोर्ट इट और नॉट? आप सपोर्ट कर रहे हैं कि लोग मीडिया पे आके कन्फेस कर रहे हैं, कि आप सपोर्ट करते कि अगर वो पुलिस में जाके कंप्लेन कर रहे हैं? सी ये ऐसा टॉपिक है कि मैं जल्दबाजी में इसमें कोई भी कमेंट्स नहीं करना चाहती. एक लाइन में कहूँगी तो यही कहूँगी कि अगर कोई कुछ कहना चाह रहा है तो जस्ट हियर देम आउट. तो जाने से पहले श्रद्धा अपनी आने वाली पिक्चर के बारे में ऑडियंस को थोड़ा एक्साइटेड. आने वाली पिक्चर के बारे में मेरे प्रोड्यूसर बोलेंगे, चागनाल जी प्रोड्यूसर भी जुड़ चुके हैं, की कहोगे उन पिक्चर आने वाली? थोड़े सारे की उम्मीदा तो असं खरे उतरेंगे, यही कोशिश है, एक वधिया प्रोडक्ट लैके थोड़े अगे आए हैं. बाकी मुस्ताक पाशा जी, बब्बू भाजी साडे नाल, साडी सारी टीम है, एक हार्डवर्क किया वा, लस्सी वधिया प्रोडक्ट का ना है बंजारा है जी. मुस्ताक पाशा जी क्या मैं बब्बू मान भाजी, मुस्ताक पाशा जी, सारी टीम लाइक ओरी भाजी, ओरी प्रोडक्शन वालों उन्होंने पूरी सपोर्ट कर रहे हैं. दिनेश जी ने साढ़े कैनेडा तो जो सा प्रोड्यूसर है हरजीत मंडेर जी अमेरिकन सिस्टम तो, होर साड़ी सारी टीम, सनी बाजवा जी, अनिल होने, साढ़े जिन्नी भी साड़ी टीम है वो काफ़ी हार्डवर्क किया. डेढ़ साल हो गया सू फिल्म हूँ हुई है, 10 दिसंबर सारे ने थिएटर देख लेनी है. जरूर देखेंगे, मिलेंगे हम प्रीमियर देते, वधिया न्यूज़ नाल मिलेंगे. थैंक यू सो मच जुड़न लई नाल, थैंक यू सो मच जुड़न लई, थैंक यू. सो दिस वाज प्राची सैनी फ्रॉम पंजाबी मेनिया साइनिंग ऑफ. सब्सक्राइब करो साडा यूट्यूब चैनल पंजाबी मेनिया ते अपने फोन ते नवीं वीडियोस देखने दे लई हिट करो बेल आइकन. ये हैगी आ 3 जनरेशंस दी कहानी, यानी कि पंजाबी इंडस्ट्री विच ए पहली बार हो रही है कि एक बहुत ही फ्रेश कॉन्सेप्ट है, जो कि एक ही एक्टर 3 किरदार निभा रहा है एक फिल्म दे विच. सो पहला मैं एक्टर्स को इंट्रोड्यूस करदा, जिवे कि सब तो पहला बब्बू मान जी. सो जोरदार ताड़ियां हो जाए पहला बब्बू मान जी दे लई. कंजूसी ना करो जे मैं कह थोड़ी होर ताड़ियां हो जाए. एंड हुन फीमेल एक्टर्स नु जे मैं इंट्रोड्यूस करा, सो श्रद्धा आर्या जी, तुसी इनानु टेलीविजन ते बहुत देखे एंड पॉपुलर टेलीविजन एक्ट्रेस ने, सो ताड़ियां रुकनियां नहीं चाहिदियां जे मैं इंट्रोडक्शन कर रही हां, ते मतलब ताड़ियां ते होण ना. एंड नाल नाल ही मौजूद ने जिया मुस्तफा जी, सो वेलकम. एंड नाल ही ने सारा खत्री जी, ते डायरेक्टर मौजूद ने मुश्ताक पाशा जी, एंड साडे प्रोड्यूसर्स भी ने. सो प्रोड्यूस की थी है राणा अहलूवालिया जी ने, सरदार बब्बू सिंह मान जी ने, एंड हरजीत मंडेर जी ने. सो जोरदार ताड़ियां हो जन साडी फिल्म दे लई, साडी स्टारकास्ट दे लई, डायरेक्टर दे लई, एंड प्रोड्यूसर्स दे लई. सो आई गेस हुण असी मीडिया नु कहांगे जो तुसी सवाल पूछना चाहंदे हो, साडे कोल ही ने स्टारकास्ट वगैरह, जो पूछना चाहंदे हो पूछ सकदे हो. तो फिर ये फिल्म बारे असी मतलब बब्बू मान जी तो ही पूछ लेने आ. पढ़ते सुनते देखते आए हैं,
ਇੱਕ ਵਾਵੇ ਨਾਲ ਹੁੰਦਾ ਜੀ, ਉਹ ਬੰਗਾ ਚੜਾਉਂਦਾ, ਇੱਕ ਬੱਬੇ ਨਾਲ ਹੁੰਦਾ ਜਿਹੜਾ ਵਾਂਡਰਰ ਹੁੰਦਾ, ਉਹ ਬਨਜਾਰਾ ਜਿਹੜਾ ਜਿਪਸੀ ਟਾਈਪ ਜਿਹਨੂੰ ਕਹਿ ਦਿੰਦੇ ਆਪਾਂ, ਜਿਪਸੀ ਤੁਸੀਂ ਦੇਖਦੇ ਹੋ ਇਹ ਪੰਜਾਬੀ ਅੱਖਰੇ ਹੈ ਜੀ ਜੀ। ਬੱਬੂ ਮਾਨ ਨੂੰ ਜੇ ਦੇਖਿਆ ਜਾਵੇ ਉਹਨਾਂ ਦੀ ਪਹਿਲਾਂ ਜਿੰਨੀਆਂ ਫਿਲਮਾਂ ਆਈਆਂ, ਹਸ਼ਰ ਦੇਖੀ ਜਾਵੇ ਸਟੂਡੈਂਟ ਲਾਈਫ ਨਾਲ ਰਿਲੇਟਡ ਸੀ, ਬਾਜ ਦੇਖੀ ਜਾਵੇ ਇੱਕ ਵੱਖਰਾ ਤੁਹਾਡਾ ਰੋਲ ਨਜ਼ਰ ਆਇਆ ਸੀ ਬਾਜ ਦੇ ਵਿੱਚ, ਜਾਂ ਹੋਰ ਦੇਖਿਆ ਜਾਣ ਇੱਕ ਰੋਮਾਂਟਿਕ ਮੇਜ ਟ੍ਰਿਪਲ ਰੋਲ ਚ ਪਹਿਲੀ ਵਾਰ ਨਜ਼ਰ ਆ ਰਹੀ ਹੈ ਬੱਬੂ ਮਾਨ ਦੀ। ਇਹ ਡਾਇਰੈਕਟਰ ਦਾ ਕਮਾਲ ਹੈ ਜੀ। ਇਹ ਅਸਲ ਚ ਕੀ ਸੀ, ਇਹ ਕਹਾਣੀ ਜੀ, ਪਾਸ਼ਾ ਬੜਾ ਪੁਰਾਣਾ ਮੇਰਾ ਸੱਜਣ ਹੈ, ਕਈ ਸਾਲ ਅਸੀਂ ਕਾਫੀ ਹਾਊਸ ਤੇ ਬੈਠਦੇ ਰਹੇ, ਇਹਨੂੰ ਮੈਂ ਕਾਫੀ ਪਿਲਾ ਕੇ ਤੋਰ ਦਿੰਦਾ ਸੀ। ਇਹ ਕਹਿੰਦਾ ਜੀ ਭਾਜੀ ਫਿਲਮ ਕਰਨੀ, ਮੈਂ ਕਿਹਾ ਛੱਡ ਪਰੇ ਯਾਰ ਹੋਰ ਕਿਸੇ ਨਾਲ ਕਰ ਲੈ, ਕੀ ਗੱਲ ਮੈਂ ਕਹਿੰਦਾ ਫਿਰ ਕਰਾਂਗੇ ਹੌਲੀ ਹੌਲੀ ਅਜੇ। ਫਿਰ ਇਹਨਾਂ ਨੇ ਇੱਕ ਕਹਾਣੀ ਬੜੀ ਅੱਛੀ ਲਿਖੀ ਸੀ, ਕਹਾਣੀ ਕਈ ਵਾਰੀ ਸੁਣਾਈ ਤੇ ਮੈਨੂੰ ਕੋਸ਼ਿਸ਼ ਕਰੀ ਕਨਵਿੰਸ ਕਰਨ ਦੀ, ਮੈਂ ਇਹਨੂੰ ਫਿਰ ਅਖੀਰ ਚ ਕਿਹਾ ਵੀ ਛੱਡ ਪਰੇ, ਫਿਰ ਇਹਦਾ ਜਵਾਬ ਇਹ ਸੀ ਵੀ ਹੁਣ ਕਰਨੀ ਕਿਹੜੀ ਹੈ। ਫਿਰ ਮੈਂ ਕਿਹਾ ਵੀ ਆਪਾਂ ਫਿਰ ਟਰੱਕਾਂ ਵਾਲਿਆਂ ਤੇ ਲਿਖਦੇ ਹਾਂ, ਮੇਰਾ ਬੜਾ ਸ਼ੌਕ ਹੈ ਕਿਉਂਕਿ ਸਾਡਾ ਪੇਸ਼ਾ ਪੁਰਾਣਾ ਜਿਹੜਾ ਸਾਡਾ ਖਾਨਦਾਨ ਇਹੀ ਸੀ, ਤੋ ਫਿਰ ਅਸੀਂ ਇਹਨੂੰ ਇਹ ਸੋਚਿਆ ਕਿ ਇਹਨੂੰ ਉੱਥੇ ਲੈ ਕੇ ਜਾਈਏ, ਫਿਰ ਇਹ ਧੀਰਜ ਉਹਨੂੰ ਸਾਡੇ ਨਾਲ ਇਨਵੋਲਵ ਹੋ ਗਏ, ਸੋ ਇਸ ਤਰ੍ਹਾਂ ਇਹ ਕਹਾਣੀ ਬਣੀ। ਕਹਾਣੀ ਇਸ ਕਰਕੇ ਮੈਂ ਫਿਲਮਾਂ ਤੋਂ ਭਜਦਾ ਕਿਉਂਕਿ ਇੱਕੋ ਜਿਹੀਆਂ ਕਹਾਣੀਆਂ ਹੁੰਦੀਆਂ ਜ਼ਿਆਦਾ, ਫਿਲਮ ਦਾ ਚੱਲ ਜਾਣਾ ਇੱਕ ਹੋਰ ਗੱਲ ਹੈ, ਸਿਨੇਮੇ 'ਚੋਂ ਇਹ ਕਹਿ ਕੇ ਨਿਕਲਣਾ ਕਿ ਗੱਲ ਤਾਂ ਬਣੀ ਨਹੀਂ ਉਹ ਫਿਰ ਬਿਜ਼ਨਸ ਵੀ ਬੇਮਾਨ ਹੈ, ਚੱਲਣਾ ਨਾ ਚੱਲਣਾ ਬਾਅਦ ਦੀਆਂ ਗੱਲਾਂ, ਪਰ ਇਹ ਹੋਵੇ ਕਿ ਹਾਂ ਇੱਕ ਅਲੱਗ ਤਰ੍ਹਾਂ ਦੀ ਫਿਲਮ, ਔਰ ਜ਼ਰੂਰੀ ਨਹੀਂ ਕਿ ਕਈ ਵਾਰੀ ਬਹੁਤ ਅੱਛੀਆਂ ਫਿਲਮਾਂ ਰਹਿ ਜਾਂਦੀਆਂ, ਕਈ ਵਾਰੀ ਬਹੁਤ ਮਾੜੀਆਂ ਵੀ ਚੱਲ ਜਾਂਦੀਆਂ, ਸੋ ਇਹ ਕੰਸੈਪਟ ਇੱਦਾਂ ਦਾ ਸੀ ਕਿ ਥੋੜ੍ਹਾ ਜਿਹਾ ਅਲੱਗ ਲੱਗੇ, ਜਦੋਂ ਬੰਦਾ 2 ਘੰਟੇ ਥੀਏਟਰ 'ਚ ਬੈਠੇ ਤਾਂ ਉਹਨੂੰ ਲੱਗੇ ਕਿ ਇੱਕ ਅਲੱਗ ਤਰ੍ਹਾਂ ਦੀ ਫਿਲਮ ਹੈ, ਕਿਉਂਕਿ ਪੰਜਾਬੀ ਇਸ ਸਿਨੇਮੇ 'ਚ ਅਜੇ ਕੰਸੈਪਟ ਅਜੇ ਘੱਟ ਹੈ, ਸੋ ਮੈਨੂੰ ਲੱਗਦਾ ਕਿ ਮੈਂ ਇਸੇ ਕਰਕੇ ਘੱਟ ਕਰਦਾ ਕਿ ਮੈਂ ਅਲੱਗ ਅਲੱਗ ਤਰ੍ਹਾਂ ਦੀਆਂ ਕਰਾਂ ਤਾਂ ਫਾਇਦਾ ਨਹੀਂ ਤਾਂ ਫਿਰ ਕੁਛ ਲੱਗਦਾ। ਟਰੱਕ ਡਰਾਈਵਰ ਜਿੱਦਾਂ ਦਾ ਪੇਸ਼ਾ ਹੈਗਾ ਜੀ, ਫਿਲਮ 'ਚ ਰੋਮਾਂਸ ਕਰਨ ਦਾ ਟਾਈਮ ਮਿਲ ਗਿਆ? ਟਰੱਕਾਂ ਦਾ ਬਹੁਤ ਰੋਮਾਂਟਿਕ ਹੁੰਦਾ ਹੈ, ਪਰ ਜਿੱਦਾਂ ਟਰੱਕ ਡਰਾਈਵਰ ਇੱਕ ਆਮ ਜੀ ਗੱਲ ਕਹੀ ਜਾਂਦੀ ਹੈ ਕਿ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੁੱਕਣੇ ਸੌਖੇ ਨਹੀਂ, ਡਰਾਈਵਰੀ ਵੇਲੋ, ਇਹ ਉਹਨਾਂ ਦੇ ਪੇਸ਼ੇ ਦਾ ਸ਼ਾਰ ਹੈ ਟਰੱਕ ਡਰਾਈਵਰ। ਦੇਖੋ ਰੋਮਾਂਸ ਦੀ ਕੋਈ ਸੀਮਾ ਨਹੀਂ, ਇਹ ਕਦੇ ਵੀ ਕਿਤੇ ਵੀ ਹੋ ਜਾਂਦਾ, ਹਰ ਬੰਦੇ ਦੇ ਅੰਦਰ ਇੱਕ ਗੱਲ ਤਾਂ ਹੁੰਦਾ, ਚੜ੍ਹਦੀ ਉਮਰ ਇੱਕ ਇਸ਼ਕ ਤਾਂ ਹੁੰਦਾ, ਉਹ ਵੱਖਰੀ ਗੱਲ ਹੈ ਕਿ ਹੁਣ ਤੁਸੀਂ ਮੰਨੋ ਨਾ ਮੰਨੋ। ਤੁਸੀਂ ਫਿਲਮ ਦੇਖੋਗੇ ਤੁਹਾਨੂੰ ਇਹਦਾ ਜਿਹੜਾ ਸਕਰੀਨ ਪਲੇ ਅਲੱਗ ਤਰ੍ਹਾਂ ਦਾ ਮਿਲੂਗਾ, ਇਹ ਇੱਕ ਰੁਟੀਨ ਦੀ ਕਹਾਣੀ ਨਹੀਂ ਹੋਊਗੀ, ਤੁਸੀਂ ਜੇ ਇੱਕ ਵਾਰੀ ਦੇਖੋਗੇ ਤਾਂ ਤੁਹਾਨੂੰ ਆਨੰਦ ਆਊਗਾ, ਤੁਸੀਂ ਸਮਝੋਗੇ ਸਿਨੇਮੇ ਨੂੰ ਬੈਠ ਕੇ ਕਿ ਹਾਂ ਵਾਕਈ ਅਲੱਗ ਤਰ੍ਹਾਂ ਦੀ, ਮੈਨੂੰ ਦੇਖਣ ਦਾ ਆਨੰਦ ਆਇਆ। ਓਕੇ, ਸੋ ਪਹਿਲਾਂ ਅਸੀਂ ਡਾਇਰੈਕਟਰ ਮੁਸ਼ਤਾਕ ਪਾਸ਼ਾ ਜੀ ਨੂੰ ਵੀ ਪੁੱਛ ਲਾਂਗੇ ਕਿ ਆਖਿਰ ਇਹ ਫਿਲਮ ਕਿਸ ਬਾਰੇ ਹੈ, ਆਖਿਰ ਬੇਸਲਾਈਨ ਕੀ ਹੈ ਫਿਲਮ ਦੀ? ਇਹ ਫਿਲਮ ਦੀ USP ਹੈ ਜਿਹੜੀ, ਉਹ ਸਿਰਫ ਔਰ ਸਿਰਫ ਬੱਬੂ ਮਾਨ। ਬੱਬੂ ਮਾਨ ਤਾਂ ਇੱਕੋ ਨਹੀਂ ਮਾਨ, ਸਾਡੀ ਫਿਲਮ ਦੇ ਵਿੱਚ ਤਾਂ 3 ਮਾਨ ਨੇ ਜੀ। ਇਹ ਕਹਾਣੀ ਜਿਵੇਂ ਭਾਜੀ ਨੇ ਦੱਸਿਆ, ਇਹ ਜਰਨੀ ਦੀ ਕਹਾਣੀ ਹੈ 3 ਜਨਰੇਸ਼ਨ ਦੀ, ਦਾਦਾ, ਬੇਟਾ ਤੇ ਪੋਤਾ। ਹੁਣ ਤੁਸੀਂ ਕਹੋਗੇ ਬੱਬੂ ਮਾਨ ਜੀ ਨੂੰ ਬੁੜਾ ਬਣਾ ਦਿੱਤਾ, ਬਜ਼ੁਰਗ ਬਣਾ ਦਿੱਤਾ, ਨਹੀਂ, ਇਹਦੀ ਵਿਲੱਖਣਤਾ ਇਹੀ ਆ ਇਸ ਕਹਾਣੀ ਦੀ ਕਿ ਤਿੰਨੋਂ ਜਨਰੇਸ਼ਨ ਦੇ ਵਿੱਚ ਯੰਗ ਲਾਈਫ ਹੈ। ਔਰ ਕਿਸੇ ਨੇ ਹੁਣ ਪੁੱਛਿਆ ਸੀ ਕਿ ਟਰੱਕਾਂ ਵਾਲੇ ਰੋਮਾਂਸ ਕਰਦੇ ਨੇ, ਸਾਡੀ ਫਿਲਮ ਦੀ ਟਰੱਕਾਂ ਵਾਲੇ ਦਾਦਾ ਵੀ ਰੋਮਾਂਸ ਕਰਦਾ, ਬੇਟਾ ਵੀ ਰੋਮਾਂਸ ਕਰਦਾ ਤੇ ਪੋਤਾ ਵੀ ਰੋਮਾਂਸ ਕਰਦਾ ਹੈ। ਇਹ ਜਰਨੀ ਸਾਡੀ ਫਿਲਮ ਦੀ ਜਰਨੀ ਇਹ ਆ ਕਿ ਇੱਕ ਕਹਾਣੀ ਚੱਲਦੀ ਆ ਲਾਹੌਰ ਤੋਂ, ਸਾਡੀ ਗੁਜਰਾਂਵਾਲੇ ਤੋਂ ਅੰਮ੍ਰਿਤਸਰ ਤੱਕ ਦੀ ਕਹਾਣੀ ਆ, ਤੇ ਨੈਕਸਟ ਕਹਾਣੀ ਹੈਗੀ ਸਾਡੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਕਹਾਣੀ ਹੈ, ਤੇ ਜਿਹੜੀ ਹੁਣ ਕੈਨੇਡਾ ਦੀ ਕਹਾਣੀ ਆ ਉਹ ਹੈਗੀ ਆ ਸੂਰੀ ਤੋਂ ਲੈ ਕੇ ਕੈਨੇਡਾ, ਸਰੀ ਤੋਂ ਲੈ ਕੇ ਕੈਲਗਰੀ ਤੱਕ। ਤੇ ਇਸ ਕਰਕੇ ਤੁਹਾਨੂੰ ਕਹਾਣੀ ਤਾਂ ਫਿਲਮ ਦੇਖ ਕੇ ਹੀ ਪਤਾ ਚੱਲੂਗੀ, ਅਸੀਂ ਨਹੀਂ ਦੱਸਾਂਗੇ ਕਿਉਂਕਿ ਪੈਸੇ ਲਾ ਕੇ ਟਿਕਟ ਲਾ ਕੇ ਦੇਖੋ ਤਾਂ ਵਧੀਆ ਗੱਲ ਆ, ਪਰ ਇਹ ਗੱਲ ਆ ਤੁਹਾਨੂੰ ਕਲਰਸ ਬਹੁਤ ਅਲੱਗ ਮਿਲਣਗੇ, ਮਿਊਜ਼ਿਕ ਬਹੁਤ ਕਮਾਲ ਦਾ ਮਿਲੂਗਾ। ਤੁਸੀਂ ਪਹਿਲਾਂ ਭਾਜੀ ਦਾ ਟਰੋਲਾ ਸੁਣਿਆ ਹੀ ਆ, ਮੈਂ ਭਾਜੀ ਨੂੰ ਬਹੁਤ ਜ਼ਿੱਦ ਕਰ ਰਿਹਾ ਸੀਗਾ ਕਿ ਟਰੋਲਾ ਫਿਲਮ ਦੇ ਵਿੱਚ ਪਾਉਣਾ, ਇਹ ਕਹਿੰਦੇ ਕਿਉਂ, ਮੈਂ ਵੀ ਬਹੁਤ ਵਧੀਆ ਬਣਿਆ ਹੋਇਆ, ਕਹਿੰਦੇ ਤੈਨੂੰ ਮੇਰੀ ਕ੍ਰੀਏਟੀਵਿਟੀ ਤੇ ਸ਼ੱਕ ਆ, ਮੈਂ ਡਰ ਗਿਆ ਮੈਂ ਕਿਉਂ ਕਹਿ ਦਿੰਦੇ, ਕਹਿੰਦੇ ਆਪਾਂ ਇਸ ਤੋਂ ਵੀ ਵਧੀਆ ਟਰੋਲਾ ਬਣਾਵਾਂਗੇ। ਔਰ ਟਰੋਲਾ ਸਾਊਂਡ ਹੁਣ ਤੁਸੀਂ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਕਿ ਕੀ ਬਣਾਇਆ, ਪਹਿਲਾ ਟਰੋਲਾ ਦੂਸਰਾ ਟਰੋਲਾ ਉੱਤੇ ਹੀ ਆ, ਉਹਦੇ ਨਾਲ ਸਾਡੇ ਵਾਸਤੇ ਇੱਕ ਗਾਣਾ ਹੀ ਬਹੁਤ ਹੈ ਟਰੋਲੇ ਦਾ ਭਾਜੀ ਨੂੰ। ਹੋਰ ਕਹਾਣੀ ਮੈਂ ਨਹੀਂ ਦੱਸ ਪਾਵਾਂਗਾ ਕਿਉਂਕਿ ਦੱਸਣ ਨੂੰ ਜੀ ਕਰਦਾ ਹੈ, ਪਰ ਪ੍ਰੋਡਿਊਸਰ ਬੈਠੇ ਨੇ ਇੱਧਰ, ਉਹ ਕਹਿੰਦੇ ਪਹਿਲਾਂ ਹੀ ਦੱਸਤਾ ਲੋਕਾਂ ਨੂੰ ਕਹਾਣੀ, ਫਿਰ ਗਲਤ ਹੋ ਜਾਊਗਾ।
ਸੋ ਫੀਮੇਲ ਐਕਟਰਸ ਦੇ ਕੋਲ ਆਨੇ ਆ ਸੋ ਸਭ ਤੋਂ ਪਹਿਲਾਂ ਸ਼ਰਧਾ ਆਰਿਆ ਜੀ ਜੋ ਕਿ ਪੰਜਾਬੀ ਇੰਡਸਟਰੀ ਵਿੱਚ ਡੈਬਿਊ ਕਰ ਰਹੇ ਨੇ ਸੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਪੰਜਾਬੀ ਫਿਲਮ ਕਰਨ ਦਾ ਬੱਬੂ ਮਾਨ ਜੀ ਦੇ ਨਾਲ ਕੰਮ ਕਰਨ ਦਾ ਬਹੁਤ ਅੱਛਾ ਐਕਚੁਲੀ ਮੇਰੀ ਹਿੰਦੀ ਫਿਲਮ ਜੋ ਪਹਿਲੀ ਥੀ ਇਸਮੇ ਮੈਨੇ ਛੋਟਾ ਸਾ ਰੋਲ ਕੀਆ ਥਾ ਵੋ ਮਿਸਟਰ ਬੱਚਨ ਕੇ ਸਾਥ ਥੀ ਉਨਕੀ ਬੇਟੀ ਕਾ ਰੋਲ ਕੀਆ ਥਾ ਔਰ ਪਹਿਲੀ ਪੰਜਾਬੀ ਫਿਲਮ ਜੋ ਮੈਨੇ ਕੀਆ ਹੈ ਵੋ ਬੱਬੂ ਮਾਨ ਜੀ ਕੇ ਸਾਥ ਹੈ ਔਰ ਥੋੜਾ ਬਹੁਤ ਜੋ ਐਕਸਪੀਰੀਅੰਸ ਹੈ ਨਾ ਵੋ ਸਿਮਿਲਰ ਸਾ ਫੀਲਿੰਗ ਲੱਗ ਰਹੀ ਹੈ ਵੋ ਵੀ ਇੱਕ ਲੈਜੈਂਡਰੀ ਫਿਗਰ ਹੈ ਇਹ ਵੀ ਇੱਕ ਲੈਜੈਂਡਰੀ ਫਿਗਰ ਹੈ ਔਰ ਆਈ ਥਿੰਕ ਆਈ ਕੁਡਨਟ ਹੈਵ ਆਸਕ ਫੋਰ ਮੋਰ ਬਹੁਤ ਅੱਛਾ ਐਕਸਪੀਰੀਅੰਸ ਰਹਾ ਬਹੁਤ ਪੀਸਫੁਲ ਸ਼ੂਟ ਰਹੀ ਔਰ ਮੁਝੇ ਇਹ ਵੀ ਬਹੁਤ ਅੱਛਾ ਲੱਗਾ ਕਿ ਮੇਰਾ ਜੋ ਰੋਲ ਥਾ ਵੋ ਕੈਨੇਡਾ ਮੇਂ ਸ਼ੂਟ ਹੋਣਾ ਥਾ ਤੋ ਮੈਨੇ ਇੱਕ ਨਈ ਕੰਟਰੀ ਇੱਕ ਨਈ ਸਿਟੀ ਦੇਖ ਲਈ ਔਰ ਜੋ ਮੇਰਾ ਕੈਰੇਕਟਰ ਹੈ ਵੋ ਵੀ ਆਪ ਦੇਖ ਸਕਦੇ ਇਧਰ ਮਤਲਬ ਜਿਸ ਮੈਂ ਮੂੰਹ ਬਣਾ ਰਹੀ ਹੂੰ ਐਸੀ ਮੈਂ ਰੀਅਲ ਲਾਈਫ ਮੈਂ ਵੀ ਬਣਾਤੀ ਰਹਿਤੀ ਹੂੰ ਤੋ ਮੇਰੀ ਰੀਅਲ ਲਾਈਫ ਸੇ ਵੀ ਕਾਫੀ ਰਿਲੇਟਡ ਹੀ ਸਿਮਿਲਰ ਟਾਈਪ ਆਫ ਕੈਰੇਕਟਰ ਹੈ ਮੈਂ ਵੈਸੇ ਵੀ ਬਹੁਤ ਬੋਲਤੀ ਹੂੰ ਔਰ ਉਸ ਵੀ ਮੈਂ ਬਹੁਤ ਬੋਲ ਰਹੀ ਹੂੰ ਪਰ ਉਸ ਮੈਂ ਪੰਜਾਬੀ ਮੈਂ ਬੋਲ ਰਹੀ ਹੂੰ ਦੀ ਓਨਲੀ ਡਿਫਰੈਂਸਿਸ ਔਰ ਬਟ ਮਾਈ ਕੈਰੇਕਟਰ ਐਂਡ ਮਾਈ ਰੋਲ ਐਂਡ ਮਾਈ ਪਾਰਟ ਇਜ਼ ਵੈਰੀ ਫਨ ਇਟਸ ਫੁੱਲ ਆਫ ਲਾਈਫ ਇਟਸ ਫੁੱਲ ਆਫ ਐਨਰਜੀ ਔਰ ਸਾਥ ਹੀ ਸਾਥ ਮੈਂ ਬਹੁਤ ਮੀਨਿੰਗਫੁੱਲ ਪਾਰਟ ਵੀ ਹੈ ਸੋ ਮੁਝੇ ਬਹੁਤ ਮੈਨੇ ਜਬ ਫਿਲਮ ਕੀ ਸਟੋਰੀ ਸੁਣੀ ਥੀ ਪਾਸ਼ਾ ਸਰ ਸੇ ਤਬ ਵੀ ਮੁਝੇ ਲੱਗਿਆ ਇਤਨੀ ਅੱਛੀ ਫਿਲਮ ਹੈ ਇਸਮੇ ਤੋ ਆਈ ਹੋਪ ਕਿ ਹੋ ਹੀ ਜਾਏ ਬਿਕਾਜ਼ ਆਈ ਵਾਜ਼ ਓਨਲੀ ਮੀਟਿੰਗ ਦੈਮ ਔਰ ਮੁਝੇ ਪਤਾ ਨਹੀਂ ਥਾ ਕਿ ਮੈਂ ਸਿਲੈਕਟ ਹੋਊਂਗੀ ਕਿ ਨਹੀਂ ਐਂਡ ਦੈਨ ਆਈ ਵਾਜ਼ ਸਿਲੈਕਟ ਐਂਡ ਆਈ ਕੁਡਨਟ ਹੈਵ ਆਸਕਡ ਫੋਰ ਮੋਰ ਐਂਡ ਨੈਕਸਟ ਜੀਆ ਜੀ ਸੋ ਤੁਹਾਨੂੰ ਪੰਜਾਬੀ ਫਿਲਮ ਵਿੱਚ ਇਹ ਬੰਜਾਰਾ ਫਿਲਮ ਵਿੱਚ ਤੁਸੀਂ ਕੰਮ ਕੀਤਾ ਹੈ ਸੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਬਹੁਤ ਬਹੁਤ ਅੱਛਾ ਐਕਸਪੀਰੀਅੰਸ ਥਾ ਮੈਂ ਬਹੁਤ ਨਰਵਸ ਥੀ ਇਨਿਸ਼ਲੀ ਮੁਝੇ ਲਗਾ ਕਿ ਮੁਝੇ ਲੈਂਗੁਏਜ ਨਹੀਂ ਆਤੀ ਐਂਡ ਡੈਬਿਊ ਹੈ ਮੈਂ ਕੈਸੇ ਕਰੂੰਗੀ ਬਟ ਪਹਿਲੇ ਦਿਨ ਸੇ ਮੁਝੇ ਬਹੁਤ ਕੰਫਰਟੇਬਲ ਫੀਲ ਕਰਾਇਆ ਐਂਡ ਨਾ ਲੈਂਗੁਏਜ ਮੇਂ ਇਸ਼ੂ ਨਾ ਡਾਇਲੋਗਸ ਮੇਂ ਇਸ਼ੂ ਆਈ ਥਿੰਕ ਮੈਂ ਬੈਟਰ ਡੈਬਿਊ ਮੰਗ ਵੀ ਨਹੀਂ ਸਕਦੀ ਥੀ ਐਂਡ ਈਵਨ ਪੰਜਾਬ ਮੇਂ ਐਕਸਪੀਰੀਅੰਸ ਮੇਰਾ ਬਹੁਤ ਬਹੁਤ ਅੱਛਾ ਰਹਾ ਸੋ ਆਈ ਐਮ ਹੋਪਿੰਗ ਕਿ ਇਨਕੇ ਸਾਥ ਕੰਮ ਕਰਨੇ ਕਾ ਮੌਕਾ ਫਿਰ ਮਿਲੇ ਮੁਝੇ ਓਕੇ ਸੋ ਨੈਕਸਟ ਸਾਰਾ ਜੀ same question yes it is great as jia and shraddha ne bola we don't basically speak in punjabi but set pe itna family like atmosphere tha babbu maan ji is so supportive on set like we were so scared that itne bade figure ke sath shoot karna hai but I think he was super supportive very polite family like atmosphere on set fabulous ਓਕੇ ਥੈਂਕ ਯੂ ਸਾਰਾ ਜੀ ਸੋ ਅਸੀਂ ਹੁਣ ਮੂਵ ਕਰਾਂਗੇ ਪ੍ਰੋਡਿਊਸਰਸ ਵੱਲ ਜਿਨ੍ਹਾਂ ਨੇ ਫਿਲਮ ਬਣਾਈ ਹੈ ਕਰਤਾ ਧਰਤਾ ਇਸ ਫਿਲਮ ਦੇ ਵਿਵੇਕ ਓਰੀ ਜੀ ਐਂਡ ਰਾਣਾ ਆਹਲੂਵਾਲੀਆ ਜੀ ਪਹਿਲਾਂ ਦੱਸਦਾ ਕਿ ਪ੍ਰੋਡਕਸ਼ਨ ਨੇ ਰਾਣਾ ਆਹਲੂਵਾਲੀਆ ਪ੍ਰੋਡਕਸ਼ਨਸ ਮਾਨ ਫਿਲਮਸ ਅਮੈਰੀਕਨ ਸਿਸਟਮਸ ਮੋਸ਼ਨ ਪਿਕਚਰਸ ਇਨ ਐਸੋਸੀਏਸ਼ਨ ਵਿਦ ਓਰੀ ਪ੍ਰੋਡਕਸ਼ਨ ਸੋ ਆਹਲੂਵਾਲੀਆ ਜੀ ਇਹ ਫਿਲਮ ਮੇਰੇ ਕਰਕੇ ਨਹੀਂ ਬਣੀ ਬੱਬੂ ਭਾਜੀ ਕਰਕੇ ਫਿਲਮ ਬਣੀ ਹੈ ਕਿਉਂਕਿ ਇਹਨਾਂ ਦਾ ਆਸ਼ੀਰਵਾਦ ਮਿਲਿਆ ਤੇ ਤਾਂ ਇਹ ਫਿਲਮ ਅੱਗੇ ਵਧੀਆ ਤੇ ਉਹਨਾਂ ਨੇ ਹਾਂ ਕੀਤੀ ਆ ਮੈਂ ਕੌਣ ਅਸੀਂ ਵੀ ਜਿੱਦਾਂ ਆਮ ਤੁਸੀਂ ਸਾਰੇ ਬੈਠੇ ਹੋ ਅਸੀਂ ਵੀ ਮੈਂ ਵੀ ਇਹੀ ਚਾਹੁੰਦਾ ਸੀ ਜਦੋਂ ਦੇ ਭਾਜੀ ਨਾਲ ਜੁੜੇ ਨੇ ਤੇ ਇੱਕ ਸਬੱਬ ਬਣਿਆ ਸਾਡਾ ਇਹ ਫਿਲਮ ਕਰਨ ਦਾ ਪਾਸ਼ਾ ਜੀ ਨੇ ਦੱਸਿਆ ਕਿ ਰਾਣਾ ਜੀ ਆਪਾਂ ਆਪਣੀ ਕੋਈ ਸਟੋਰੀ ਇੱਦਾਂ ਦੀ ਆਪਾਂ ਕਰਨੀ ਮੈਂ ਕਿਹਾ ਭਾਜੀ ਦੀ ਹਾਂ ਤਾਂ ਸਾਡੀ ਵੀ ਹਾਂ ਹੀ ਮੇਨ ਤਾਂ ਪ੍ਰੋਡਿਊਸਰ ਭਾਜੀ ਨੇ ਮੈਂ ਕੌਣ ਭਾਜੀ ਦੀ ਕਰਕੇ ਫਿਲਮ ਹੈ ਬਾਕੀ ਸਾਰੇ ਤੁਸੀਂ ਸਭ ਜਾਣਦੇ ਹੋ ਮੈਂ ਸੀ 21 ਦਿਨਾਂ ਦੇ ਵਿੱਚ ਹੋ ਗਿਆ ਮੈਨੂੰ 10 ਸਾਲ ਲੱਗ ਗਏ ਤੇ ਇਸੇ ਕਰਕੇ ਆਈ ਐਮ ਬਲੈਸਡ ਕਿ ਬੱਬੂ ਭਾਜੀ ਦਾ ਪਿਆਰ ਤੇ ਜਿਸ ਤਰ੍ਹਾਂ ਆਈ ਕੈਂਟ ਐਕਸਪਲੇਨ ਕਿ ਮੇਰੇ ਕੋਲ ਵਰਡਸ ਹੈ ਨਹੀਂ ਗੇ ਮੈਂ ਦੱਸ ਸਕਾਂ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਜਿਸ ਤਰ੍ਹਾਂ ਵੀ ਤੁਸੀਂ ਮਾਰਕੀਟ 'ਚ ਕੁਛ ਵੀ ਸੁਣਦੇ ਹੋ ਪਰ ਜਿਸ ਤਰ੍ਹਾਂ ਸ਼ਰਧਾ ਨੇ ਕਿਹਾ ਜੀਆ ਨੇ ਕਿਹਾ ਅਤੇ ਸਾਰਿਆਂ ਨੇ ਕਿਹਾ ਇਜ਼ ਮੋਰ ਦੈਨ 1000% ਇਜ਼ ਟਰੂ ਕਿ ਭਾਜੀ ਜਿੰਨੀ ਸਪੋਰਟ ਕਰਦੇ ਨੇ ਜੋ ਹੈਲਪ ਇਹਨਾਂ ਨੇ ਸੈੱਟ 'ਤੇ ਕੀਤੀ ਆ ਜੋ ਇੱਕ ਦੂਸਰੇ ਦੇ ਨਾਲ ਸਪੋਰਟ ਕੀਤੀ ਜੋ ਸਾਰਿਆਂ ਨੇ ਮੋਟੀਵੇਸ਼ਨ ਦਿੱਤੀ ਆ ਇਜ਼ ਅਮੇਜ਼ਿੰਗ ਕਿਸੇ ਕੋਲ ਵਰਡ ਨਹੀਂ ਹੈ ਨਾ ਸਾਡੇ ਕੋਲ ਵਰਡਸ ਹੋਣੇ ਨਾ ਤੁਹਾਡੇ ਕੋਲ ਕੋਈ ਵਰਡ ਕਰ ਸਕਦੇ ਕਿ ਜੋ ਭਾਜੀ ਨੇ ਕੀਤਾ ਜੋ ਸਾਡੀ ਸਪੋਰਟ ਕੀਤੀ ਹੈ ਇਹ ਫਿਲਮ ਭਾਜੀ ਦੀ ਹੈ ਅਤੇ ਭਾਜੀ ਕਰਕੇ ਇਹ ਫਿਲਮ ਬਣੀ ਹੈ ਅਤੇ ਮੈਂ ਇਹਨਾਂ ਦਾ ਵੀ ਥੈਂਕਸ ਕਰਦਾ ਅਤੇ ਉਸ ਪਰਮਾਤਮਾ ਦਾ ਵੀ ਅਤੇ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਅੱਜ ਪਹੁੰਚੇ ਹੋ ਸ਼ੋ ਸ਼ਾਰਟ ਨੋਟਿਸ ਦੇ ਉੱਤੇ ਅਤੇ ਬਾਕੀ ਤੁਹਾਡੇ ਹੋਰ ਹੀ ਸਭ ਦੱਸਣਗੇ ਪੂਰੀ ਟੀਮ ਐਫਰਟ ਹੈ ਸਾਰਿਆਂ ਨੇ ਇਸ ਫਿਲਮ ਦੇ ਵਿੱਚ ਰਾਣਾ ਜੀ ਤੋਂ ਲੈ ਕੇ ਬੱਬੂ ਜੀ ਮੁਸ਼ਤਾਕ ਸ਼ਰਧਾ ਸਾਰਾ ਜੀਆ ਰਾਣਾ ਰਣਵੀਰ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਕੰਸੈਪਟ ਜਿੱਦਾਂ ਦੀ ਅੱਜ ਕੱਲ੍ਹ ਪੰਜਾਬੀ ਪਿਕਚਰਾਂ ਆ ਰਹੀਆਂ ਉਹਦੇ ਨਾਲ ਉਹ ਵੱਖਰਾ ਹੈ ਸਿਨੇਮਾ ਦੇਖਣ ਨੂੰ ਮਿਲੂਗਾ ਜਿੱਦਾਂ ਬੱਬੂ ਜੀ ਨੇ ਕਿਹਾ ਹੈਗਾ ਔਰ ਜੋ ਫਿਲਮ ਹੁੰਦੀ ਹੈ ਇਹ ਫਿਲਮ ਹੈ ਮੈਂ ਇਹੀ ਕਹਿਣਾ ਚਾਹੂੰਗਾ ਕਿ ਔਰ ਸਾਲ ਡੇਢ ਸਾਲ ਦੀ ਮਿਹਨਤ ਲੱਗੀ ਹੋਈ ਪੂਰੀ ਟੀਮ ਦੀ
ਤੇ ਇਹ ਸਾਰਿਆਂ ਨੇ ਹੁਣ ਫਿਲਮ ਬਣਾਈ ਹੈ। ਹੁਣ ਸਾਡਾ ਕੰਮ ਸ਼ੁਰੂ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਵਰਲਡ ਵਾਈਡ ਇਸ ਨੂੰ ਵੱਡੇ ਤੋਂ ਮੈਕਸੀਮਮ ਸਕਰੀਨਰ ਵਿੱਚ ਰੀਚ ਕਰੀਏ ਔਰ ਚੰਗੇ ਤਰੀਕੇ ਨਾਲ ਇਹਨੂੰ ਪ੍ਰਮੋਸ਼ਨ ਪਬਲਿਸਿਟੀ ਕਰਕੇ ਵਰਲਡ ਵਾਈਡ ਰਿਲੀਜ਼ ਕਰੀਏ। ਮੈਂ ਬੱਬੂ ਜੀ ਨੂੰ ਕਹੂੰਗਾ, ਹੋਰ ਬਾਕੀ ਪ੍ਰੈਸ ਦੇ ਸਾਰੇ ਜ਼ਿਆਦਾਤਰ ਸਵਾਲ ਬੱਬੂ ਜੀ ਨਾਲ ਜ਼ਿਆਦਾ ਮੈਨੂੰ ਲੱਗਦਾ ਹੋਊਗੇ ਅਤੇ ਮੈਂ ਮਾਈਕ ਉਹਨਾਂ ਨੂੰ ਦਿੰਦਾ। ਓਕੇ ਸੋ ਓਵਰ ਟੂ ਮੀਡੀਆ, ਜੇ ਤੁਸੀਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਫਿਲਮ ਦੇ ਰਿਲੇਟਡ ਤੋਂ ਪੁੱਛ ਸਕਦੇ ਹੋ। ਗੱਲ ਤਾਂ ਟਾਈਮ ਤੋਂ ਸਟਾਰਟ ਹੋਈ ਸੀ। ਹੈਲੋ, ਆਈ ਐਮ ਸੇਇੰਗ ਗੱਲ ਤਾਂ ਟਾਈਮ ਤੋਂ ਸਟਾਰਟ ਹੋਈ ਸੀ ਕਿ 3 ਵਜੇ ਦਾ ਟਾਈਮ ਦੇ ਕੇ 4 ਵਜੇ। ਆਈ ਵੁਡ ਲਾਈਕ ਟੂ ਸਟਾਰਟ ਫਰੋਮ ਦੈਟ ਨੋਟ ਓਨਲੀ ਕਿ ਵਾਈ ਮੀਡੀਆਜ਼ ਟਾਈਮ ਇਜ਼ ਨਾਟ important to artists. Then organizers can explain. Organizer ਜਿਨ੍ਹਾਂ ਨੇ ਤੁਹਾਨੂੰ ਥੋੜਾ ਥੋੜਾ ਜਿਹੜੇ ਪੱਤਰਕਾਰ ਸੱਜਣ ਮੇਰੇ ਵਾਕਫ ਮਿੱਤਰ ਉਹਨਾਂ ਨੂੰ ਪਤਾ ਮੇਰੀ ਆਦਤ, ਮੈਂ ਵੈਸੇ ਅੱਧਾ ਘੰਟਾ ਪਹਿਲੇ ਹੀ ਜਾਣਾ ਜਿੱਥੇ ਵੀ ਜਾਣਾ, ਕਿਉਂਕਿ ਸ਼ਾਇਦ ਤੁਹਾਡੇ ਨਾਲ ਅਸੀਂ ਜ਼ਿਆਦਾ ਕੰਮ ਕਰਦੇ ਹਾਂ ਨਿੱਜੀ ਜ਼ਿੰਦਗੀ, ਤੋ ਸਾਡਾ ਤਾਂ ਟਾਈਮ ਤੇ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ। ਸੋ ਇਹ ਸਵਾਲ ਦਾ ਜਿਹੜਾ ਜਵਾਬ ਹੈ ਤੁਹਾਡੀ, ਜਿਹੜੀ ਤਲਖੀ ਹੈ ਇਹ ਤਲਖੀ ਜ਼ਿਆਦਾ ਮੈਨੂੰ ਲੱਗਦੀ, ਕੋਈ ਏਡੀ ਗੱਲ ਨਹੀਂ। ਉਹ ਜਿੱਦਾਂ ਹੁੰਦਾ ਵੀ ਕੋਈ ਨੀ, ਕਈ ਵਾਰੀ ਪ੍ਰੈਸ ਕ੍ਰੀਏਟ ਹੋ ਜਾਂਦੀ ਹੈ ਨਾ, ਏਡਾ ਮਸਲਾ ਨਹੀਂ। ਬੰਬੇ ਤੋਂ ਆਇਆ ਵਿਚਾਰੇ, ਅੱਜ ਹੀ ਆਇਆ, ਇਹ ਸੀਰੀਅਲ ਕਰਦੇ, ਇਹਦਾ ਤਾਂ ਕੰਮ ਹੈ, ਇਹਦਾ ਕੋਈ ਵਕਤ ਨਹੀਂ ਮਿਲਦਾ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਨਹੀਂ ਹੋ ਜਾਂਦਾ ਨਹੀਂ ਨਹੀਂ ਤੁਹਾਨੂੰ ਜ਼ਿਆਦਾ ਥੋੜ੍ਹੀ ਜਿਹੀ ਦਲ। ਕਿਹੜਾ ਤੁਹਾਡਾ ਕਿਹੜਾ ਪੇਪਰ ਹੈ ਜੀ? ਡੇਲੀ ਪੋਸਟ। ਅੱਛਾ ਜੀ, ਹਾਂ ਡੇਲੀ ਪੋਸਟ ਵਾਲਾ। ਤੁਸੀਂ ਦਿੱਲੀ ਤੋਂ ਤਾਂ ਨਹੀਂ ਆਏ, ਲੋਕਲ ਹੀ ਹੋ? ਇਟ ਇਜ਼ ਡੇਲੀ ਪੋਸਟ, ਦੀ ਏਆਰਐਲ ਰੋਜ਼ ਵਾਲਾ। ਇਹ ਲੁਧਿਆਣੇ ਵਾਲਾ ਦਾ ਮੇਰਾ ਬੜਾ ਪਿਆਰਾ ਮਿੱਤਰ ਹੈ ਉਹ, ਕੋਈ ਨੀ ਜੇ ਤੁਸੀਂ ਲੇਟ ਹੋਗੇ ਮੈਂ ਫੋਨ ਕਰ ਦੂੰਗਾ। ਠੀਕ ਹੈ, ਗੁਰਦੀਪ ਇਜ਼ ਮਾਈ ਗੁੱਡ ਫਰੈਂਡ। ਹਾਂਜੀ, ਤੁਸੀਂ ਕੋਈ ਪੁੱਛੋ ਭੈਣ। ਐਨੀਵਨ ਕੋਈ ਵੀ ਸਵਾਲ ਹੋਵੇ ਤਾਂ ਪੁੱਛ ਸਕਦੇ ਹੋ। ਨਹੀਂ ਦੇਖੋ, ਸਿਨੇਮਾ ਇਹ ਤਾਂ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਨਿੱਜੀ ਜ਼ਿੰਦਗੀ, ਜੇ ਫਿਲਮ ਕੀ ਹੈ ਆਪਾਂ ਬਹੁਤ ਕੰਮ ਕਰ ਨਹੀਂ ਸਕਦੇ। ਮਸਲਨ ਨਿੱਜੀ ਜ਼ਿੰਦਗੀ 'ਚ ਤੁਸੀਂ ਕਿਸੇ ਅਫਸਰ ਨੂੰ ਨਹੀਂ ਫੜ ਸਕਦੇ, ਬਟ ਫਿਲਮ 'ਚ ਤੁਸੀਂ ਫੜ ਲੈਂਦੇ ਹੋ। ਹੀਰੋ ਕੋਈ ਮਵਾਲੀ ਵੀ ਹੋ ਸਕਦਾ ਬਟ ਫੜ ਲੈਂਦਾ। ਇਹ ਲਾਰਜਰ ਦੈਨ ਲਾਈਫ ਹੈ ਬਹੁਤ ਚੀਜ਼ਾਂ। ਸੋ ਇਹ ਸੰਭਾਵਨਾ ਤੁਸੀਂ ਜਦੋਂ ਲਿਖਤ ਲਿਖਦੇ ਹੋ ਉਦੋਂ ਬਣ ਜਾਂਦੀ ਹੈ। ਸੋ ਇਹਦੇ 'ਚ ਕਹਾਣੀ ਅਸਲ 'ਚ ਕੀ ਹੈ ਕਿ ਪੀੜ੍ਹੀ ਦਰ ਪੀੜ੍ਹੀ ਕਹਾਣੀ ਹੈ ਕਿ ਪਹਿਲਾਂ ਵਕਤ ਕਿਸ ਤਰ੍ਹਾਂ ਦਾ ਸੀ, ਉਦੋਂ ਕਿਸ ਤਰ੍ਹਾਂ ਦੀ ਦੁਨੀਆ ਸੀ, ਹੁਣ ਕਿੰਨੀ ਚੇਂਜ ਹੈ। ਇਹਦੇ ਜੇ ਤੁਸੀਂ ਥੋੜ੍ਹਾ ਜਿਹਾ ਧਿਆਨ ਨਾਲ ਦੇਖੋਗੇ ਨਾ ਫਿਲਮ, ਇਹਦੇ ਪਿੱਛੇ ਇੱਕ ਯਥਾਰਥ ਬੜਾ ਛੁਪਿਆ ਹੈ। ਉਹ ਯਥਾਰਥ ਇਹ ਹੈ ਕਿ ਅੱਜ ਦੀ ਜਨਰੇਸ਼ਨ ਬਹੁਤ ਹੀ ਬਾਹਰ ਨੂੰ ਭੱਜਦੀ ਹੈ। ਇਹਦੇ ਵਿੱਚ ਵਿੱਚ ਜਿਹੜੀਆਂ ਤੁਹਾਨੂੰ ਗੱਲਾਂ ਮਿਲਣਗੀਆਂ, ਡਾਇਲਾਗ ਡਾਇਰੈਕਟਲੀ ਹੀਰੋ ਤਾਂ ਨਹੀਂ ਕਹੂਗਾ ਬਟ ਜਿਹੜਾ ਸਾਡਾ ਤਾਣਾ ਬਾਣਾ ਕਹੂਗਾ, ਉਹ ਇਹ ਹੈ ਕਿ ਪੰਜਾਬ ਬੇਸਿਕਲੀ ਖਾਲੀ ਹੋ ਰਿਹਾ, ਬਹੁਤ ਲੋਕ ਉੱਧਰ ਨੂੰ ਹੀ ਜਾ ਰਹੇ। ਇਹ ਵੀ ਇਹਦੇ ਪਿੱਛੇ ਇੱਕ ਦਰਦ ਹੈ। ਦਰਅਸਲ ਉਸ ਤਰ੍ਹਾਂ ਦੀ ਜਰਨੀ ਜ਼ਿਆਦਾ, ਆਪਾਂ ਇਹ ਨੀ ਚਾਹੁੰਦੇ ਕਿ ਆਪਾਂ ਕਿਸੇ ਚੀਜ਼ ਨੂੰ ਮੋਸ਼ਨ ਦਿਖਾ ਕੇ ਆਪਾਂ ਉਦਾਂ ਕਰੀਏ ਆਡੀਅੰਸ ਨੂੰ। ਉਦਾਂ ਦੇ ਪਰਿਵਾਰਾਂ ਦੀ ਪੀੜ੍ਹੀ ਦਰ ਪੀੜ੍ਹੀ ਕਹਾਣੀ ਹੈ ਕਿ ਟਰਾਂਸਪੋਰਟਰਾਂ ਦਾ ਖਾਨਦਾਨ ਜਿੱਦਾਂ ਕਹਿ ਦਈਏ, ਟਰੱਕਾਂ ਦੀ ਪਿਰਤ ਚੱਲੀ ਆ ਰਹੀ ਹੈ, ਉਸ ਤਰ੍ਹਾਂ ਦੀ ਉਹਨਾਂ ਦੀਆਂ ਨਿੱਜੀ ਜ਼ਿੰਦਗੀਆਂ ਬਾਰੇ। ਹਾਂਜੀ ਸਰ, ਜੀ ਜੇ ਗੱਲ ਕਰਾਂ ਨਛੱਤਰ ਸਿੰਘ ਦੇ ਕਰੈਕਟਰ ਦੀ, ਉਹ ਜੋ ਤੁਸੀਂ ਥੋੜੇ ਮੋਟੇ ਲੱਗ ਰਹੇ ਹੋ ਦੇ ਵਿੱਚ, ਤੇ ਇਹ VFX ਦਾ ਕਮਾਲ ਹੈ? ਨਾ 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 ਨਾ, ਕੁਝ ਨਹੀਂ, ਬੜੀ ਨੈਚੁਰਲ ਫੋਟੋ ਹੈ। ਤੇ ਕਿਹੜਾ ਕਰੈਕਟਰ ਕਰਨ ਚ ਦੱਸੋ, ਉਹ ਅਸਲ ਚ ਉਹਦੇ ਚ ਕੀ ਹੈ, ਉਹਦੇ ਚ ਜਿਹੜੀ ਦਾੜੀ ਹੈ ਵੱਡੀ ਲਾਈ ਹੋਈ ਹੈ, ਉਹ ਥੋੜੀ ਜੀ ਪੰਜਾਬੀ ਚ ਆਪਾਂ ਕਹਿੰਦੇ ਫੁੱਲਮੀ ਹੈ, ਉਹਦੇ ਕਰਕੇ ਫੇਸ ਬੜਾ ਲੱਗਦਾ, ਇੱਕ ਪੱਕ ਬੰਨੀ ਉਦਾਂ ਦੀ ਹੈ ਉਹਦੇ ਚ। ਤੇ ਦੂਜੇ ਜਦੋਂ ਫਿਰ ਵਾਲ ਕੱਟ ਹੋਏ ਨੇ ਫਿਰ ਉਹ ਫੇਸ ਥੋੜਾ ਛੋਟਾ ਲੱਗਦਾ ਜੀ। ਡਾਇਰੈਕਟਰ ਨਵੇਂ ਹੁੰਦੇ ਜਿਹੜੇ ਅਸੀਂ ਆਪਣੀਆਂ ਫਿਲਮਾਂ ਆਪਣੇ ਪ੍ਰੋਡਕਸ਼ਨ ਹਾਊਸ ਚ ਬਣਾਈਆਂ ਸੀ, ਸੋ ਮੈਂ ਕਦੇ ਇਸ ਤਰ੍ਹਾਂ ਸੋਚਿਆ ਨਹੀਂ ਸੀ ਕਿ ਆਹ ਡਾਇਰੈਕਟਰ ਚਾਹੀਦਾ ਹੈ। ਮੈਨੂੰ ਲੱਗਦਾ ਸੀ ਨਵਿਆਂ ਨੂੰ ਚਾਂਸ ਮਿਲਣਾ ਚਾਹੀਦਾ, ਕੁੜੀਆਂ ਵੀ ਨਵੀਆਂ ਹੁੰਦੀਆਂ ਹਨ, ਬਟ ਉਹ ਪਾਸ਼ੇ 'ਚ ਸਾਦਗੀ ਬਹੁਤ ਹੈ, ਸ਼ਾਇਦ ਇਹ ਫਿਲਮ ਕਰਨ ਦੀ ਇਹੀ ਇੱਕ ਵਜ੍ਹਾ ਹੈ। ਤੋ ਮੈਂ ਜਦੋਂ ਉਹਨੂੰ ਪੁੱਛਦਾ ਸੀ ਵੀ ਇਹ ਰੋਲ ਜਿਹੜੇ ਕਰਨਾ ਹੈ ਕਿੱਦਾਂ ਪਲੇ ਕਰਨਾ, ਤੇ ਇਹਦਾ ਜਵਾਬ ਬੜਾ ਸੌਖਾ ਜਾਂਦਾ ਸੀ, ਛੋਲੇ 'ਚ ਚੱਪਦਾ ਫਿਰੀ ਜਾਂਦੇ, ਕਹਿੰਦਾ ਜੀ ਕਰ ਲਓ ਭਾਅ ਜੀ ਤੁਸੀਂ ਆਪ ਹੀ ਕਰ ਲਓ। ਸੋ ਮੈਂ ਉਦੋਂ ਬੜੀ ਦੁਬਿਧਾ 'ਚ ਪੈਂਦਾ ਸੀ ਕਿਉਂਕਿ ਐਕਟਰ ਡਾਇਰੈਕਟਰ ਦੇ ਹਿਸਾਬ ਨਾਲ ਚੱਲਦਾ, ਜੇ ਡਾਇਰੈਕਟਰ ਦੱਸਦੇ ਫਿਰ ਸੌਖਾ ਹੈ, ਕਿਉਂਕਿ ਅਸੀਂ ਪਿੰਡਾਂ ਵਾਲੇ ਹਾਂ, ਤੁਸੀਂ ਸ਼ਾਇਦ ਚੰਡੀਗੜ੍ਹ ਵਾਲੇ ਹੋ।
ਮੈਂ ਤਾਂ ਜਮੇ ਦੇਸੀ ਪਿੰਡ ਦਾ ਤੇ ਮੈਂ ਨਕਲ ਦਾ ਬੜਾ ਮਾਸਟਰ ਹਾਂ ਮੈਂ ਬਹੁਤੇ ਪੇਪਰ ਨਕਲ ਮਾਰ ਕੇ ਕਰਦਾ ਰਿਹਾ ਸੋ ਮੈਨੂੰ ਜੇ ਦੱਸ ਦਿੰਦਾ ਤਾਂ ਮੇਰੇ ਲਈ ਬਹੁਤ ਆਸਾਨ ਹੋਣਾ ਸੀ ਫਿਰ ਫਰਕ ਇਹ ਸੀ ਕਿ ਵੀ ਫਰਕ ਕਿਵੇਂ ਪਾਈਏ ਫਿਰ ਉਹ ਅਸੀਂ ਥੋੜ੍ਹਾ ਜਿਹਾ ਇੱਕ ਤਾਂ ਵੋਕਲ 'ਚ ਫਰਕ ਪਾਇਆ ਇੱਕ ਉਹਨਾਂ ਦੀ ਤੌਰ 'ਚ ਫਰਕ ਪਾਇਆ ਮੈਨਰਿਜ਼ਮ ਅਲੱਗ ਕਰਿਆ ਹੁਣ ਦੇਖਦੇ ਕਿੰਨੇ ਕੁ ਸਫਲ ਹੋਣੇ ਤੁਸੀਂ ਦੇਖੋਗੇ ਤਾਂ ਲੱਗੂਗਾ ਪਤਾ ਜੋ ਪੁਰਾਣੇ ਜਿੱਦਾਂ ਮੇਰੇ ਲਈ ਸੌਖਾ ਤਾਂ ਹੋ ਗਿਆ ਮੈਂ ਨਾ ਆਪਣੇ ਪਿੰਡ 'ਚ ਚਲੇ ਜਾਂਦਾ ਬਹੁਤੀ ਵਾਰੀ ਸੋ ਮੈਂ ਪਿੰਡ 'ਚ ਫਿਰ ਦਿਮਾਗ 'ਚ ਪਾਉਂਦਾ ਕਿ ਮੇਰੇ ਪਿੰਡ ਇੱਕ ਫਲਾਣੇ ਬਜ਼ੁਰਗ ਹੁੰਦੇ ਸੀ ਉਹ ਕਿੱਦਾਂ ਤੁਰਦੇ ਸੀ ਬਾਹਾਂ ਬਾਹਰ ਨੂੰ ਕੱਢ ਕੇ ਤੁਰਦੇ ਸੀ ਮੂੰਹ ਉੱਤੇ ਨੂੰ ਚੱਕ ਕੇ ਤੁਰਦੇ ਸੀ ਸੋ ਇੱਦਾਂ ਫਿਰ ਥੋੜ੍ਹੀ ਥੋੜ੍ਹੀ ਚੀਜ਼ਾਂ ਐਡ ਕਰਕੇ ਮੇਰੇ ਲਈ ਈਜ਼ੀ ਹੋ ਗਿਆ ਪਰ ਉਹ ਜਿਹੜਾ 47 ਵਾਲਾ ਕਰੈਕਟਰ ਉਹ ਅਲੱਗ ਹੈ ਉਹ ਬੜਾ ਆਨੰਦ ਆਇਆ ਰੁਕਣ सर मेरे दो सवाल हैं आपसे एक तो मूवी की जो स्टोरी है वो बेसिकली रोमांटिक है कि कोई एक्शन वगैरह भी देखने को मिलेगा और सेकंड क्वेश्चन मेरा है हकीकत जी लगूगी थोड़ा जानी उस तरह का नहीं है एक्शन अच्छा मतलब फाइट नहीं फैमिली फिल्म ज्यादा समझ सकते हो फाइट होगी बट बहुत नेचुरल टाइप है जिदा आम जिहड़ी जे असीं पहला फिल्म बनाई सी उहदे च गड्डियां बहुत उड़ियां सी इस वारी मैं इहनूं कहा भी गड्डियां नहीं उड़ाउणियां बहुत नेचुरल जी बहुत थोड़ी है ਕੰਟੈਂਟ ਬੜਾ ਅਲੱਗ ਹੈ ਮੈਨੂੰ ਲੱਗਦਾ ਇਹਦੇ ਚ ਗੱਲਾਂ ਜ਼ਿਆਦਾ ਹੈ ਸ਼ਾਇਦ ਉਹ ਚੀਜ਼ਾਂ ਨਹੀਂ ਮਿਲਣਗੀ ਜਿੱਦਾਂ ਇੱਕ ਹੁੰਦਾ ਨਾ ਮਸਾਲਾ ਫਿਲਮ ਨਹੀਂ ਫਿਲਮ ਹੈ ਤੇ ਭਾਜੀ ਤੁਹਾਨੂੰ ਤਾਂ ਦੇਖ ਲਿਆ ਹੁਣ ਤੁਹਾਡੀ ਆਵਾਜ਼ ਵੀ ਸੁਣਨ ਨੂੰ ਮਿਲੇਗੀ ਜੀ ਹਾਂ ਮੈਂ ਦੇਖੋ ਮੈਂ ਇੱਕੋ ਕਾਉਂਟ ਕਰਾਉਣ ਵਾਲਾ ਪੰਜਾਬੀ ਚ ਜਿਹੜਾ ਇਸੇ ਕਰਕੇ ਫਿਲਮ ਕਰਦਾ ਕਿ ਗੀਤ ਮੈਂ ਆਪ ਹੀ ਲਿਖ ਕੇ ਗਾ ਸਕਦਾ ਜੇ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਲੈ ਕੇ ਆ ਗਿਆ ਮੈਨੂੰ ਕੋਈ ਕਹੇ ਬਹੁਤ ਪੈਸੇ ਦਊਂਗਾ ਕਿ ਇੱਕ ਗਾਣਾ ਉੱਥੋਂ ਲਾਊਂਗਾ ਕਿ ਇੱਥੋਂ ਮੈਂ ਨਹੀਂ ਕਰਦਾ ਮੇਰਾ ਬੇਸਿਕਲੀ ਪੇਸ਼ਾ ਗਾਉਣਾ ਸੋ ਮੇਰੇ ਲਈ ਮੁੱਖ ਧੰਦਾ ਗਾਉਣਾ ਇਹ ਸਹਾਇਕ ਧੰਦਾ ਇਸ ਕਰਕੇ ਮੈਂ ਉਹ ਕਦੇ ਨਹੀਂ ਕੰਮ ਕਰੂੰਗਾ ਜਿਹਦੇ 'ਚ ਦੇਖੋ ਬੜੀ ਨੈਚੁਰਲ ਚੀਜ਼ ਹੈ ਤੁਸੀਂ ਫਿਲਮ ਦੇਖਦੇ ਹੋ ਤੁਸੀਂ ਫਿਲਮ ਨਾਲ ਜੁੜ ਜਾਂਦੇ ਹੋ ਮਸਲਨ ਤੁਸੀਂ ਸ਼ਮੀ ਕਪੂਰ ਦੀ ਫਿਲਮ ਦੇਖਦੇ ਤੁਹਾਨੂੰ ਲੱਗਦਾ ਸੀ ਕਿ ਪਿੱਛੇ ਜਿਹੜੀ ਆਵਾਜ਼ ਆਉਂਦੀ ਹੈ ਇਹਦੀ ਉਹ ਹੈ ਔਰ ਜਦੋਂ ਨਿੱਜੀ ਜ਼ਿੰਦਗੀ 'ਚ ਇੱਕ ਤੁਸੀਂ ਡਾਇਲਾਗ ਬੋਲਦੇ ਹੋ ਕਿ ਹਾਂ ਬਈ ਕਿੱਥੇ ਗਿਆ ਸੀ ਆਵਾਜ਼ ਭਾਰੀ ਹੈ ਅਚਾਨਕ ਤੁਹਾਨੂੰ ਇੱਕ ਕਬਾਲ ਦੀ ਆਵਾਜ਼ ਆ ਜਾਏ ਪਿੱਛੇ ਜਦੋਂ ਗਾਉਂਦਾ ਸਿੰਗਰ ਤਾਂ ਅਚਾਨਕ ਫਿਰ ਉਹ ਹਕੀਕਤ ਤੋਂ ਪਰੇ ਹੋ ਜਾਂਦਾ ਜੇ ਅਸੀਂ ਸਿਨੇਮੇ ਨੂੰ ਸਮਝਦੇ ਕਿ ਹੁਣ ਮੇਰਾ ਵੋਕਲ ਭਾਰਾ ਸੀ ਤੇ ਅਚਾਨਕ ਪਿੱਛੋਂ ਕਿਸੇ ਹੋਰ ਆਰਟਿਸਟ ਦੀ ਆਵਾਜ਼ ਆ ਗਈ ਜਿਹੜੀ ਵੇਚਣ ਦੇ ਪਰਪਜ਼ ਲਈ ਤੁਸੀਂ ਕੈਸਟ ਕਰਦੇ ਹੋ ਮੈਂ ਉਹ ਨਹੀਂ ਕੰਮ ਕਰਦਾ ਮੈਂ ਨਹੀਂ ਫਿਲਮ ਕਰਦਾ ਮੈਂ ਇੱਕੋ ਸ਼ਰਤ ਤੇ ਕਰਦਾ ਕਿ ਇਹ ਚੀਜ਼ਾਂ ਮੈਂ ਕਰੂੰਗਾ ਤਾਂ ਕਰੂੰਗਾ ਨਹੀਂ ਤਾਂ ਨਹੀਂ ਕਰੂੰਗਾ ਪੱਤਰਕਾਰਤਾ ਚੋ ਕਦੇ ਕਦੇ ਲੇਖ ਵੀ ਲਿਖ ਲੈਂਦੇ ਹੋ ਕਦੇ ਕਦੇ ਘਰ ਬੈਠ ਕੇ ਪੋਇਟਰੀ ਕੁਛ ਨਹੀਂ ਇੱਕੋ ਕੁਛ ਨਹੀਂ ਕੋਈ ਫਰਕ ਨਹੀਂ ਮੇਰੇ ਦੇਖੋ ਸੰਗੀਤ ਉਦੋਂ ਤੱਕ ਔਖਾ ਹੈ ਜਾਂ ਕੰਮ ਕਰਨਾ ਉਦੋਂ ਤੱਕ ਔਖਾ ਜਦੋਂ ਤੱਕ ਤੁਸੀਂ ਤੁਹਾਡੇ ਕੋਲ ਉਸ ਤਰ੍ਹਾਂ ਦੀ ਆਰਟ ਦੀ ਘਾਟ ਹੈ ਗਾਣਾ ਮਤਲਬ ਮੇਰੇ ਲਈ ਚੁਟਕੀ ਹੈ ਗਾਣਾ ਆਪਾਂ ਬਾਹਰ ਚਾਹ ਪੀਵਾਂਗੇ ਤੁਸੀਂ ਮੈਨੂੰ ਦੋ ਅੱਖਰ ਦੱਸੋ ਵੀ ਇਹਦੇ 'ਤੇ ਗਾਣਾ ਲਿਖਣਾ ਮੈਂ ਮਤਲਬ ਮਿੰਟ ਤਾਂ ਬਹੁਤ ਜ਼ਿਆਦਾ ਦੱਸਦਾ ਮੈਂ ਸੈਕਿੰਡਾਂ 'ਚ ਮੈਂ ਤੁਹਾਨੂੰ ਸੁਣਾ ਦੂੰਗਾ ਮੇਰੀ ਤਸੀਰ ਬਣ ਗਈ ਗਾਣਾ ਲਿਖਣਾ ਮਿਊਜ਼ਿਕ ਮੇਰੀ ਤਸੀਰ ਬਣ ਗਈ ਮੈਂ ਇਹਦੇ 'ਚ ਚੋਟੀ ਫੋੜਾਂ ਸੋ ਇਹ ਮੈਨੂੰ ਔਖਾ ਨਹੀਂ ਲੱਗਦਾ ਮੈਨੂੰ ਲੱਗਦਾ ਮੈਂ ਬਹੁਤ ਸੌਖਾ ਲੱਗਦਾ ਸ਼ਰਤ ਮੈਂ ਕਿਸੇ ਹੋਰ ਨਾਲ ਕੰਮ ਕਰਾਂ ਤਾਂ ਮੈਨੂੰ ਉਹਨੂੰ ਸਮਝਣਾ ਪਊ ਪਹਿਲਾਂ ਦੋ ਦਿਨ ਪਰ ਇਹ ਮੇਰੇ ਲਈ ਈਜ਼ੀ ਹੈ ਜੀ ਜੀ ਸਾਲ ਬਾਅਦ ਅਗਰ ਇਹ ਲਾਈਟ ਥੋੜ੍ਹੀ ਜਿਹੀ ਜ਼ਿਆਦਾ ਹੈ ਹਾਂਜੀ 10 ਸਾਲ ਬਾਅਦ ਤੁਸੀਂ ਰਾਣਾ ਰਣਵੀਰ ਜੀ ਨਾਲ ਦਿਖ ਰਹੇ ਹੋ ਹਸ਼ਰ ਮੂਵੀ ਤੋਂ ਬਾਅਦ 10 ਸਾਲ ਹੋ ਗਏ ਇਸ ਮੂਵੀ ਵਿੱਚ ਉਹਨਾਂ ਦਾ ਕੈਰੈਕਟਰ ਕਿੱਦਾਂ ਦਾ ਹੈ ਵੀ ਤੁਹਾਡੇ ਨਾਲ ਰਾਣੇ ਦਾ ਬੜਾ ਅਲੱਗ ਜਿਹਾ ਕਿਰਦਾਰ ਹੈ ਉਹਦਾ ਉਹਦੇ ਵਾਲ ਵੀ ਮੈਂ ਹੀ ਰੰਗੇ ਸੀ ਉਹ ਅਸਲ 'ਚ ਚਾਹੁੰਦਾ ਸੀ ਕਿ ਮੈਂ ਫਿਲਮ 'ਚ ਥੋੜ੍ਹਾ ਜਿਹਾ ਜਵਾਨ ਦੇਖਾਂ ਮੈਂ ਚਾਹੁੰਦਾ ਸੀ ਨਹੀਂ ਥੋੜ੍ਹਾ ਜਿਹਾ ਵਾਈਟ ਹੀ ਸ਼ੋਰਟ ਸੋ ਉਹਦਾ ਮੇਕਅਪ 'ਚ ਮੈਂ ਬੜਾ ਯੋਗਦਾਨ ਪਾਇਆ ਰਾਣੇ ਦੇ ਤੋ ਉਹਦੇ ਮੇਕਅਪ ਵੇਲੇ ਮੈਂ ਨਾਲ ਹੀ ਬੈਠ ਜਾਂਦਾ ਸੀ ਉਹਦੇ ਰਾਣੇ ਦਾ ਫਨੀ ਰੋਲ ਆ ਬਹੁਤ ਇਸ ਫਿਲਮ 'ਚ ਉਸ ਤਰ੍ਹਾਂ ਦਾ ਨਹੀਂ ਉਹਦੇ 'ਚ ਥੋੜ੍ਹਾ ਜਿਹਾ ਸੀਰੀਅਸ ਸੀ ਹਸ਼ਰ 'ਚ ਇਹ ਬੜਾ ਅਲੱਗ ਰੋਲ ਹੈ ਇਸ ਫਿਲਮ 'ਚ ਦਰਅਸਲ ਮੈਂ ਜੇ ਤੁਹਾਨੂੰ ਜਿਹੜੀ ਸਾਡੀ ਕੈਨੇਡਾ ਦੀ ਕਹਾਣੀ ਉਹਦੇ 'ਚ ਸਾਡੀ ਇਹ ਗੁੱਡੀ ਅਤੇ ਰਾਣਾ ਇਹੀ ਬੋਲਦੇ ਆ ਮੈਂ ਤਾਂ ਹਾਂ ਹੂੰ ਵਾਲਾ ਹੀ ਹਾਂ ਉਹਦੇ 'ਚ ਇਹਨਾਂ ਦੇ ਡਾਇਲੋਗ ਜ਼ਿਆਦਾ ਦੇਖੋ ਜ਼ਰੂਰੀ ਨਹੀਂ ਕਿ ਹਰ ਫਿਲਮ ਸੁਨੇਹਾ ਦੇਵੇ ਕਈ ਨਿੱਜੀ ਜ਼ਿੰਦਗੀ ਨਾਲ ਵੀ ਚੀਜ਼ਾਂ ਜੁੜ ਜਾਂਦੀਆਂ ਤੁਸੀਂ ਅਖਬਾਰ 'ਚ ਖਬਰਾਂ ਛਾਪਦੇ ਹੋ ਸਾਰੀਆਂ ਥੋੜੀ ਸੁਨੇਹਾ ਦਿੰਦੇ ਆ ਮਸਾਲਾ ਨਹੀਂ ਹੈ ਯਥਾਰਥ ਹੈ ਮੈਂ ਤੁਹਾਨੂੰ ਕਹਿੰਦਾ ਜਦੋਂ ਤੁਸੀਂ ਦੇਖੋ ਤੁਹਾਨੂੰ ਲੱਗੂਗਾ ਕਿ ਇਹ ਮੇਰੇ ਕਿਤੇ ਨੇੜੇ ਹੈ ਇਹਦੇ 'ਚ ਇਹਦੇ 'ਚ ਮਤਲਬ ਕੋਈ ਵੀ ਸੀਨ ਇਸ ਤਰ੍ਹਾਂ ਦਾ ਨਹੀਂ ਓਵਰ ਤੁਹਾਨੂੰ ਲੱਗੂਗਾ ਕਿ ਜਿਹੜਾ ਫਿਲਮੀ ਜਿਹਾ ਲੱਗੂਗਾ
ਜਿੱਦਾਂ ਮਸਲਨ ਇੱਕ ਬੰਦਾ ਉਦਾਸੀ ਚ ਜਦੋਂ ਸਾਡੇ ਲੇਖਕ ਨੇ ਰਾਈਟਰ ਸਾਡੇ ਡਾਇਲਾਗ ਵਾਲਾ ਨਾ ਜਦੋਂ ਮੈਂ ਸਵੇਰੇ ਡਾਇਲਾਗ ਲੈਂਦਾ ਸੀ ਇਹਨਾਂ ਤੋਂ ਤਾਂ ਉਹਦੇ ਚ ਬਹੁਤੇ ਡਾਇਲਾਗ ਨੋਰਮ ਇਹ ਹੁੰਦਾ ਕਿ ਡਾਇਲਾਗ ਰਾਈਟਰ ਜਿਹੜਾ ਹੁੰਦਾ ਉਹ ਹੀਰੋ ਲਈ ਖਾਸਾ ਕੁਛ ਲਿਖ ਦਿੰਦਾ ਇਹ ਗਵਾਹ ਹੈ ਮੈਂ ਇਹ ਸਾਰੇ ਪੇਜਾਂ ਤੇ ਕਾਟੀ ਮਰਾ ਦਿੰਦਾ ਸੀ ਵੀ ਯਾਰ ਮੈਂ ਹੀ ਬੋਲੀ ਜਾਊਂਗਾ ਬਾਕੀ ਕਰੈਕਟਰ ਕੀ ਬੋਲਣਗੇ ਮਸਲਨ 5 ਮਿੰਟ ਦਾ ਸੀਨ ਆ ਸਾਰੇ ਡਾਇਲਾਗ ਮੇਰੇ ਪੈ ਗਏ ਇਹ ਕੀ ਬੋਲਣਗੇ ਫਿਰ ਸਾਡੀ ਫਿਲਮ ਕਰੈਕਟਰ ਬੇਸਡ ਨਹੀਂ ਲੱਗੂਗੀ ਉਹ ਇੱਕ ਦੌਰ ਚੱਲਿਆ ਸੀ ਪਿੱਛੇ ਜੇ ਕਿ ਹੀਰੋ ਹੀ ਬੋਲੀ ਜਾਊਗਾ ਸਾਰਾ ਕੁਛ ਹੀਰੋ ਹੀ ਜੋ ਕੁਛ ਉਹ ਨਹੀਂ ਚੰਗੀ ਲੱਗਦੀ ਸੋ ਮੈਂ ਆਪਣੇ ਡਾਇਲਾਗ ਘਟਾ ਹੀ ਦਿੰਦਾ ਸੀ ਇਹਨਾਂ ਤੋਂ ਕਈ ਵਾਰੀ ਵੀ ਜਿੱਥੇ ਚੁੱਪ ਨਾਲ ਸਰਜੇ ਤਾਂ ਜ਼ਿਆਦਾ ਵਧੀਆ ਇਸ ਫਿਲਮ ਮੈਂ ਆਪਣੇ ਗਾਣੇ ਲਿਖੇ ਆਪਣੇ ਗਾਏ ਜੀ ਜੀ ਭੈਣ ਜੀ ਹਾਂਜੀ ਮਾਨ ਸਾਹਿਬ ਜਿੱਥੇ ਅਜਨਬੀ ਦੋ ਮਿਲਦੇ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਪਿੱਛੇ ਚੱਲੇ ਗਾਣਾ ਤੇ ਜ਼ਿਆਦਾ ਬੈਠਣ ਮਾਨ ਸਾਹਿਬ ਤੁਸੀਂ ਕਿਹਾ ਵੀ ਪੰਜਾਬ ਦੇ ਲੋਕਾਂ ਵਾਸਤੇ ਇਹ ਫਿਲਮ ਕੀ ਮੈਸੇਜ ਦੇਊਗੀ ਮੈਂ ਪ੍ਰਵਚਨ ਥੋੜੀ ਦੇ ਸਕਦਾ ਮੈਂ ਇਹ ਇੱਕ ਮਨੋਰੰਜਨ ਹੈ ਸਿਨੇਮਾ ਇੱਕ ਮਨੋਰੰਜਨ ਹੈ ਹਾਂ ਇਹ ਹੋ ਜਾਂਦਾ ਕਦੇ ਕਦੇ ਕਿ ਜਦੋਂ ਕਹਾਣੀ ਉਸ ਤਰ੍ਹਾਂ ਦੀ ਹੋਵੇ ਤਾਂ ਉਹ ਸ਼ਾਇਦ ਮੈਸੇਜ ਜ਼ਿਆਦਾ ਦੇ ਜਿਹਦਾ ਇਹ ਕੰਮ ਅਸੀਂ ਬਣਾਈ ਸੀ ਉਹ ਬਣਾਈ ਮੈਸੇਜ ਲਈ ਸੀ ਕਿਉਂਕਿ ਉਹ ਪਾਣੀ ਸਾਡਾ ਗੰਦਾ ਹੋ ਰਿਹਾ ਜਾਂ ਪੋਲੂਸ਼ਨ ਹੋ ਰਿਹਾ ਉਹ ਇਹਨਾਂ ਚੀਜ਼ਾਂ ਦੇ ਇਹ ਇੱਕ ਸਿੰਪਲ ਰੋਮਾਂਟਿਕ ਪਰਿਵਾਰਕ ਫਿਲਮ ਹੈ ਜੀ ਜੀ ਮੈਨੂੰ ਲੇਟੇ ਦੇਖਣ ਦਿੰਦੀ ਹੈ ਛੋਟੇ ਭਾਈ ਪਤਾ ਨਹੀਂ ਹਾਂਜੀ ਹਾਂਜੀ You have been very vocal about this ongoing Me Too movement, right? And you have been part of this film industry from very long point. So, how do you see this movement? And do you have ever experienced or what? How do you see this movement? Well, at this platform, I'd like to say I don't want to distract everyone's attention from the film to Me Too movement. It's a very, very huge and powerful and important thing that you're talking about right now, and I don't want to briefly talk about it and dismiss it. We should sit one-on-one and then talk on it, but right now the mood is different, the fervor is different, so I want to talk about the film that I've come here for. Otherwise, I am in full support of Me Too movement if I want to talk about it in just one line. ਬਸ ਫਿਰ ਮੁਝਸੇ ਕਿਸੀ ਕੋ ਕੋਈ ਸਵਾਲ ਨਹੀਂ ਹੋਣਾ ਬੱਬੂ ਮਾਨ ਜੀ ਕਾ ਪੁੱਛੋ ਪਹਿਲੇ ਉਹ ਕਹਿ ਰਹੇ ਕਿ ਪਹਿਲੇ ਟ੍ਰੇਲਰ ਦੇਖ ਲੈ ਫਿਰ ਸਵਾਲ ਕਰੇਗਾ ਐਸਾ ਮੈਨੇ ਕੁਐਸਚਨੇਬਲ ਕੁਛ ਨਹੀਂ ਕੀਤਾ ਕਾਨਫਰੰਸ ਖਤਮ ਹੋ ਗਈ ਹੁਣ ਅਸੀਂ ਊਂ ਵੈਸੇ ਨਿੱਜੀ ਜ਼ਿੰਦਗੀ ਚ ਕਿ ਇਹ ਦੇਖਣਾ ਮੰਗਦੇ ਆ ਬੱਬੂ ਭਾਈ ਦੇ ਗਾਣੇ ਦਿਖਾ ਦੋ ਚਲੋ ਮੈਂ ਇੱਕ ਅਨਾਉਂਸਮੈਂਟ ਕਰ ਦਿੰਦੀ ਆ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਕੀ ਵਜ੍ਹਾ ਹੋਣ ਲੱਗਦੀ ਹੈ ਜਿਹੜੀ ਮੈਨੂੰ ਜਨੇਜੇ ਦੀ ਅੱਜ ਕੱਲ ਜ਼ਮਾਨਾ ਹੋ ਗਿਆ ਸੋਸ਼ਲ ਮੀਡੀਆ ਦਾ ਸਮਾਜਿਕ ਮੀਡੀਆ ਬਹੁਤ ਸਟਰੋਂਗ ਹੋ ਗਿਆ ਇਹ ਕਲਿੱਕਾਂ ਲੈਣੀਆਂ ਇਹਨਾਂ ਨੇ ਯੂਟਿਊਬ ਤੇ ਦਿਖਾਉਣਗੇ ਮੈਨੂੰ ਜਿੱਤ ਤੱਕ ਸ਼ਕ ਬਸ ਬੱਬੂ ਮਾਨ ਜੀ ਨੇ ਕਹਿਤਾ ਯੂਟਿਊਬ ਤੇ ਆ ਤਾਂ ਯੂਟਿਊਬ ਤੇ ਦਿਖਾਣਗੇ ਐਕਚੁਅਲੀ ਸ਼ਾਇਦ ਯੂਟਿਊਬ ਤੇ ਡਾਊਨਲੋਡ ਹੋ ਗਿਆ ਹਾਂਜੀ ਦਿਸ ਡਾਊਨਲੋਡ ਕਰਤਾ ਹੈ ਬੱਬੂ ਮਾਨ ਸਾਹਿਬ ਦੇ ਆ ਜਾਏਗਾ ਬਾਕੀ ਅਸੀਂ ਟਰਾਈ ਕਰ ਰਹੇ ਹਾਂ ਕਿ ਤੁਹਾਨੂੰ ਦਿਖਾ ਸਕੀਏ ਲੇਕਿਨ ਪੋਸੀਬਲ ਨਹੀਂ ਹੈ ਫਿਰ ਵੀ ਟਰਾਈ ਕਰ ਓਕੇ ਸੋ ਹਾਂਜੀ ਇਹ ਤਾਂ ਇਹਨਾਂ ਦਾ ਹੀ ਕਸੂਰ ਹੈ ਜੀ ਸਾਡਾ ਜੀ ਤੁਹਾਨੂੰ ਹਜੇ ਅਸੀਂ ਯੂਟਿਊਬ ਤੇ ਦਿਖਾ ਰਹੇ ਹਾਂ ਦੇਸੀ ਬੀਟ ਰੈਕਰਡਸ ਦੇ ਉੱਤੇ
ਇਹ ਟ੍ਰੇਲਰ ਅਪਲੋਡ ਕਰ ਦਿੱਤਾ ਗਿਆ ਹੈ ਸੋ ਤੁਸੀਂ ਹੁਣੇ ਦੇਖ ਸਕਦੇ ਹੋ ਜੋ ਸਵਾਲ ਹੈਗੇ ਨੇ ਟ੍ਰੇਲਰ ਤੋਂ ਬਾਅਦ ਦੇਖ ਕੇ ਤੁਸੀਂ ਪੁੱਛ ਸਕਦੇ ਹੋ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਮੀਨੀਆ ਦੇਖ ਰਹੇ ਤੁਸੀਂ ਅਤੇ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਸੀ ਬੱਬੂ ਮਾਨ ਦੀ ਪਿਕਚਰ ਬੰਜਾਰਾ ਦੇ ਟ੍ਰੇਲਰ ਰਿਲੀਜ਼ 'ਤੇ ਫਿਲਮ ਦੀ ਗੱਲ ਕਰੀਏ ਮੇਰੇ ਨਾਲ ਬੈਠੀ ਹੈ ਫਿਲਮ ਦੀ ਬਹੁਤ ਸੋਹਣੀ ਐਕਟ੍ਰੈਸਿਸ ਸਾਰਾ ਮੁਸਤਫਾ ਐਂਡ ਜੀਆ ਖੱਤਰੀ ਜੀ ਕੀ ਹਾਲ ਚਾਲ ਬਿਲਕੁਲ ਗੁੱਡ ਥੈਂਕ ਯੂ ਕੀ ਹਾਲ ਚਾਲ ਨੇ ਵੈਰੀ ਗੁੱਡ ਥੈਂਕ ਯੂ ਅਤੇ ਗੱਲ ਕਰੀਏ ਤੁਸੀਂ ਦੀ ਲੈਜੈਂਡ ਬੱਬੂ ਮਾਨ ਨਾਲ ਆ ਰਹੇ ਹੋ ਪੰਜਾਬੀ ਇੰਡਸਟਰੀ 'ਚ ਡੈਬਿਊ ਕਰਨ ਅਤੇ ਇਹਨਾਂ ਦੀ ਗੱਲ ਕਰੀਏ ਤੁਸੀਂ ਇਹਨਾਂ ਨੂੰ ਪਵਿੱਤਰ ਰਿਸ਼ਤਾ ਸਟਾਰ ਪਲੱਸ 'ਤੇ ਜ਼ਰੂਰ ਦੇਖਦੇ ਹੋਗੇ ਕੀ ਮਤਲਬ ਹਾਓ ਡਿਡ ਯੂ ਗੈਟ ਇਨ ਟੂ ਪੰਜਾਬੀ ਇੰਡਸਟਰੀ ਇਹ ਸਬੱਬ ਕਿਵੇਂ ਬਣਿਆ ਇਹ ਐਕਚੁਲੀ ਫਲੂਕ ਮੈਂ ਮਿਲਾ ਮੁਝੇ ਇੱਕ ਕਾਲ ਆਇਆ ਮੈਂ ਮੀਟਿੰਗ ਕੇ ਲਈ ਗਈ ਔਰ ਇਹ ਰੈਂਡਮਲੀ ਵਰਕਆਊਟ ਹੁਆ ਮੇਰੇ ਲਈ ਬਟ ਆਈ ਐਮ ਵੈਰੀ ਹੈਪੀ ਕਿਉਂਕਿ ਮੇਰੇ ਮਨ ਮੈਂ ਹਮੇਸ਼ਾ ਸੇ ਥਾ ਕਿ ਮੈਂ ਯਹਾਂ ਆਊਂ ਮੇਰੀ ਮੋਮ ਯਹਾਂ ਸੇ ਹੈ ਤੋ ਆਈ ਐਮ ਵੈਰੀ ਹੈਪੀ ਕਿ ਮੁਝੇ ਇਹ ਐਕਸਪੀਰੀਅੰਸ ਮਿਲਾ ਅਤੇ ਜੇ ਤੁਸੀਂ ਕੰਫਰਟੇਬਲ ਆਪਾਂ ਪੰਜਾਬੀ 'ਚ ਗੱਲ ਕਰੀਏ ਕਿ ਯੂ ਆਰ ਕੰਫਰਟੇਬਲ ਇਨ ਹਿੰਦੀ ਪੰਜਾਬੀ ਸਮਝ ਮੈਂ ਆਤੀ ਹੈ ਬਟ ਮੈਂ ਬੋਲ ਨਹੀਂ ਪਾਤੀ ਤੋ ਮੇਰੇ ਲਈ ਹਿੰਦੀ ਬੈਟਰ ਰਹੇਗਾ ਅੱਛਾ ਠੀਕ ਹੈ ਅਤੇ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਵਧੀਆ ਥੋੜ੍ਹੀ ਥੋੜ੍ਹੀ ਅੱਛਾ ਅਤੇ ਹੁਣ ਤੁਹਾਡੇ ਰੋਲਸ ਦੀ ਗੱਲ ਕਰੀਏ ਜਿਵੇਂ ਕਿ ਆਪਾਂ ਹੁਣ ਅੱਜ ਟ੍ਰੇਲਰ ਦੇਖਿਆ ਤੁਸੀਂ ਸਾਨੂੰ ਆਲਮੋਸਟ ਟਰੱਕ 'ਚ ਦਿਖੇ ਹੋ ਤਾਂ ਤੁਸੀਂ ਟਰੱਕ 'ਚ ਦਿਖੇ ਹੀ ਨਹੀਂ ਹੋ ਅਤੇ ਫਿਲਮ ਟਰੱਕਾਂ ਵਾਲੀ ਹੈ ਹਾਂ ਟਰੱਕ ਦੇ ਅੱਗੇ ਦਿਖਿਓ ਹਾਂ ਟਰੱਕਾਂ ਦੇ ਅੱਗੇ ਦਿਖਿਓ ਅਤੇ ਤੁਹਾਡਾ ਰੋਲ ਐਗਜੈਕਟਲੀ ਹੈ ਕਿ ਪਿਕਚਰ 'ਚ ਮੇਰਾ ਰੋਲ ਬੇਸਡ ਹੈ 1940s ਮੇ ਪਾਰਟੀਸ਼ਨ ਕੇ ਪਹਿਲੇ ਇੱਕ ਟਾਈਮ ਕਾ ਹੈ ਐਂਡ ਸਵੀਟ ਸਿੰਪਲ ਸੋਬਰ ਕੈਰੇਕਟਰ ਹੈ ਪ੍ਰੋਬਲਮ ਮੇ ਫਸੀ ਹੈ ਔਰ ਇਹ ਉਹਨੇ ਵਹਾਂ ਮਿਲਤੇ ਹੈ ਔਰ ਉਹਨੇ ਕੈਸੇ ਸੇਵ ਕਰਤੇ ਹੈ ਉਸੀ ਪੇ ਬੇਸਡ ਹੈ ਸਟੋਰੀ ਠੀਕ ਹੈ ਅਤੇ ਤੁਹਾਡੇ ਰੋਲ ਦੀ ਗੱਲ ਕਰੀਏ ਤੁਹਾਡਾ ਰੋਲ ਕਿਹੋ ਜਿਹਾ ਅਤੇ ਕਿਹੜੀ ਜਨਰੇਸ਼ਨ ਦਾ ਅਭੀ ਸੇ ਪਹਿਲੇ ਵਾਲੀ ਆਲਮੋਸਟ ਅਭੀ ਇੱਕ ਸਵਿਚ ਆਤਾ ਹੈ ਮੂਵੀ ਮੇ ਆਪਕੋ ਪਤਾ ਚਲੇਗਾ ਬਾਅਦ ਮੇ ਬਟ ਪ੍ਰੈਜੈਂਟ ਜਨਰੇਸ਼ਨ ਵੈਰੀ ਬਬਲੀ ਗਰਲ ਫਨ ਲਵਿੰਗ ਸਕੂਟੀ ਚਲਾਤੀ ਹੈ ਕਲਾਸਿਸ ਮੇ ਜਾਤੀ ਹੈ ਫਰੈਂਡਸ ਕੇ ਸਾਥ ਚਿਲ ਕਰਤੀ ਹੈ ਯਹਾਂ ਚੰਡੀਗੜ੍ਹ ਮੇ ਇੱਕ ਟੋਬਾ ਹੈ ਟੋਬੇ ਦੇ ਵਿੱਚ ਚਿਲ ਕਰਤੀ ਹੈ ਜਿਵੇਂ ਆਪਾਂ ਲੁੱਕਸ ਦੀ ਗੱਲ ਕਰੀਏ ਨਾ ਆਪਾਂ ਤੁਹਾਨੂੰ ਅਬਜ਼ਰਵ ਕਰ ਰਹੇ ਸੀ ਤੁਸੀਂ ਫਿਰ ਵੀ ਥੋੜ੍ਹਾ ਬਹੁਤ ਪੰਜਾਬੀ ਲੁੱਕ ਮਾਰਦੇ ਕਿਉਂਕਿ ਤੁਸੀਂ ਪਿੱਛੇ ਹਾਫ ਪੰਜਾਬੀ ਹੋ ਹੈਨਾ ਇਹ ਹਾਫ ਪੰਜਾਬੀ ਨੇ ਤਾਂ ਗੱਲ ਤੁਹਾਡੀ ਕਰੀ ਤੂੰ ਯੂ ਆਰ ਅ ਡੈਲੀ ਗਰਲ ਹੈਨਾ ਸ਼ੀ ਇਜ਼ ਅ ਡੈਲੀ ਗਰਲ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਤੁਹਾਡੀ ਲੁੱਕ ਵੀ ਪੂਰੀ ਮਾਡਲਸ ਵਾਲੀ ਹੈ ਤੁਸੀਂ ਇਹ ਪੰਜਾਬੀ ਰੋਲ 'ਚ ਪੰਜਾਬੀ ਕੁੜੀ ਦੇ ਕਿਰਦਾਰ 'ਚ ਕਿਵੇਂ ਲੈ ਕੇ ਆਏ ਆਪਣੇ ਆਪ ਨੂੰ ਮੈਂ ਐਕਚੁਲੀ ਕਾਫੀ ਸਰਪ੍ਰਾਈਜ਼ ਥੀ ਇਸਕਾ ਜੋ ਆਡੀਸ਼ਨ ਥਾ ਵੋ ਜੀਨਸ ਔਰ ਟੋਪ ਮੇ ਹੀ ਹੁਆ ਥਾ ਪੰਜਾਬੀ ਮੁਝੇ ਰਟਨੀ ਥੀ ਇੱਕ ਪੇਜ ਦੇਖ ਕਰ ਐਂਡ ਆਈ ਵਾਜ਼ ਲਾਈਕ ਇਹ ਕੋਈ ਐਗਜ਼ਾਮ ਹੈ ਇਸਕੋ ਪੜ੍ਹੋ ਔਰ ਇਸ ਮੇ ਐਕਸਪ੍ਰੈਸ਼ਨਸ ਤੋਂ ਮੀਨਿੰਗ ਸਮਝਾ ਦਿਆ ਗਿਆ ਥਾ ਸੋ ਇਟ ਵਾਜ਼ ਨਿਊ ਵੈਰੀ ਨਾਈਸ ਪੰਜਾਬੀ ਬਹੁਤ ਅੱਛੀ ਲੈਂਗੁਏਜ ਬਹੁਤ ਰਿਲੇਟੇਬਲ ਹੈ ਆਪ ਕਹੀਂ ਵੀ ਜਾਓਗੇ ਇੰਡੀਆ ਮੇ ਆਪ ਲੋਗੋ ਕੋ ਪੰਜਾਬੀ ਮੇ ਦੇਖਤੇ ਈਵਨ ਸਾਊਥ ਇੰਡੀਅਨਸ ਦੇ ਟੋਕ ਇਨ ਪੰਜਾਬੀ ਐਵਰੀਬਡੀ ਟੋਕਸ ਇਨ ਪੰਜਾਬੀ ਸੱਚ ਅ ਵੈਲਕਮਿੰਗ ਲੈਂਗੁਏਜ ਸੋ ਇਤਨਾ ਹਾਰਡ ਨਹੀਂ ਥਾ ਅਤੇ ਥੋੜ੍ਹਾ ਜਿਹਾ ਯਾਦ ਹੈ ਆਪਣਾ ਆਡੀਸ਼ਨ ਵਾਲਾ ਡਾਇਲੋਗ ਸਾਡੀ ਆਡੀਅੰਸ ਨੂੰ ਥੋੜ੍ਹਾ ਯਾਦ ਹੈ ਤੁਹਾਨੂੰ ਕੀ ਬੋਲਿਆ ਸੀ ਉਸ ਟਾਈਮ ਬਹੁਤ ਟਾਈਮ ਹੋ ਗਿਆ ਤੁਹਾਨੂੰ ਥੋੜ੍ਹਾ ਡਾਇਲੋਗ ਸਾਨੂੰ ਪੰਜਾਬੀ ਦਿਖਾ ਦਿਓ ਬਹੁਤ ਟਾਈਮ ਹੋ ਗਿਆ ਥੋੜ੍ਹੀ ਸੀ ਪ੍ਰੈਕਟਿਸ ਕੇ ਬਾਅਦ ਆਈ ਵਿਲ ਕਮ ਬੈਕ ਟੂ ਯੂ ਔਨ ਦਿਸ ਆਪਾਂ ਹੁਣ ਪਿਕਚਰ ਦੀ ਗੱਲ ਕਰੀਏ ਤੁਹਾਨੂੰ ਜਦੋਂ ਪਤਾ ਲੱਗਿਆ ਸੀ ਕਿ ਮੈਂ ਬੱਬੂ ਮਾਨ ਨਾਲ ਕਰਨਾ ਤੁਹਾਨੂੰ ਤਾਂ ਪਤਾ ਹੋਣਾ ਤੁਸੀਂ ਤਾਂ ਪੰਜਾਬੀ ਸੀਗੇ ਤੁਹਾਡੀ ਗੱਲ ਤੁਹਾਨੂੰ ਪਤਾ ਸੀ ਕਿ ਬੱਬੂ ਮਾਨ ਪੰਜਾਬੀ ਇੰਡਸਟਰੀ 'ਚ ਕੀ ਕਿਸ ਪੋਜੀਸ਼ਨ 'ਤੇ ਨੇ ਤੁਹਾਨੂੰ ਥੋੜ੍ਹੀ ਵੀ ਨੌਲੇਜ ਸੀਗੀ ਪੰਜਾਬੀ ਇੰਡਸਟਰੀ ਬਾਰੇ ਆਫਕੋਰਸ ਮੇਰੇ ਜਿੰਨੇ ਫਰੈਂਡਸ ਹੈ ਬੈਕ ਇਨ ਬੰਬੇ ਬੱਬੂ ਮਾਨ ਕੇ ਸਾਥ ਪਿਕਚਰ ਕਰੀਏ ਮਤਲਬ ਇਟਸ ਕੁਆਇਟ ਅ ਬਿਗ ਡੀਲ ਐਂਡ ਹੀ ਇਜ਼ ਲੈਜੈਂਡਰੀ ਆਪ ਉਨਕੋ ਦੇਖੋ ਇਤਨੀ ਐਫਰਟਲੈਸਲੀ ਐਕਟ ਕਰਤੇ ਹੈ ਐਫਰਟਲੈਸਲੀ ਲਿਰਿਕਸ ਬਣਾ ਦੇਤੇ ਆਪ ਉਨ੍ਹੇ ਕੁਛ ਬੋਲੋ ਹੀ ਵਿਲ ਜਸਟ ਸਟਾਰਟ ਬ੍ਰੇਕ ਇਨ ਟੂ ਅ ਸੌਂਗ ਸੋ ਹੀ ਇਜ਼ ਜੈਨੂਇਨਲੀ ਅ ਲੈਜੈਂਡ ਆਈਡ ਸੇ ਦੈਟ ਅਤੇ ਹੁਣ ਜਿਵੇਂ ਆਪਾਂ ਗੱਲ ਕਰੀਏ ਕਿ ਇਹ ਤਾਂ ਹੋ ਗਈ ਬੰਜਾਰਾ ਇਸ ਤੋਂ ਬਾਅਦ ਕੀ ਪਲਾਨਸ ਨੇ ਹੁਣ ਇੰਡਸਟਰੀ 'ਚ ਪਲਾਨ ਤਾਂ ਇਹੀ ਹੈ ਕਿ ਲੋਕ ਪਿਕਚਰ ਦੇਖੇ ਅਪਰੀਸ਼ੀਏਟ ਕਰੇ ਔਰ ਹਮੇ ਬਹੁਤ ਸਾਰਾ ਕੰਮ ਮਿਲੇ ਐਂਡ ਪੰਜਾਬੀ ਇੰਡਸਟਰੀ 'ਚ ਅੱਗੇ ਪਰਸਿਊ ਕਰਨਾ ਚਾਹੁੰਦੇ ਹੋ ਕਿ ਤੁਸੀਂ ਬਾਲੀਵੁੱਡ 'ਚ ਟੈਲੀਸੋਪਸ 'ਚ ਵੀ ਅੱਗੇ ਨਹੀਂ ਨਹੀਂ ਪੰਜਾਬੀ ਇੰਡਸਟਰੀ ਮੈਂ ਕੰਮ ਕਰਕੇ ਇਤਨਾ ਅੱਛਾ ਲੱਗਾ ਹੈ ਕਿ ਮੈਂ ਤਾਂ ਹੋਪ ਕਰ ਰਹੀ ਹੂੰ ਕਿ ਯਹਾਂ ਪੇ ਔਰ ਅਪਰਚੁਨਿਟੀਜ਼ ਮਿਲੇ ਮੈਂ ਤਾਂ ਬਹੁਤ ਖੁਸ਼ ਹੂੰਗੀ ਮੈਂ ਯਹਾਂ ਆ ਕੇ ਰਹਿਣੇ ਕੇ ਲਈ ਰੈਡੀ ਹੂੰ ਅਤੇ ਆਪਾਂ ਜਿਵੇਂ ਡੇਲੀ ਸੋਪ ਤੁਸੀਂ ਡੇਲੀ ਸੋਪ ਕਰ ਚੁੱਕੇ ਹੋ ਹੈਨਾ ਅਤੇ ਡੇਲੀ ਸੋਪਸ ਤੋਂ ਹੀ ਸਾਡੀ ਇੰਡਸਟਰੀ 'ਚ ਬਹੁਤ ਐਕਟ੍ਰੈਸਿਸ ਜਿਵੇਂ ਆਪਾਂ ਸਰਗੁਣ ਮਹਿਤਾ ਰੀਸੈਂਟਲੀ ਕਹਿ ਸਕਦੇ ਹਾਂ ਆਏ ਨੇ ਹੁਣ ਉਹਨਾਂ ਦਾ ਕਰੈਕਟਰ ਇਸ ਤਰ੍ਹਾਂ ਦਾ ਬਣ ਚੁੱਕਿਆ ਕਿ ਹੁਣ ਉਹ ਇੰਡਸਟਰੀ 'ਚ ਹੀ ਆ ਗਏ ਨੇ ਅਤੇ ਡੇਲੀ ਸੋਪਸ ਜਾਂ ਟੈਲੀ ਸੋਪਸ ਹੈਜ਼ ਬੀਨ ਅ ਲੌਂਗ ਗੋਨ ਥਿੰਗ ਫੋਰ ਤੁਹਾਡੇ ਲਈ ਇਹ ਕਰੈਕਟਰ 'ਚ ਜੇ ਇਹ ਫਿਲਮ ਚੱਲੀ ਤੁਸੀਂ ਡੇਲੀ ਸੋਪਸ 'ਚ ਵਾਪਸ ਜਾਓਗੇ ਕਿ ਪੰਜਾਬੀ ਇੰਡਸਟਰੀ 'ਚ ਆਪਣਾ ਰੂਮ ਬਣਾਉਣਾ ਚਾਹੋਗੇ ਮੈਂ ਬਣਾਉਣਾ ਚਾਹੂੰਗੀ ਆਪਣਾ ਆਈ ਵੁੱਡ ਰੀਅਲੀ ਹੋਪ ਕਿ ਉਹ ਹੋ ਮੇਰੇ ਲਈ ਮੈਂ ਕੋਈ ਐਸੇ ਗੋਲਸ ਲੈ ਕੇ ਨਹੀਂ ਆਈ ਹੂੰ ਬਟ ਅਗਰ ਵੈਸਾ ਹੋ ਸਕਦਾ ਹੈ ਤਾਂ ਮੈਂ ਬਹੁਤ ਬਹੁਤ ਖੁਸ਼ ਹੂੰਗੀ ਠੀਕ ਹੈ ਅਤੇ ਤੁਹਾਡੀ ਗੱਲ ਕਰੀਏ ਤੁਸੀਂ ਆਪਣਾ ਕਰੀਅਰ ਬੇਸਿਕਲੀ ਇੰਡਸਟਰੀ ਪੰਜਾਬੀ ਇੰਡਸਟਰੀ ਸ਼ੁਰੂ ਕਰਨਾ ਚਾਹੋਗੇ ਕਿ ਜੇ ਇਸ ਤੋਂ ਬਾਅਦ ਤੁਸੀਂ ਬਾਲੀਵੁੱਡ 'ਚ ਗਏ
सब मुझे रोड्स पता है अब आई वुड लव टू कम हियर एंड सेटल हियर आल्सो आई लव पंजाब ते जान तो पहला थोड़ी जी फिल्म आ रही है बंजारा उदे बारे ऑडियंस नु एक मैसेज भेजो ऑडियंस को मैं यही कहूंगी कि 7 दिसंबर को फिल्म रिलीज हो रही है हमने बहुत प्यार से बहुत मेहनत से बनाई है ये हमारी डेब्यू फिल्म है तो प्लीज देखिए और अप्रिशिएट कीजिए और वी वुड लव टू कीप एंटरटेनिंग यू इन द फ्यूचर ते तुसी की कहना चाहोगे प्लीज जरूर देखिए बंजारा ऑन 7th दिसंबर एंड गिव अस ऑल योर लव जी बिल्कुल वील ऑफ श्योरली गिव यू ऑल द लव इन्हों आप मिलेंगे बंजारे दे प्रेमियर से तो दिस वॉज प्राची सिंह फ्रॉम पंजाबी मेनिया साइनिंग ऑफ सबसक्राइब करो साडा यूट्यूब चैनल पंजाबी मेनिया ते अपने फोन ते नवीं वीडियोज देखने दे लई हिट करो बैल आइकन हाँ जी बंजारा देखने आए थे अपने प्रेमियर से बब्बू मान जी अंदर फिल्म देख रहे हैं मीनवाइल मेरे नाल उन्होंने कट्टर फैन जुड़ चुके जिन्होंने मूवी कहो जी लग रही है जी मूवी बहुत बढ़िया सत श्री अकाल जी तुम देख रहे हो पंजाबी मीनिंग जो थोनू अज मैं लेके आई हाँ एक यहोजी मूवी की स्क्रीनिंग से एक यहोजी मूवी का पब्लिक व्यू थोड़े तक पहुँचा जिस मूवी ने हूँ सारे फैन ने इन्ना एक्साइटेड किया हो फैन सवेर तो बार बार मूवी देखने आ रहे थे फाइनली मूवी का रिव्यू लैन आप पहुंच चुके थोड़े लोगों को पूछ के दस दें कि मूवी कैसी लग रही है कैसी लगी जी बच्चे बहुत बहुत बढ़िया जी मैं सारे कहूँगा कि भाई की फिल्म सारे जने परिवार समेत आके फैमिली के नाल वेखन बहुत बढ़िया फिल्म है जी बहुत बढ़िया मूवी लगी जी बहुत बढ़िया जी बहुत बढ़िया मूवी है जी फैमिली नाल आओ सारे फैमिली मूवी है सारे देखो बहुत ही वधिया जी बहुत वधिया बब्बू भाई की फिल्म आई है जी और एक्टिंग बहुत ही लाजवाब है और स्टोरी बहुत वधिया अजकल जिहड़ियां फिल्म आ रही उन्होंने तो हट के है फैमिली वाली दी फिल्म और जिहदे दिखाया सारा उन्होंने किवें पाकिस्तान की वंड तो लैके 84 के जिहड़े दिल्ली च होए आ दंगे बहुत जबरदस्त मूवी है जी सारे जरूर देखो बहुत सोहनी मूवी है उस्ताद दीआं गल्लां की कहणियां उस्ताद तो फिर उस्ताद ही हुंदा वा अज पूरे 5 शो देखे कमरिंडे सब तो पहला बाई उस्ताद तो फिर उस्ताद ही सिर्फ बाई नूं ही देखना आया सी कुड़ियां कड़ियां जिहड़ियां बाई ने पाईआं उह नहीं सानूं वधिया लगीआं पहला उस्ताद तो उस्ताद ही है फिर साडा मैन बहुत वधिया घैंट है बहुत आता जी घैंट फिल्म बहुत वधिया है जी बहुत ही अच्छी लग रही है जी बब्बू मान जी की इन्नी अच्छी फैन फॉलोइंग है मूवी भी बहुत ही क्लास है जिन्हें गाने तो मावरलैस है बहुत वधिया मूवी है जी तुम देख रहे हो किवें उत्साह आ बहुत वधिया जी बहुत वधिया जी बहुत सुपर हिट फिल्म जी बहुत वधिया मूवी है जी मान साहब होना तो पूछने की लोड़ ही नहीं भी किहो जी लगती है तो शुरू तो ज्यों हवाए तो लैके बंजारा तक का जो भी सफर आए पूछने की लोड़ ही नहीं किवें दी आ थोनू पता होगा अलांटे नू भाजी पई अज भी की हो रहा है बाकी सारे नू वेखनी चाहिए आ हर एक पीढ़ी का दसया गया मूवी दे विच सारे नू वेखनी चाहिए फैमिली दे नाल बहुत आले दुआले घूमदी है सारे जने देखो परिवारिक मूवी सारे जने फैमिली दे नाल आउण वेखो बंजारा हाँ जी बंजारा देखने आए थे अपने प्रेमियर से बब्बू मान जी अंदर फिल्म देख रहे हैं मीनवाइल मेरे नाल उन्होंने कट्टर फैन जुड़ चुके जिन्होंने मूवी कहो जी लग रही है जी मूवी बहुत थैंक यू सो मच जी होर ऑडियंस कुछ कहना चाहोगे मूवी देखने जान ले ओनली बब्बू मान बस बब्बू मान का नाम ही काफी बब्बू मान जी इन्ने साल बाद आ रहे हैं कैसे लग रहे बहुत बहुत बढ़िया जी हर तरह का जिस तरह इतने मूवी स्टार्ट हुई है स्टार्ट के बहुत वधिया उन्होंने जिस तरह देखे जी बहुत बहुत मजा आया देख बहुत वधिया लगा जी बहुत बहुत ज़्यादा वधिया जी रोल तो हर टाइम वधिया होंदा जी उदा का भावें देर बाद आउण भावें जल्दी आउण सो वधिया आ पता ही है पंजाबियों नूं बाई होना का बहुत वधिया जी ये तो उड़ीक रहिंदी है सानूं तो सगों भी आना चाहिए बई का कुछ ना कुछ कुछ भी आ जाए सानूं तो बहुत वधिया लगता बहुत सिरा जी जमें सिरा काम बैक जिवें मर्जी फिल्म होवे सानूं तो वधिया लगनी तो कट्टर फैन आ बई दे बब्बू मान दे हाँ ये थोड़ा जहा अफसोस की गल है कि बब्बू मान जी की इन्नी ऑडियंस है काफ़ी लंबे टाइम तो वेट कर रही थी 4 साल उन्होंने विचों लाते वो थोड़ा जहा मतलब बड़ा ही दुख लग्या इस गल का देखो जी हर वारी जो आ तो तूफान ही आता तूफान आया 4 साल बाद एक चीज़ जो बहुत पसंद आ रही है मूवी मूवी ये उन्होंने जेडे 3 किरदार निभाए है अलग अलग टाइम पर अलग अलग वो सब तो वधिया उन्होंने जेड़ा ट्रक ड्राइवर वाला है उन्होंने जो बोलन का स्टाइल है वह होर है दूसरे उदे जिहड़ी एक्टिंग कीती है दूसरे जिहड़े किरदार च उदे च होर है ते थर्ड वन च होर है पंज विचों किन्ने स्टार दोगे पंजों पंज पंजां दे विचों पंज जी पंज विचों तां 10 ही आउणगे जी पंजां चों पंज ही है जी इहनूं आपां पंज दे विचों पंज ही देवांगे जी हां जी पंज चों 6
ਦੱਸ ਦਵਾਂਗੇ ਦੁੱਗਣੇ ਦਵਾਂਗੇ ਪੰਜ ਛੇ ਬਾਈ ਦੇ ਕਹਿਣਾ ਕੋਈ ਥੈਂਕ ਯੂ ਮੈਮ ਪੰਜ ਦੇ ਵਿੱਚ ਮੈਂ ਤਾਂ 5 ਹੀ ਦਵਾਂਗਾ ਪੰਜ ਚੋਂ 500 ਹੀ ਦਊਂਗਾ ਮੈਂ ਪੰਜ ਪੰਜ ਵਿੱਚ ਪੰਜ ਜਿੱਦਾਂ ਕਿ ਤੁਸੀਂ ਦੇਖ ਹੀ ਲਿਆ ਜੀ ਇੱਡੀ ਫੈਨ ਫੋਲੋਇੰਗ ਇੰਨੀ ਫੈਨ ਫੋਲੋਇੰਗ ਹੈ ਤੁਹਾਡੇ ਆਪਣੇ ਬੱਬੂ ਮਾਨ ਜੀ ਦੀ ਕਿ ਲੋਕ ਸਵੇਰ ਤੋਂ ਮੋਰਿੰਡੇ ਤੋਂ ਪਿਕਚਰ ਦੇਖ ਕੇ ਸਪੈਸ਼ਲੀ ਫਿਰ ਇੱਥੇ ਪਹੁੰਚਣੇ ਜਿੰਨਾ ਕਿ ਤੁਹਾਨੂੰ ਪਤਾ ਲੱਗਿਆ ਵੀ ਆਰ ਪੰਜਾਬ 'ਚ ਵੀ ਲੋਕ ਬਹੁਤ ਕ੍ਰੇਜ਼ੀ ਹੋਏ ਪਏ ਇਸ 'ਤੇ ਮੇਰੇ ਨਾਲ ਕਾਫੀ ਫੈਨਸ ਹੈ ਦੇਖ ਵੀ ਰਹੇ ਹੋਣਗੇ ਬੱਬੂ ਮਾਨ ਜੀ ਦਾ ਅੱਜ ਬੰਜਾਰਾ ਪਿਕਚਰ ਰਿਲੀਜ਼ ਹੋਈ ਸੀ ਲੋਕਾਂ ਦੇ ਰਿਵਿਊਜ਼ ਤੁਸੀਂ ਸੁਣ ਲਏ ਕਿ ਲੋਕਾਂ ਨੂੰ ਕਿਹੋ ਜਿਹੀ ਲੱਗੀ ਹੁਣ ਤੁਹਾਡੀ ਵਾਰੀ ਹੈ ਕਿ ਆਪ ਜਾ ਕੇ ਦੇਖ ਕੇ ਆਓ ਅਤੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਪਿਕਚਰ ਕਿਹੋ ਜਿਹੀ ਲੱਗ ਰਹੀ ਹੈ ਮੈਂ ਸੀ ਪ੍ਰਾਚੀ ਸਿੰਘ ਅਤੇ ਮੈਂ ਹੁਣ ਲੈਣੀ ਅਲਵਿਦਾ ਫਿਰ ਮਿਲਾਂਗੀ ਕਿਸੇ ਵਧੀਆ ਜਿਹੀ ਮੂਵੀ ਦਾ ਪਬਲਿਕ ਰਿਵਿਊ ਲੈ ਕੇ ਥੈਂਕ ਯੂ ਜੀ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪੰਜਾਬੀ ਮੀਨੀਆ ਅਤੇ ਆਪਣੇ ਫੋਨ 'ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ ਚਲੋ ਸ਼ੁਰੂ ਕਰ ਲੈਂਦੇ ਹਾਂ ਪਿਆਰ ਪਰਿਵਾਰਕ ਮਾਹੌਲ ਦੀ ਕਹਾਣੀ ਬੈਕਡ੍ਰੌਪ ਰੱਖਾਂ ਦਾ ਸਮਝ ਲਓ ਜਦੋਂ ਮੈਂ ਤਾਂ ਟਾਈਮ 'ਤੇ ਆ ਗਿਆ ਸੀ ਕਿਉਂਕਿ ਲੋਕਲ ਹੈ ਮੈਂ ਬਾਕੀ ਮੈਡਮ ਨਹੀਂ ਪਹੁੰਚੇ ਜੀ ਉਹਨਾਂ ਤੋਂ ਪੁੱਛੋ ਕਿ ਕਿਉਂ ਕਿਉਂ ਨਹੀਂ ਪਹੁੰਚੇ ਜੇ ਮੈਂ ਤਾਂ ਆ ਗਿਆ ਦੇਖੋ ਕੁੜੀਏ ਮੈਨੂੰ ਤਾਂ ਮੈਂ 12 ਵਜੇ ਕਿਹਾ ਸੀ ਆਉਣ ਨੂੰ ਫਿਰ ਕਿੱਥੇ ਆਪਣੀ ਗੁੱਡੀ 'ਚ ਨੇ ਕਰਾਈ ਹੈ ਇਹ ਕੁੜੇ ਤੂੰ ਕਹਿੰਦੀ ਸੀ ਵੀ 1 ਵਜੇ ਤੋਂ ਪਹਿਲਾਂ ਨੇ ਸ਼ੁਰੂ ਕਰਨੀ ਮੈਂ ਤਾਂ ਆਵਾਜ਼ ਰਹਿ ਗਈ ਮੈਂ ਸਵੇਰੇ 6 ਵਜੇ ਉੱਠ ਗਿਆ ਪਹਿਲਾਂ ਅਤੇ ਸਾਰੇ ਕੰਮ ਨਿਪਟਾ ਕੇ ਇੱਕ ਗਾਣਾ ਕੰਪੋਜ਼ ਕਰਕੇ ਸੈੱਟ ਕਰਕੇ ਫਿਰ ਬੈਠਾ ਰਿਹਾ ਅੱਧਾ ਘੰਟਾ ਫਿਰ ਮੈਂ ਨਹੀਂ ਹੁਣ ਇਹ ਇਹਨਾਂ ਦਾ ਇਹਨਾਂ ਦੀ ਸਟ੍ਰੈਸ ਹੈ ਮੈਂ ਟਾਈਮ 'ਤੇ ਅੱਜ ਮੇਰੇ ਪੂਰੇ ਨੰਬਰ ਅੱਜ 100 ਤੋਂ 98 ਤਾਂ ਬਣਦੇ ਹੈ ਜਿਹੜੀ 100 ਅਗਲੀ ਵਾਰੀ ਆ ਜਾਵੇ ਮੈਂ ਵੈਸੇ ਦੱਸ ਤੁਹਾਨੂੰ ਮੈਂ ਬੜਾ ਪੱਕਾ ਵਕਤ ਦਾ ਅਸੀਂ ਜਦੋਂ ਕਿਤੇ ਪ੍ਰੋਗਰਾਮ 'ਤੇ ਜਾਂਦੇ ਮੈਂ ਹਮੇਸ਼ਾ 2 ਘੰਟੇ ਪਹਿਲਾਂ ਮੈਂ ਏਅਰਪੋਰਟ 'ਤੇ ਜਾਣਾ ਤਾਂ ਮੈਂ ਆਮ ਤੌਰ 'ਤੇ ਤੁਸੀਂ 1 ਘੰਟਾ ਪਹਿਲਾਂ ਜਾਂਦਾ ਮੈਂ 2.5 ਘੰਟੇ ਪਹਿਲਾਂ ਜਾਂਦਾ ਮੇਰੀ ਆਦਤ ਹੈ ਇਹ ਆਦਤ ਮੈਂ ਆਪਣੇ ਪਿਤਾ ਜੀ ਤੋਂ ਸਿੱਖੀ ਮੇਰੇ ਫਾਦਰ ਦਾ ਇੱਕ ਡਿਸਿਪਲਨ ਸੀ ਜੇ ਉਹਨਾਂ ਨੇ ਕਿਸੇ ਫੈਮਿਲੀ ਨਾਲ ਜਾਣਾ ਤਾਂ ਰਾਤ ਨੂੰ ਟਾਈਮ ਦੱਸਦੇ ਸੀ ਕਿ ਸਵੇਰੇ 8 ਵਜੇ ਜਾਣਾ ਜੇ 8:05 ਆਉਂਦੇ ਸੀ ਉਹ ਕਹਿੰਦੇ ਕੈਂਸਲ ਹੈ ਕੱਲ੍ਹ ਚੱਲਾਂਗੇ ਸੋ ਮੈਂ ਲੇਟ ਹੁੰਦਾ ਕਦੇ ਮੈਨੂੰ ਪਤਾ ਤੁਹਾਡਾ ਟਾਈਮ ਬਹੁਤ ਕੀਮਤੀ ਹੈ ਉਹ ਵੱਖਰੀ ਗੱਲ ਹੈ ਤੁਸੀਂ ਇੱਕ ਅਗਲੇ 2-3 ਘੰਟੇ ਵਿਹਲੇ ਹੀ ਕੰਮ ਕੋਈ ਨਹੀਂ ਹੋ ਰਿਹਾ ਚੈਟਿੰਗ ਕਰਨੀ ਹੈ ਫਿਰ ਵੀ ਉਹਦੇ ਲਈ ਅੱਜ ਗੁਸਤਾਖੀ ਮਾਫ ਸਾਡੀ ਗੁੱਡੀ ਜਾਂ ਇਹ ਗੁੱਡੀ ਹੋ ਤੁਸੀਂ ਲੇਟ ਹੋ ਤੁਸੀਂ 12 ਵਜੇ ਦਾ ਟਾਈਮ ਦਿੱਤਾ ਉਹਨਾਂ ਨੂੰ ਆਪ ਤੁਸੀਂ 1 ਵਜੇ ਆ ਰਹੇ ਹੋ ਜੀ ਜੀ
ਕਰ ਰਹੇ ਹੋ ਨਹੀਂ ਉਹ ਜਿਹੜੇ ਤੁਸੀਂ ਆਦਕਾਲ ਦੀ ਗੱਲ ਕਰਦੇ ਹੋ ਬਹੁਤ ਪਿੱਛੇ ਜਾ ਕੇ ਉਦੋਂ ਗੱਡੀਆਂ ਹੁੰਦੀਆਂ ਸੀ ਉਹਦੇ ਲਈ ਫਿਰ ਇੱਕ ਬਹੁਤ ਵੱਡਾ ਸਬਜੈਕਟ ਚਾਹੀਦਾ ਆਪਣੇ ਆਪ 'ਚ ਕਿਉਂਕਿ ਉਹਨਾਂ ਦੀ ਟਰੈਵਲਿੰਗ ਬਹੁਤਿਆਂ ਦੀ ਮਿਡਲ ਈਸਟ ਤੋਂ ਹੋਈ ਹੈ ਅਤੇ ਉਹਨਾਂ ਦੀ ਤਾਂ ਬਹੁਤ ਲੰਬੀ ਜਰਨੀ ਹੈ ਇਹ ਤਾਂ ਅੱਜ ਦੀ ਕਹਾਣੀ ਹੈ ਉਹਨਾਂ ਦੇ ਪਿਤਾ ਜੀ ਦੀ ਕਹਾਣੀ ਅੱਗੇ ਦਾਦਾ ਜੀ ਦੀ ਕਹਾਣੀ ਸੋ ਇਹਦੇ ਤਿੰਨ ਜਨਰੇਸ਼ਨਾਂ ਦੀ ਕਹਾਣੀ ਕਿਉਂਕਿ ਦੋ ਘੰਟੇ ਹੋ ਗਏ ਆਪਾਂ ਚਾਰੇ ਪਾਸੇ ਦੀ ਡਿਟੇਲ ਨਹੀਂ ਪੜ੍ਹ ਸਕਦੇ ਕੋਈ ਇੱਕੋ ਲਾਈਨ ਪੜ੍ਹ ਸਕਦੇ ਹਾਂ ਇੱਕ ਪਰਿਵਾਰਿਕ ਕਹਾਣੀ ਤੁਸੀਂ ਅਜੰਮਾ ਜ਼ਾਹਰ ਕਰੋਗੇ ਕਿ ਕਿੰਨਾ ਕੁ ਔਖਾ ਮੈਂ ਜਿੰਨੀਆਂ ਮਰਜ਼ੀ ਛੱਡ ਜਾਵਾਂ ਵੀ ਬੜਾ ਮੁਸ਼ਕਿਲ ਹੋਇਆ ਮੈਂ ਇਹਦੇ ਲਈ ਬੜਾ ਪ੍ਰਪੇਅਰ ਹੋਇਆ ਮੈਂ ਸੱਚੀ ਕੁਛ ਨਹੀਂ ਕਰਿਆ ਮੈਂ ਸੈੱਟ 'ਤੇ ਗਿਆ ਮੈਂ ਡਾਇਰੈਕਟਰ ਸਾਹਿਬ ਨੂੰ ਪੁੱਛਿਆ ਕਿ ਤਿੰਨ ਜਨਰੇਸ਼ਨ ਦੀ ਕਹਾਣੀ ਹੈ ਅਤੇ ਜਿਹੜੀ 47 ਦੀ ਕਹਾਣੀ ਆ ਉਹਦਾ ਮਨਰਿਜ਼ਮ ਕੀ ਹੈ ਮਤਲਬ ਕਿੱਦਾਂ ਤੁਰੂਗਾ 47 ਵਾਲਾ ਬੰਦਾ ਜਾਂ ਉਹ ਖੜੂ ਕਿੱਦਾਂ ਉਹ ਡਾਇਲੌਗ ਕਿੱਦਾਂ ਬੋਲੂ ਤਾਂ ਉਹਨਾਂ ਦਾ ਬੜਾ ਸਪਸ਼ਟ ਜਵਾਬ ਸੀ ਭਾਈ ਤੁਸੀਂ ਕਰ ਲੈਣਾ ਸੋ ਹੁਣ ਕਿਉਂਕਿ ਮੈਂ ਕੋਈ ਸਟੇਜ ਐਕਟਰ ਵੀ ਹੈ ਨਹੀਂ ਮੈਂ ਉਸ ਤਰ੍ਹਾਂ ਬਹੁਤ ਜ਼ਿਆਦਾ ਰੈਸਲਾ ਵੀ ਨਹੀਂ ਕਰਦਾ ਸੋ ਮੈਂ ਫਿਰ ਉਹਨੂੰ ਘੰਟੇ ਬਾਅਦ ਪੁੱਛਿਆ ਮੈਂ ਕਿਹਾ ਵੀ ਤੂੰ ਕੱਪੜੇ ਕੁੱਪੜੇ ਪਵਾ ਦਿੱਤੇ ਸ਼ੇਰ ਇਹ ਤੁਰਨਾ ਕਿੱਦਾਂ ਖੜਨਾ ਕਿੱਦਾਂ ਬੋਲਣਾ ਕਿੱਦਾਂ ਭਾਈ ਕਰ ਲਓ ਫਿਰ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਤਾਂ ਕਿ ਤੁਹਾਨੂੰ ਇਹ ਕੰਮ ਔਖਾ ਨਾ ਲੱਗੇ ਕੱਲ੍ਹ ਤੁਸੀਂ ਕੋਈ ਫਿਲਮ 'ਚ ਕੰਮ ਕਰਨਾ ਜਾਂ ਰੋਲ ਕਰਨਾ ਸੋ ਬਹੁਤ ਈਜ਼ੀ ਹੈ ਮੇਰੇ ਲਈ ਮੈਂ ਫਿਰ ਅੱਖਾਂ ਵਿੱਚ ਆਪਣੇ ਪਿੰਡ ਚਲੇ ਗਿਆ ਅਤੇ ਮੈਂ ਆਪਣੇ ਪਿੰਡ ਦੇ ਛੋਟੀ ਉਮਰ ਜਿਹੜੇ ਬਜ਼ੁਰਗ ਦੇਖਦਾ ਸੀ ਮੈਂ ਉਹਨਾਂ ਬਾਰੇ ਸੋਚਣ ਲੱਗ ਗਿਆ ਕਿ ਕਿਹੜਾ ਕਿੱਦਾਂ ਤੁਰਦਾ ਸੀ ਕਿਹੜਾ ਕਿੱਦਾਂ ਗੱਲਾਂ ਕਰਦਾ ਸੀ ਅਤੇ ਮੈਂ ਦੋ ਤਿੰਨ ਚਾਰ ਬਜ਼ੁਰਗ ਸੋਚੇ ਅਜੈਬ ਸਿੰਘ ਸਾਡੇ ਤਾਇਆ ਕਹਿੰਦੇ ਸੀ ਅਸੀਂ ਉਹ ਮੂੰਹ 'ਤੇ ਰੱਖਦੇ ਸੀ ਕਈ ਵਾਰੀ ਗੱਲ ਕਰਦੇ ਰਹਿੰਦੇ ਬਸ ਫਿਰ ਮੈਂ ਉਹਨਾਂ ਦੀ ਕੰਮ ਕਰਦੇ ਜੇ ਤੁਸੀਂ ਮੈਨੂੰ ਸੁਪਰੀਮ ਸਮਝੋਗੇ ਤੇ ਮੈਂ ਹੋਰ ਆਪਦੇ ਆਪ ਨੂੰ ਸੁਪਰੀਮ ਬਣਾਉਂਦਾ ਤਾਂ ਮੈਂ ਕਹੂੰਗਾ ਵੀ ਬੜਾ ਔਖਾ ਹੋਇਆ ਕੁਛ ਨਹੀਂ ਔਖਾ ਇਸ ਤਰ੍ਹਾਂ ਟੈਕਨੀਕ ਹੈ ਤੁਸੀਂ ਕਰ ਸਕਦੇ ਹੋ ਇੱਕ ਡਬਿੰਗ ਹੁੰਦੀ ਹੈ ਵੀ ਆਪਾਂ ਥੱਲੇ ਵਾਲੇ ਸੁਰ ਤੇ ਕਰਦੇ ਹਾਂ ਮੰਨ ਲਓ ਆਪਾਂ ਕਹਿੰਦੇ ਹਾਂ ਵੀ ਕੀ ਹਾਲ ਹੈ ਹੁਣ ਤੁਸੀਂ ਦੋ ਨੋਟ ਲਿਖ ਦਿਓ ਹਾਂ ਵੀ ਕੀ ਹਾਲ ਹੈ ਸੋ ਇਹਦੇ ਤਿੰਨ ਦਾ ਫਰਕ ਪੈ ਜਾਂਦਾ ਇੱਕ ਭਾਵਾਂ ਦੀ ਬੋਲੀ ਹੈ ਇੱਕ ਮਲਵਈ ਬੋਲੀ ਹੈ ਜਦੋਂ ਇਹਨੂੰ ਅਸੀਂ ਬੋਲਾਂਗੇ ਕੀ ਕਰ ਰਿਹਾ ਅਤੇ ਕੀ ਕਰਦਾ ਇਹ ਵੀ ਫਰਕ ਹੈ ਗਾਣੇ ਜ਼ਿਆਦਾ ਪਿੱਛੇ ਚੱਲਦੇ ਹੈ ਇਹਦੇ ਫਿਲਮ ਦੇ ਨਾਲ ਨਾਲ ਕੈਰੈਕਟਰ ਦੇ ਲਿਪਸਿੰਗ ਥੋੜ੍ਹੇ ਚ ਇੱਕ ਤਾਂ ਜਿਹੜਾ ਪਾਰਟੀਸ਼ਨ ਦੀ ਚੱਲਦੀ ਉਹਦੇ 'ਤੇ ਚੱਲਦਾ ਦੋ ਜਦੋਂ ਕਿਸੇ ਜਗ੍ਹਾ ਸੱਟ ਖਾਂਦਾ ਉਸ ਤਰ੍ਹਾਂ ਦੇ ਅਤੇ ਇੱਕ ਕਲੱਬ ਦਾ ਸਾਂਭਾ ਬਾਹਰ ਸ਼ੁਰੂ ਕੀਤਾ ਸੀ ਬੰਦੂਕ ਨਹੀਂ ਹੋ ਸਕਦੀ ਉਦੋਂ ਬਹੁਤ ਥੋੜ੍ਹੇ ਕੋਲ ਬੰਦੂਕ ਸੀ ਜਿਹਨਾਂ ਕੋਲ ਬੰਦੂਕਾਂ ਸੀ ਉਹਨਾਂ ਕੋਲ ਗੱਡੀਆਂ ਵੀ ਸੀ ਅਤੇ ਜਿਹਨਾਂ ਕੋਲ ਗੱਡੀਆਂ ਸੀ ਉਹਨਾਂ ਨੂੰ ਟਰੈਵਲਿੰਗ ਵੀ ਕਰਨੀ ਪਈ ਸੋ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਦਿਖਾਓਗੇ ਤਾਂ ਦੇਖੋ ਹਰ ਫਿਲਮ 'ਚ ਜਦੋਂ ਕੁਛ ਹੋ ਦਬਾਈ ਦਾ ਤਾਂ ਟਿਸ਼ੂ ਹੁੰਦਾ ਫਿਰ ਉਹ ਆਪਾਂ ਜੇ ਕਹੀਏ ਵੀ ਉਹ 47 'ਚ ਵੀ ਹੁੰਦਾ ਸੀ ਉਹਦਾ ਟਿਸ਼ੂ ਅਤੇ ਉਸ ਤੋਂ ਪਹਿਲਾਂ ਵੀ ਕਿਰਪਾਨਾਂ ਚੱਲਦੀਆਂ ਸੀ ਸੋ 18ਵੀਂ ਸਦੀ 12ਵੀਂ ਸਦੀ 8ਵੀਂ ਸਦੀ ਬਿਫੋਰ ਕ੍ਰਾਈਸਟ ਪੂਰੀ ਦੁਨੀਆਂ ਦੀ ਹਿੱਸੇ 'ਚ ਕਿਰਪਾਨ ਹੀ ਸੀ ਉਹਨਾਂ ਹਥਿਆਰ ਨਹੀਂ ਏਦਾਂ ਨਹੀਂ 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 ਏਦਾਂ ਦਾ ਉਹਦਾ ਉਹ ਹੋਰ ਕਹਾਣੀ ਹੈ ਇਹ ਹੋਰ ਕਹਾਣੀ ਦੇਖੋ ਤੁਹਾਡਾ ਕਿਹੜਾ ਅਖਬਾਰ ਹੈ ਸ਼ਬਦ ਤਾਂ ਉਹੀ ਹੈ
ਪੂਰਾ ਆ ਰਿਹਾ ਕਿ ਇਸ ਸਹਾ ਤੁਸੀਂ ਆਪਣਾ ਨਾਂ ਜਾਗਰਣ ਰੱਖ ਲਿਆ, ਉਹਨਾਂ ਨੇ ਐਮ ਐਚ ਵਨ ਰੱਖ ਲਿਆ। ਐਦਾਂ ਨਹੀਂ, ਇਹ ਇੱਕ ਸਵਾਲ ਹੈ ਜਿਹੜਾ ਉਹਦੇ ਆਨੰਦ ਲੈਣ ਲਈ ਆਪਾਂ ਕਰ ਲੈਂਦੇ ਹਾਂ, ਪਰ ਇਹ ਜਵਾਬ ਇਹਦਾ ਇਹ ਹੈ ਕਿ ਜਿਸ ਵਕਤ ਜਿਸ ਤਰ੍ਹਾਂ ਦੇ ਵੈਪਨ ਯੂਜ਼ ਹੋਣਗੇ ਉਹੀ ਲਿਖਾ ਸਕਦੇ, ਔਰ ਜਦੋਂ ਹੀਰੋ ਅਤੇ ਹੀਰੋਇਨ ਹੋਣਗੇ ਤਾਂ ਉੱਥੇ ਜਦੋਂ ਫਾਇਟ ਸੀਨ ਹੋਊਗਾ ਤਾਂ ਹੀਰੋ ਲੜੂਗਾ, ਹੋਰ ਕੀ ਉੱਥੇ ਜਗਰਾਤਾ ਕਰੂਗਾ। ਇੱਦਾਂ ਨਹੀਂ, ਬਾਕੀ ਟਰੱਕ ਕਿੱਦਾਂ ਦਾ ਲਿਆ ਜਾਂ ਉਹਦਾ ਕੌਨਸੈਪਟ ਕੀ ਹੈ, ਇਹਦੀ ਜ਼ਿੰਮੇਵਾਰੀ ਡਾਇਰੈਕਟਰ ਸਾਹਿਬ ਦੀ ਹੈ, ਔਰ ਜੇ ਸੁਪਰ ਹਿੱਟ ਹੋਣੀ ਹੈ ਉਹਨੂੰ ਵਧਾਈ ਦੇਣੀ ਹੈ, ਜੇ ਮਾੜੀ ਲੱਗੀ ਗਾਲਾਂ ਵੀ ਉਹਨੂੰ ਕੱਢਣੀ ਹੈ। ਮੇਰਾ ਕੰਮ ਗੀਤ ਗਾਉਣਾ ਹੈ, ਅਦਾਕਾਰੀ ਕਰਨਾ ਹੈ, ਉਹ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੀ ਹੈ, ਹਾਲਾਂਕਿ ਮੈਂ ਆਪਣੇ ਆਪ ਨੂੰ ਕਦੇ ਅਦਾਕਾਰ ਨਹੀਂ ਮੰਨਦਾ। ਤੁਸੀਂ ਜਦੋਂ ਪ੍ਰੋਮੋ ਦੇਖਿਆ ਤੁਹਾਨੂੰ ਕੁਛ ਦੇਖਣ 'ਚ ਫਰਕ ਲੱਗਿਆ, ਅੱਛਾ ਲੱਗਿਆ, ਅਲੱਗ ਤਰ੍ਹਾਂ ਦਾ ਲੱਗਿਆ? ਜਦੋਂ ਆਪਾਂ ਪ੍ਰੋਮੋ ਛੱਡਦੇ ਹਾਂ ਕੀ ਤੁਹਾਨੂੰ ਇਹਨੂੰ ਦੇਖਣ ਤੋਂ ਬਾਅਦ ਕਿੱਦਾਂ ਫੀਲ ਕੀਤਾ, ਕੀ ਇਹ ਆਮ ਫਿਲਮਾਂ ਵਾਂਗੂ ਜੇ ਲੱਗਿਆ ਜਾਂ ਇਹਦੇ 'ਚ ਕੁਛ ਵਿਲੱਖਣਤਾ ਲੱਗੀ? ਜਿੱਥੇ ਇਹਦੇ 'ਚ ਵਿਲੱਖਣਤਾ ਲੱਗੀ ਫਿਰ ਇਹ ਵਾਕਈ ਵੱਖਰੀ ਹੈ, ਫਿਰ ਮੈਂ ਫਿਰ ਸਾਡਾ ਡਾਇਰੈਕਟਰ ਸਕਸੈਸਫੁੱਲ ਹੈ। ਜੇ ਨਹੀਂ ਲੱਗ ਰਿਹਾ ਫਿਰ ਸ਼ਾਇਦ ਉਹ ਕਿਤੇ ਕਿਤੇ ਉਹਨਾਂ ਸਕਸੈਸਫੁੱਲ ਨਹੀਂ, ਪਰ ਮੈਨੂੰ ਲੱਗਦਾ ਤੁਸੀਂ ਮੂਵੀ ਦੇਖੋਗੇ ਤਾਂ ਸੰਤੁਸ਼ਟ ਹੋ ਜਾਓਗੇ। ਇਹਦੇ 'ਚ ਕੋਈ ਓਵਰ ਐਕਟਿੰਗ ਨਹੀਂ, ਇਹ ਫਿਲਮ ਲਾਊਡ ਨਹੀਂ, ਇਹ ਬੜੀ ਮਾਈਲਡ ਫਿਲਮ ਹੈ। ਇੱਕ ਹੁੰਦਾ ਕਿ ਜਦੋਂ ਤੁਸੀਂ ਦੁੱਖ ਹੁੰਦਾ ਇੱਕ ਬੰਦਾ ਚੀਕਾਂ ਮਾਰਦਾ, ਇੱਕ ਬੰਦਾ ਚੁੱਪ ਕੱਟੇ ਜਾ ਲੈਂਦਾ, ਤਾਂ ਇਹ ਫਿਲਮ ਕੁਛ ਇਸ ਤਰ੍ਹਾਂ ਦਿਖਾਉਣੀ, ਦੁੱਖ ਨੂੰ ਵੀ ਜਾਣ ਲੈਂਦਾ ਲੱਗਦਾ। ਦੇਖੋ ਆਪਾਂ ਮਨੋਰੰਜਨ ਕਰਦੇ ਹਾਂ, ਔਰ ਉਹਦੇ 'ਚ ਕੀ ਹੈ ਕਿ ਜੇ ਇੱਕੋ ਤਰ੍ਹਾਂ ਦਾ ਕੰਮ ਕਰਾਂਗੇ ਫਿਰ ਤਾਂ ਉਹ ਬਿਜ਼ਨਸ ਹੋ ਗਿਆ, ਤਾਂ ਬਿਜ਼ਨਸ ਤਾਂ ਬਾਅਦ ਦੀਆਂ ਗੱਲਾਂ। ਦੇਖੋ ਰੋਜ਼ੀ ਰੋਟੀ ਲਈ ਆਪਾਂ ਸਾਰੇ ਕੰਮ ਕਰਦੇ ਹਾਂ, ਪਰ ਮੈਨੂੰ ਲੱਗਦਾ ਕਿ ਮੈਨੂੰ ਜਦੋਂ ਵੀ ਕੋਈ ਡਾਇਰੈਕਟਰ ਮਿਲਦਾ ਹੈ ਉਹ ਇੱਕ ਆਮ ਕਹਾਣੀ ਸੁਣਾ ਜਾਂਦਾ, ਅਤੇ ਮੈਂ ਉਹਦੇ ਨਾਲ ਸਹਿਮਤ ਨਹੀਂ ਹੁੰਦਾ, ਮੈਂ ਉਹਨੂੰ ਕਹਿੰਦਾ ਵੀ ਮੈਨੂੰ ਇਹਦੇ 'ਚ ਕੁਛ ਅਲੱਗ ਨਹੀਂ ਲੱਗ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਛੋਲੇ ਬਣਾ ਲਈ, ਪਰ ਮੈਂ ਇਹ ਕਹਿੰਦਾ ਕਿ ਇਹਦੇ 'ਚ ਜੇ ਤੁਸੀਂ ਇਹਨੂੰ ਪ੍ਰਵਾਨ ਕਰਦੇ ਹੋ, ਜੇ ਤੁਹਾਨੂੰ ਲੱਗਦਾ 50% ਵੀ ਅਲੱਗ ਹੈ ਤਾਂ ਅਗਲੀ ਵਾਰੀ ਤੋਂ ਹੋਰ ਜ਼ਿਆਦਾ ਆਪਾਂ ਇੱਕ ਸਾਈਡ 'ਤੇ ਜਾ ਕੇ ਕਲਾਸਿਕ ਸਿਨੇਮੇ ਦੀ ਜਿਹੜੀ ਵੀ ਕਾਮਨਾ ਕਰਦਾ ਉਹ ਬਣਾ ਸਕਦਾ ਹੈ। ਪਹਿਲੀ ਫਿਲਮ ਮੇਰੀ ਪੰਜਾਬੀ ਮੈਂ ਹੈ, ਮੈਂ ਉਸਕੋ ਲੈ ਕੇ ਵੀ ਬਹੁਤ ਐਕਸਾਈਟਡ ਸੀ। ਫਿਲਮ ਮੈਂ ਬਬੂ ਮਾਨ ਸਰ ਹੈ, ਹਾਂਜੀ ਜੀ ਬਿਲਕੁਲ। ਜੇ ਤੁਸੀਂ ਮੈਨੂੰ ਪੰਜਾਬੀ ਵਿੱਚ ਬੋਲਣ ਲਈ ਇਨਸਿਸਟ ਕਰੋ ਤਾਂ ਮੈਂ ਜ਼ਰੂਰ ਬੋਲ ਲਵਾਂਗੀ, ਬਟ ਮੈਂ ਇੰਨੀ ਕੰਫਰਟੇਬਲ ਨਹੀਂ ਹਾਂ ਹਜੇ ਸਿੱਖੀ ਰਹੀ ਹਾਂ, ਅਤੇ ਜੇ ਤੁਹਾਨੂੰ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਰਨੀ ਹੈ ਤਾਂ ਫਿਰ ਮੈਨੂੰ ਹਿੰਦੀ 'ਚ ਬੋਲਣਾ ਪੈਣਾ ਹੈ। ਹਾਂਜੀ, ਤਾਂ ਖੁਦ ਮੈਂ ਹਿੰਦੀ 'ਚ ਕਹਾਂਗੀ ਪੰਜਾਬੀ 'ਚ। ਸੈਕਿੰਡ ਮੂਵੀ ਤਾਂ ਪੰਜਾਬੀ ਵਿੱਚ ਸ਼ਾਇਦ ਔਰ ਫਲੂਐਂਟ ਹੋ ਜਾਊਂ, ਲੇਕਿਨ ਪੰਜਾਬੀ ਮੈਂ ਬਹੁਤ ਰੀਸੈਂਟਲੀ ਪਿਕਅਪ ਕਰਨੀ ਸ਼ੁਰੂ ਕੀ ਹੈ, ਤਾਂ ਆਪ ਕੁਛ ਵੀ ਪੁੱਛੀਏ ਵੋ ਮੁਝੇ ਸਭ ਸਮਝ ਆ ਜਾਏਗਾ, ਕੋਈ ਨਾ ਬਾਤ ਹੋ ਰਹੀ ਹੈ, ਬਟ ਇੱਕ ਫਲੂਐਂਸੀ ਮੈਂ ਬਾਤ ਕਰਨ ਕੇ ਲਿਆ, ਔਰ ਓਬਵੀਅਸਲੀ ਕੈਮਰਾਜ਼ ਹੈ ਤਾਂ ਯੂ ਗੈਟ ਔਰ ਮੋਰ ਕੌਨਸ਼ੀਅਸ। ਤਾਂ ਐਕਸਪੀਰੀਅੰਸ ਕੇ ਬਾਰੇ ਮੈਂ ਇਤਨਾ ਹੀ ਕਹਿਣਾ ਚਾਹਤੀ ਹੂੰ ਕਿ ਬਬੂ ਮਾਨ ਸਰ ਕੇ ਸਾਥ ਇੱਕ ਫੋਟੋ ਖਿਚਾਣੇ ਕੇ ਲਿਏ ਲੋਕ ਬਹੁਤ ਦੂਰ ਦੂਰ ਸੇ ਆਤੇ ਹੈ, ਔਰ ਮੁਝੇ ਪੂਰੀ ਫਿਲਮ ਖਿਚਾਣੇ ਕਾ ਮੌਕਾ ਮਿਲਾ, ਤੋ ਐਕਸਪੀਰੀਅੰਸ ਓਬਵੀਅਸਲੀ ਜੋ ਐਕਸਾਈਟਮੈਂਟ ਹੈ ਇਟ ਹਿਟ ਦ ਫੈਨ ਇਤਨੀ ਜ਼ਿਆਦਾ ਥੀ, ਔਰ ਵੈਸੇ ਵੀ ਬਹੁਤ ਅੱਛਾ ਰਹਾ। ਵੈਨਕੂਵਰ ਮੈਂ ਮੈਂ ਆਪਣਾ ਰੋਲ ਸ਼ੂਟ ਕੀਆ ਹੈ, ਔਰ ਵੈਦਰ ਬਹੁਤ ਅੱਛਾ ਥਾ, ਉਹ ਜਗ੍ਹਾ ਬਹੁਤ ਜ਼ਿਆਦਾ ਖੂਬਸੂਰਤ ਹੈ, ਮੇਰਾ ਕੈਨੇਡਾ ਮੈਂ ਵੀ ਫਸਟ ਟਾਈਮ ਥਾ, ਔਰ ਪੂਰਾ ਯੂਰਪ ਫੈਮਿਲੀ ਕੀ ਤਰ੍ਹਾਂ ਰਹਾ,
और अब जब हम ब्रशेस देखते हैं और आउटकम देखते हैं तो वो भी बहुत अच्छा लगता है. आई थिंक यू ऑल विल एंजॉय वॉचिंग द फिल्म अ लॉट. सब्सक्राइब करो साडा यूट्यूब चैनल पंजाबी मेनिया ते अपने फोन ते नवीं वीडियोस देखने दे लई हिट करो बेल आइकन. ये हैगी यार तीन जनरेशंस दी कहानी, यानी कि पंजाबी इंडस्ट्री विच ए पहली बार हो रही है कि एक बहुत ही फ्रेश कॉन्सेप्ट है जो कि एक ही एक्टर तीन किरदार निभा रहा है एक फिल्म दे विच. सो पहला मैं एक्टर्स नु इंट्रोड्यूस करदा, जिवे कि सब तो पहला बब्बू मान जी. सो जोरदार ताड़ियां हो जाए पहला बब्बू मान जी दे लई. कंजूसी ना करो जे मैं कह थोड़ी होर तालियां हो जान. एंड हुन फीमेल एक्टर्स नु जे मैं इंट्रोड्यूस करा, सो श्रद्धा आर्या जी, तुसी इनानु टेलीविजन ते बहुत देखे एंड पॉपुलर टेलीविजन एक्ट्रेस ने. सो ताड़ियां रुकनियां नहीं चाहिदियां जे मैं इंट्रोडक्शन कर रही हां, ते मतलब ताड़ियां ते होर ना. एंड नाल नाल ही मौजूद ने जिया मुस्तफा जी, सो वेलकम. एंड नाल ही ने सारा खत्री जी, ते डायरेक्टर मौजूद ने मुश्ताक पाशा जी. एंड साडे प्रोड्यूसर्स भी ने, सर प्रोड्यूस कीती है राणा अहलूवालिया जी ने, सरदार बब्बू सिंह मान जी ने एंड हरजीत मंडेर जी ने. सो जोरदार ताड़ियां हो जान साडी फिल्म दे लई, साडी स्टार कास्ट दे लई, डायरेक्टर दे लई एंड प्रोड्यूसर्स दे लई. सो आई गेस हुण असी मीडिया नु कहांगे जो तुसी सवाल पूछना चाहंदे हो साडे कोल ही ने स्टार कास्ट वगैरह, जो पूछना चाहंदे हो पूछ सकदे हो. तो फिर ये फिल्म बारे असि मतलब बब्बू मान जी तो ही पूछ लेने हां. एक वावे नाल हुंदा जी, ਉਹ ਪੰਗਾ ਚੜਾਉਂਦਾ ਹੈ ਬਿਲਕੁਲ ਹਾਂਜੀ. ਇੱਕ ਬੱਬੇ ਨਾਲ ਹੁੰਦਾ ਜਿਹੜਾ ਵਾਂਡਰਰ ਹੁੰਦਾ ਹੈ ਬਿਲਕੁਲ, ਤੇ ਉਹ ਬਨਜਾਰਾ ਜਿਹੜਾ ਜਿਪਸੀ ਟਾਈਪ ਜਿਹਨੂੰ ਕਹਿ ਦਿੰਦੇ ਆਪਾਂ, ਜਿਪਸੀਸ ਤੁਸੀਂ ਦੇਖਦੇ ਹੋ ਨਾ, ਇਹ ਪੰਜਾਬੀ ਅੱਖਰੇ ਹੈ ਇਹਦਾ. ਜੀ ਜੀ, ਬੱਬੂ ਮਾਨ ਨੂੰ ਜੇ ਦੇਖਿਆ ਜਾਵੇ ਉਹਨਾਂ ਦੀ ਪਹਿਲਾਂ ਜਿੰਨੀਆਂ ਫਿਲਮਾਂ ਆਈਆਂ, ਹਸ਼ਰ ਦੇਖੀ ਜਾਵੇ, ਸਟੂਡੈਂਟ ਲਾਈਫ ਨਾਲ ਰਿਲੇਟਡ ਸੀ, ਬਾਜ ਦੇਖੀ ਜਾਵੇ ਇੱਕ ਵੱਖਰਾ ਤੁਹਾਡਾ ਰੋਲ ਨਜ਼ਰ ਆਇਆ ਸੀ ਬਾਜ ਦੇ ਵਿੱਚ, ਜਾਂ ਹੋਰ ਦੇਖਿਆ ਜਾਣ ਇੱਕ ਰੋਮਾਂਟਿਕ ਮੇਜ ਟ੍ਰਿਪਲ ਰੋਲ 'ਚ ਪਹਿਲੀ ਵਾਰ ਨਜ਼ਰ ਆ ਰਹੀ ਹੈ ਬੱਬੂ ਮਾਨ ਦੀ? ਇਹ ਡਾਇਰੈਕਟਰ ਦਾ ਕਮਾਲ ਹੈ ਜੀ. ਇਹ ਅਸਲ 'ਚ ਕੀ ਸੀ, ਇਹ ਕਹਾਣੀ ਜੀ, ਪਾਸ਼ਾ ਬੜਾ ਪੁਰਾਣਾ ਮੇਰਾ ਸੱਜਣਾ, ਕਈ ਸਾਲ ਅਸੀਂ ਕਾਫੀ ਹਾਊਸ 'ਤੇ ਬੈਠਦੇ ਰਹੇ. ਇਹਨੂੰ ਮੈਂ ਕਾਫੀ ਪਿਲਾ ਕੇ ਧੋਰ ਦਿੰਦਾ ਸੀ, ਇਹ ਕਹਿੰਦਾ ਜੀ ਭਾਜੀ ਫਿਲਮ ਕਰਨੀ. ਮੈਂ ਕਿਹਾ ਛੱਡ ਪਰੇ ਯਾਰ, ਹੋਰ ਕਿਸੇ ਨਾਲ ਕਰ ਲਾ, ਕੀ ਗੱਲ. ਮੈਂ ਕਹਿੰਦਾ ਫਿਰ ਕਰਾਂਗੇ ਹੌਲੀ ਹੌਲੀ ਅਜੇ. ਫਿਰ ਇਹਨਾਂ ਨੇ ਇੱਕ ਕਹਾਣੀ ਬੜੀ ਅੱਛੀ ਲਿਖੀ ਸੀ, ਕਹਾਣੀ ਕਈ ਵਾਰੀ ਸੁਣਾਈ ਤੇ ਮੈਨੂੰ ਕੋਸ਼ਿਸ਼ ਕਰੀ ਕਨਵਿੰਸ ਕਰਨ ਦੀ, ਮੈਂ ਇਹਨੂੰ ਫਿਰ ਅਖੀਰ 'ਚ ਕਿਹਾ ਵੀ ਛੱਡ ਪਰੇ. ਫਿਰ ਇਹਦਾ ਜਵਾਬ ਇਹ ਸੀ ਵੀ ਹੁਣ ਕਰਨੀ ਕਿਹੜੀ ਹੈ. ਫਿਰ ਮੈਂ ਕਿਹਾ ਵੀ ਆਪਾਂ ਫਿਰ ਟਰੱਕਾਂ ਵਾਲਿਆਂ 'ਤੇ ਲਿਖਦੇ ਹਾਂ, ਮੇਰਾ ਬੜਾ ਸ਼ੌਕ ਹੈ ਕਿਉਂਕਿ ਸਾਡਾ ਪੇਸ਼ਾ ਪੁਰਾਣਾ ਜਿਹੜਾ ਸਾਡਾ ਖਾਨਦਾਨੀ ਇਹੀ ਸੀ. ਤੋ ਫਿਰ ਅਸੀਂ ਇਹਨੂੰ ਇਹ ਸੋਚਿਆ ਕਿ ਇਹਨੂੰ ਉੱਥੇ ਲੈ ਕੇ ਜਾਈਏ, ਫਿਰ ਇਹ ਧੀਰਜ ਉਹਨੇ ਸਾਡੇ ਨਾਲ ਇਨਵੋਲਵ ਹੋ ਗਏ. ਸੋ ਇਸ ਤਰ੍ਹਾਂ ਇਹ ਕਹਾਣੀ ਬਣੀ. ਕਹਾਣੀ ਇਸ ਕਰਕੇ ਮੈਂ ਫਿਲਮਾਂ ਤੋਂ ਭਜਦਾ ਕਿਉਂਕਿ ਇੱਕੋ ਜਿਹੀਆਂ ਕਹਾਣੀਆਂ ਹੁੰਦੀਆਂ ਜ਼ਿਆਦਾ. ਫਿਲਮ ਦਾ ਚੱਲ ਜਾਣਾ ਇੱਕ ਹੋਰ ਗੱਲ ਹੈ, ਸਿਨੇਮੇ 'ਚੋਂ ਇਹ ਕਹਿ ਕੇ ਨਿਕਲਣਾ ਕਿ ਗੱਲ ਤਾਂ ਬਣੀ ਨਹੀਂ, ਉਹ ਫਿਰ ਬਿਜ਼ਨਸ ਵੀ ਬੇਮਾਨ ਹੈ, ਚੱਲਣਾ ਨਾ ਚੱਲਣਾ ਬਾਅਦ ਦੀਆਂ ਗੱਲਾਂ. ਪਰ ਇਹ ਹੋਵੇ ਕਿ ਹਾਂ ਇੱਕ ਅਲੱਗ ਤਰ੍ਹਾਂ ਦੀ ਫਿਲਮ, ਔਰ ਜ਼ਰੂਰੀ ਨਹੀਂ ਕਿ ਕਈ ਵਾਰੀ ਬਹੁਤ ਅੱਛੀਆਂ ਫਿਲਮਾਂ ਰਹਿ ਜਾਂਦੀਆਂ, ਕਈ ਵਾਰੀ ਬਹੁਤ ਮਾੜੀਆਂ ਵੀ ਚੱਲ ਜਾਂਦੀਆਂ. ਸੋ ਇਹ ਕੰਸੈਪਟ ਇੱਦਾਂ ਦਾ ਸੀ ਕਿ ਥੋੜ੍ਹਾ ਜਿਹਾ ਅਲੱਗ ਲੱਗੇ, ਜਦੋਂ ਬੰਦਾ 2 ਘੰਟੇ ਥੀਏਟਰ 'ਚ ਬੈਠੇ ਤਾਂ ਉਹਨੂੰ ਲੱਗੇ ਕਿ ਇੱਕ ਅਲੱਗ ਤਰ੍ਹਾਂ ਦੀ ਫਿਲਮ ਹੈ, ਕਿਉਂਕਿ ਪੰਜਾਬੀ ਇਸ ਸਿਨੇਮੇ 'ਚ ਅਜੇ ਕੰਸੈਪਟ ਅਜੇ ਘੱਟ ਹੈ. ਸੋ ਮੈਨੂੰ ਲੱਗਦਾ ਕਿ ਮੈਂ ਇਸੇ ਕਰਕੇ ਘੱਟ ਕਰਦਾ ਕਿ ਮੈਂ ਅਲੱਗ ਅਲੱਗ ਤਰ੍ਹਾਂ ਦੀਆਂ ਕਰਾਂ ਤਾਂ ਫਾਇਦਾ ਨਹੀਂ, ਤਾਂ ਫਿਰ ਕੋਈ ਫਾਇਦਾ ਨਹੀਂ. ਟਰੱਕ ਡਰਾਈਵਰ ਜਿੱਦਾਂ ਦਾ ਪੇਸ਼ਾ ਹੈਗਾ ਜੀ, ਉਹ ਫਿਲਮ 'ਚ ਰੋਮਾਂਸ ਕਰਨ ਦਾ ਟਾਈਮ ਮਿਲ ਗਿਆ? ਟਰੱਕਾਂ ਦਾ ਬਹੁਤ ਰੋਮਾਂਟਿਕ ਹੁੰਦਾ ਹੈ, ਪਰ ਜਿੱਦਾਂ ਟਰੱਕ ਡਰਾਈਵਰ ਇੱਕ ਆਮ ਜੀ ਗੱਲ ਕਹੀ ਜਾਂਦੀ ਹੈ ਕਿ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੁੱਕਣੇ ਸੌਖੇ ਨਹੀਂ, ਡਰਾਈਵਰੀ ਵੇਲੋ, ਇਹ ਉਹਨਾਂ ਦੇ ਪੇਸ਼ੇ ਦਾ ਸ਼ਾਰ ਹੈ ਟਰੱਕ ਡਰਾਈਵਰ. ਦੇਖੋ ਰੋਮਾਂਸ ਦੀ ਕੋਈ ਸੀਮਾ ਨਹੀਂ, ਇਹ ਕਦੇ ਵੀ ਕਿਤੇ ਵੀ ਹੋ ਜਾਂਦਾ, ਹਰ ਬੰਦੇ ਦੇ ਅੰਦਰ ਇੱਕ ਗਰਦ ਤਾਂ ਹੁੰਦਾ, ਚੜ੍ਹਦੀ ਉਮਰ ਇੱਕ ਇਸ਼ਕ ਤਾਂ ਹੁੰਦਾ, ਉਹ ਵੱਖਰੀ ਗੱਲ ਹੈ ਕਿ ਹੁਣ ਤੁਸੀਂ ਮੰਨੋ ਨਾ ਮੰਨੋ. ਤੁਸੀਂ ਫਿਲਮ ਦੇਖੋਗੇ ਤੁਹਾਨੂੰ ਇਹਦਾ ਜਿਹੜਾ ਸਕਰੀਨ ਪਲੇ ਅਲੱਗ ਤਰ੍ਹਾਂ ਦਾ ਮਿਲੂਗਾ, ਇਹ ਇੱਕ ਰੂਟੀਨ ਦੀ ਕਹਾਣੀ ਨਹੀਂ ਹੋਊਗੀ,
ਤੁਸੀਂ ਜੇ ਇੱਕ ਵਾਰੀ ਦੇਖੋਗੇ ਤਾਂ ਤੁਹਾਨੂੰ ਆਨੰਦ ਆਊਗਾ। ਤੁਸੀਂ ਸਮਝੋਗੇ ਸਿਰ ਮੈਨੂੰ ਬੈਠ ਕੇ ਕਿ ਹਾਂ ਵਾਕਈ ਅਲੱਗ ਤਰ੍ਹਾਂ ਦੀ ਮੈਨੂੰ ਦੇਖਣ ਦਾ ਆਨੰਦ ਆਇਆ। ਓਕੇ ਸੋ ਪਹਿਲਾਂ ਅਸੀਂ ਡਾਇਰੈਕਟਰ ਮੁਸ਼ਤਾਕ ਪਾਸ਼ਾ ਜੀ ਨੂੰ ਵੀ ਪੁੱਛ ਲਾਂਗੇ ਕਿ ਆਖਿਰ ਇਹ ਫਿਲਮ ਕਿਸ ਬਾਰੇ ਹੈ, ਆਖਿਰ ਬੇਸਲਾਈਨ ਕੀ ਹੈ ਫਿਲਮ ਦੀ? ਇਹ ਫਿਲਮ ਦੀ USP ਹੈ ਜਿਹੜੀ ਉਹ ਸਿਰਫ ਔਰ ਸਿਰਫ ਬੱਬੂ ਮਾਨ। ਬੱਬੂ ਮਾਨ ਤਾਂ ਇੱਕੋ ਨਹੀਂ ਮਾਨ, ਸਾਡੀ ਫਿਲਮ ਦੇ ਵਿੱਚ ਤਾਂ 3 ਮਾਨ ਨੇ ਜੀ। ਇਹ ਕਹਾਣੀ ਜਿਵੇਂ ਭਾਜੀ ਨੇ ਦੱਸਿਆ, ਇਹ ਜਰਨੀ ਦੀ ਕਹਾਣੀ ਹੈ 3 ਜਨਰੇਸ਼ਨ ਦੀ, ਦਾਦਾ, ਬੇਟਾ ਤੇ ਪੋਤਾ। ਹੁਣ ਤੁਸੀਂ ਕਹੋਗੇ ਬੱਬੂ ਮਾਨ ਜੀ ਨੂੰ ਬੁੜਾ ਬਣਾ ਤਾ, ਬਜ਼ੁਰਗ ਬਣਾ ਤਾ, ਨਹੀਂ। ਇਹਦੀ ਵਿਲੱਖਣਤਾ ਇਹੀ ਆ ਇਸ ਕਹਾਣੀ ਦੀ ਕਿ ਤਿੰਨੋਂ ਜਨਰੇਸ਼ਨ ਦੇ ਵਿੱਚ ਯੰਗ ਲਾਈਫ ਹੈ। ਔਰ ਕਿਸੇ ਨੇ ਹੁਣ ਪੁੱਛਿਆ ਸੀ ਕਿ ਟਰੱਕਾਂ ਵਾਲੇ ਰੋਮਾਂਸ ਕਰਦੇ ਨੇ, ਸਾਡੀ ਫਿਲਮ ਦੀ ਟਰੱਕਾਂ ਵਾਲੇ ਦਾਦਾ ਵੀ ਰੋਮਾਂਸ ਕਰਦਾ, ਬੇਟਾ ਵੀ ਰੋਮਾਂਸ ਕਰਦਾ ਤੇ ਪੋਤਾ ਵੀ ਰੋਮਾਂਸ ਕਰਦਾ ਹੈ। ਇਹ ਜਰਨੀ ਸਾਡੀ ਫਿਲਮ ਦੀ ਜਰਨੀ ਇਹ ਆ ਕਿ ਇੱਕ ਕਹਾਣੀ ਚੱਲਦੀ ਆ ਲਾਹੌਰ ਤੋਂ, ਸਾਡੀ ਗੁਜਰਾਂਵਾਲੇ ਤੋਂ ਅੰਮ੍ਰਿਤਸਰ ਤੱਕ ਦੀ ਕਹਾਣੀ ਆ, ਤੇ ਨੈਕਸਟ ਕਹਾਣੀ ਹੈਗੀ ਸਾਡੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਕਹਾਣੀ ਹੈ, ਤੇ ਜਿਹੜੀ ਹੁਣ ਕੈਨੇਡਾ ਦੀ ਕਹਾਣੀ ਆ ਉਹ ਹੈਗੀ ਆ ਸੂਰੀ ਤੋਂ ਲੈ ਕੇ ਕੈਨੇਡਾ, ਸਰੀ ਤੋਂ ਲੈ ਕੇ ਕੈਲਗਰੀ ਤੱਕ। ਤੇ ਇਸ ਕਰਕੇ ਤੁਹਾਨੂੰ ਕਹਾਣੀ ਤਾਂ ਫਿਲਮ ਦੇਖ ਕੇ ਹੀ ਪਤਾ ਚੱਲੂਗੀ, ਅਸੀਂ ਨਹੀਂ ਦੱਸਾਂਗੇ ਕਿਉਂਕਿ ਪੈਸੇ ਲਾ ਕੇ ਟਿਕਟ ਲਾ ਕੇ ਦੇਖੋ ਤਾਂ ਵਧੀਆ ਗੱਲ ਆ, ਪਰ ਇਹ ਗੱਲ ਆ ਤੁਹਾਨੂੰ ਕਲਰਸ ਬਹੁਤ ਅਲੱਗ ਮਿਲਣਗੇ, ਮਿਊਜ਼ਿਕ ਬਹੁਤ ਕਮਾਲ ਦਾ ਮਿਲੂਗਾ। ਤੁਸੀਂ ਪਹਿਲਾਂ ਭਾਜੀ ਦਾ ਟਰੋਲਾ ਸੁਣਿਆ ਹੀ ਆ, ਮੈਂ ਭਾਜੀ ਨੂੰ ਬਹੁਤ ਜ਼ਿੱਦ ਕਰ ਰਿਹਾ ਸੀਗਾ ਕਿ ਟਰੋਲਾ ਫਿਲਮ ਦੇ ਵਿੱਚ ਪਾਉਣਾ। ਇਹ ਕਹਿੰਦੇ ਕਿਉਂ, ਮੈਂ ਵੀ ਬਹੁਤ ਵਧੀਆ ਬਣਿਆ ਹੋਇਆ, ਕਹਿੰਦੇ ਤੈਨੂੰ ਮੇਰੀ ਕ੍ਰੀਏਟੀਵਿਟੀ ਤੇ ਸ਼ੱਕ ਆ, ਮੈਂ ਡਰ ਗਿਆ ਮੈਂ ਕਿਉਂ ਕਹਿ ਦਿੰਦੇ, ਕਹਿੰਦੇ ਆਪਾਂ ਇਸ ਤੋਂ ਵੀ ਵਧੀਆ ਟਰੋਲਾ ਬਣਾਵਾਂਗੇ। ਔਰ ਟਰੋਲਾ ਸਾਊਂਡ ਹੁਣ ਤੁਸੀਂ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਕਿ ਬਣਾਇਆ ਪਹਿਲਾ ਟਰੋਲਾ ਦੂਸਰਾ ਟਰੋਲਾ ਉੱਤੇ ਹੀ ਆ ਉਹਦੇ ਨਾਲ। ਸਾਡੇ ਵਾਸਤੇ ਇੱਕ ਗਾਣਾ ਹੀ ਬਹੁਤ ਹੈ ਟਰੋਲੇ ਦਾ ਭਾਜੀ, ਹੋਰ ਕਹਾਣੀ ਮੈਂ ਨਹੀਂ ਦੱਸ ਪਾਵਾਂਗਾ ਕਿਉਂਕਿ ਦੱਸਣ ਨੂੰ ਜੀ ਕਰਦਾ ਹੈ, ਪਰ ਪ੍ਰੋਡਿਊਸਰ ਬੈਠੇ ਨੇ ਇੱਧਰ, ਉਹ ਕਹਿੰਦੇ ਪਹਿਲਾਂ ਹੀ ਦੱਸਤਾ ਲੋਕਾਂ ਨੂੰ ਕਹਾਣੀ ਫਿਰ ਗਲਤ ਹੋ ਜੂ। ਸੋ ਫੀਮੇਲ ਐਕਟਰਸ ਦੇ ਕੋਲ ਆਉਂਦੇ ਹਾਂ, ਸੋ ਸਭ ਤੋਂ ਪਹਿਲਾਂ ਸ਼ਰਧਾ ਆਰਿਆ ਜੀ ਜੋ ਕਿ ਪੰਜਾਬੀ ਇੰਡਸਟਰੀ ਵਿੱਚ ਡੈਬਿਊ ਕਰ ਰਹੇ ਨੇ, ਸੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਪੰਜਾਬੀ ਫਿਲਮ ਕਰਨ ਦਾ, ਬੱਬੂ ਮਾਨ ਜੀ ਦੇ ਨਾਲ ਕੰਮ ਕਰਨ ਦਾ? ਬਹੁਤ ਅੱਛਾ। ਐਕਚੁਲੀ ਮੇਰੀ ਹਿੰਦੀ ਫਿਲਮ ਜੋ ਪਹਿਲੀ ਥੀ, ਇਸਮੇ ਮੈਨੇ ਛੋਟਾ ਸਾ ਰੋਲ ਕੀਆ ਥਾ, ਵੋ ਮਿਸਟਰ ਬੱਚਨ ਕੇ ਸਾਥ ਥੀ, ਉਨਕੀ ਬੇਟੀ ਕਾ ਰੋਲ ਕੀਆ ਥਾ। ਔਰ ਪਹਿਲੀ ਪੰਜਾਬੀ ਫਿਲਮ ਜੋ ਮੈਨੇ ਕੀਆ ਹੈ ਵੋ ਬੱਬੂ ਮਾਨ ਜੀ ਕੇ ਸਾਥ ਹੈ, ਔਰ ਥੋੜਾ ਬਹੁਤ ਜੋ ਐਕਸਪੀਰੀਅੰਸ ਹੈ ਨਾ ਵੋ ਸਿਮਿਲਰ ਸਾ ਫੀਲਿੰਗ ਲੱਗ ਰਹੀ ਹੈ, ਵੋ ਵੀ ਇੱਕ ਲੈਜੈਂਡਰੀ ਫਿਗਰ ਹੈ, ਇਹ ਵੀ ਇੱਕ ਲੈਜੈਂਡਰੀ ਫਿਗਰ ਹੈ, ਔਰ ਆਈ ਥਿੰਕ ਆਈ ਕੁਡਨਟ ਹੈਵ ਆਸਕ ਫੋਰ ਮੋਰ। ਬਹੁਤ ਅੱਛਾ ਐਕਸਪੀਰੀਅੰਸ ਰਹਾ, ਬਹੁਤ ਪੀਸਫੁਲ ਸ਼ੂਟ ਰਹੀ, ਔਰ ਮੁਝੇ ਇਹ ਵੀ ਬਹੁਤ ਅੱਛਾ ਲੱਗਿਆ ਕਿ ਮੇਰਾ ਜੋ ਰੋਲ ਥਾ ਵੋ ਕੈਨੇਡਾ ਮੇਂ ਸ਼ੂਟ ਹੋਣਾ ਥਾ, ਤੋ ਮੈਨੇ ਇੱਕ ਨਈ ਕੰਟਰੀ, ਇੱਕ ਨਈ ਸਿਟੀ ਦੇਖ ਲਈ, ਔਰ ਜੋ ਮੇਰਾ ਕੈਰੇਕਟਰ ਹੈ ਵੋ ਵੀ ਆਪ ਦੇਖ ਸਕਦੇ ਹੈ ਇਧਰ, ਮਤਲਬ ਜਿਸ ਮੈਂ ਮੂੰਹ ਬਣਾ ਰਹੀ ਹੂੰ, ਐਸੀ ਮੈਂ ਰੀਅਲ ਲਾਈਫ ਮੇਂ ਵੀ ਬਣਾਤੀ ਰਹਿਤੀ ਹੂੰ, ਤੋ ਮੇਰੀ ਰੀਅਲ ਲਾਈਫ ਸੇ ਵੀ ਕਾਫੀ ਰਿਲੇਟਡ ਹੀ ਸਿਮਿਲਰ ਟਾਈਪ ਆਫ ਕੈਰੇਕਟਰ ਹੈ। ਮੈਂ ਵੈਸੇ ਵੀ ਬਹੁਤ ਬੋਲਤੀ ਹੂੰ, ਔਰ ਉਸਮੇ ਮੈਂ ਬਹੁਤ ਬੋਲ ਰਹੀ ਹੂੰ, ਪਰ ਉਸਮੇ ਪੰਜਾਬੀ ਮੇਂ ਬੋਲ ਰਹੀ ਹੂੰ, ਦੀ ਓਨਲੀ ਡਿਫਰੈਂਸ। ਔਰ ਬਟ ਮਾਈ ਕੈਰੇਕਟਰ ਐਂਡ ਮਾਈ ਰੋਲ ਐਂਡ ਮਾਈ ਪਾਰਟ ਇਜ਼ ਵੈਰੀ ਫਨ, ਇਟਸ ਫੁੱਲ ਆਫ ਲਾਈਫ, ਇਟਸ ਫੁੱਲ ਆਫ ਐਨਰਜੀ, ਔਰ ਸਾਥ ਹੀ ਸਾਥ ਮੈਂ ਬਹੁਤ ਮੀਨਿੰਗਫੁੱਲ ਪਾਰਟ ਵੀ ਹੈ। ਸੋ ਮੁਝੇ ਬਹੁਤ, ਮੈਂ ਜਬ ਫਿਲਮ ਕੀ ਸਟੋਰੀ ਸੁਣੀ ਥੀ ਪਾਸ਼ਾ ਸਰ ਸੇ, ਤਬ ਵੀ ਮੁਝੇ ਲੱਗਿਆ ਇੰਨੀ ਅੱਛੀ ਫਿਲਮ ਹੈ, ਇਸਮੇ ਤੋ ਆਈ ਹੋਪ ਕਿ ਹੋ ਹੀ ਜਾਏ, ਬਿਕਾਜ਼ ਆਈ ਵਾਜ਼ ਓਨਲੀ ਮੀਟਿੰਗ ਦੈਮ, ਔਰ ਮੁਝੇ ਪਤਾ ਨਹੀਂ ਥਾ ਕਿ ਮੈਂ ਸਿਲੈਕਟ ਹੋਊਗੀ ਕਿ ਨਹੀਂ, ਐਂਡ ਦੈਨ ਆਈ ਵਾਜ਼ ਸਿਲੈਕਟ, ਆਈ ਕੁਡਨਟ ਹੈਵ ਆਸਕਡ ਫੋਰ ਮੋਰ। ਐਂਡ ਨੈਕਸਟ ਜੀਆ ਜੀ, ਸੋ ਤੁਹਾਨੂੰ ਪੰਜਾਬੀ ਫਿਲਮ ਵਿੱਚ ਇਹ ਬੰਜਾਰਾ ਫਿਲਮ ਵਿੱਚ ਤੁਸੀਂ ਕੰਮ ਕੀਤਾ ਹੈ, ਸੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ? ਬਹੁਤ ਬਹੁਤ ਅੱਛਾ ਐਕਸਪੀਰੀਅੰਸ ਥਾ, ਮੈਂ ਬਹੁਤ ਨਰਵਸ ਥੀ ਇਨਿਸ਼ਲੀ, ਮੁਝੇ ਲਗਾ ਕਿ ਮੁਝੇ ਲੈਂਗੁਏਜ ਨਹੀਂ ਆਤੀ ਐਂਡ ਡੈਬਿਊ ਹੈ ਮੈਂ ਕੈਸੇ ਕਰੂੰਗੀ, ਬਟ ਪਹਿਲੇ ਦਿਨ ਸੇ ਮੁਝੇ ਬਹੁਤ ਕੰਫਰਟੇਬਲ ਫੀਲ ਕਰਾਇਆ, ਐਂਡ ਨਾ ਲੈਂਗੁਏਜ ਮੇਂ ਇਸ਼ੂ, ਨਾ ਡਾਇਲੋਗਸ ਮੇਂ ਇਸ਼ੂ, ਆਈ ਥਿੰਕ ਮੈਂ ਬੈਟਰ ਡੈਬਿਊ ਮੰਗ ਵੀ ਨਹੀਂ ਸਕਦੀ ਥੀ, ਐਂਡ ਈਵਨ ਪੰਜਾਬ ਮੇਂ ਐਕਸਪੀਰੀਅੰਸ ਮੇਰਾ ਬਹੁਤ ਬਹੁਤ ਅੱਛਾ ਰਹਾ, ਸੋ ਆਈ ਐਮ ਹੋਪਿੰਗ ਕਿ ਇਨਕੇ ਸਾਥ ਕੰਮ ਕਰਨੇ ਕਾ ਮੌਕਾ ਫਿਰ ਮਿਲੇ ਮੁਝੇ। ਓਕੇ ਸੋ ਨੈਕਸਟ ਸਾਰਾ ਜੀ, ਸੇਮ ਕੁਐਸਚਨ। ਯੈਸ, ਇਟ ਇਜ਼ ਗ੍ਰੇਟ ਐਜ਼ ਜੀਆ ਐਂਡ ਸ਼ਰਧਾ ਨੇ ਬੋਲਾ, ਵੀ ਡੋਂਟ ਬੇਸਿਕਲੀ ਸਪੀਕ ਇਨ ਪੰਜਾਬੀ, ਬਟ ਸੈਟ ਤੇ ਇਤਨਾ ਫੈਮਿਲੀ ਲਾਈਕ ਐਟਮੋਸਫੇਅਰ ਥਾ, ਬਾਬੂ ਮਾਨ ਜੀ ਸੋ ਸਪੋਰਟਿਵ ਔਨ ਸੈਟ, ਲਾਈਕ ਵੀ ਵਰ ਸੋ ਸਕੇਅਰਡ, ਆਈ ਸੋ ਸਕੇਅਰਡ ਦੈਟ ਇਤਨੇ ਬੜੇ ਫਿਗਰ ਕੇ ਸਾਥ ਸ਼ੂਟ ਕਰਨਾ ਹੈ, ਬਟ ਆਈ ਥਿੰਕ ਸੁਪਰ ਸਪੋਰਟਿਵ, ਵੈਰੀ ਪੋਲਾਈਟ, ਫੈਮਿਲੀ ਲਾਈਕ ਐਟਮੋਸਫੇਅਰ ਔਨ ਸੈਟ, ਫੈਬਿਊਲਸ।
ओके थैंक यू सारा जी. सो असी हुण मूव करांगे प्रोड्यूसर्स वल जिन्होंने फिल्म बढ़ाई है करता धरता इस फिल्म दे विवेक ओरी जी एंड राणा आहलूवालिया जी. पहला दस दां कि प्रोडक्शन ने राणा आहलूवालिया प्रोडक्शंस मान फिल्म्स अमेरिकन सिस्टम्स मोशन पिक्चर्स इन एसोसिएशन विद ओरी प्रोडक्शन. सो आहलूवालिया जी ਇਹ ਫਿਲਮ ਮੇਰੇ ਕਰਕੇ ਨਹੀਂ ਬਣੀ, ਬੱਬੂ ਭਾਜੀ ਕਰਕੇ ਫਿਲਮ ਬਣੀ ਹੈ ਕਿਉਂਕਿ ਇਹਨਾਂ ਦਾ ਆਸ਼ੀਰਵਾਦ ਮਿਲਿਆ ਤੇ ਤਾਂ ਇਹ ਫਿਲਮ ਅੱਗੇ ਵਧੀਆ ਤੇ ਉਹਨਾਂ ਨੇ ਹਾਂ ਕੀਤੀ ਆ. ਮੈਂ ਕੌਣ, ਅਸੀਂ ਵੀ ਜਿੱਦਾਂ ਆਮ ਤੁਸੀਂ ਸਾਰੇ ਬੈਠੇ ਹੋ, ਅਸੀਂ ਵੀ ਮੈਂ ਵੀ ਇਹੀ ਚਾਹੁੰਦਾ ਸੀ ਜਦੋਂ ਦੇ ਭਾਜੀ ਨਾਲ ਜੁੜੇ ਨੇ ਤੇ ਇੱਕ ਸਬੱਬ ਬਣਿਆ ਸਾਡਾ ਇਹ ਫਿਲਮ ਕਰਨ ਦਾ. ਪਾਸ਼ਾ ਜੀ ਨੇ ਦੱਸਿਆ ਕਿ ਰਾਣਾ ਜੀ ਆਪਾਂ ਆਪਣੀ ਵੀ ਸਟੋਰੀ ਇੱਦਾਂ ਦੀ ਆਪਾਂ ਕਰਨੀ ਹੈ. ਮੈਂ ਕਿਹਾ ਭਾਜੀ ਦੀ ਹਾਂ ਤਾਂ ਸਾਡੀ ਵੀ ਹਾਂ ਹੀ, ਮੇਨ ਤਾਂ ਪ੍ਰੋਡਿਊਸਰ ਭਾਜੀ ਨੇ, ਮੈਂ ਕੌਣ, ਭਾਜੀ ਦੀ ਕਰਕੇ ਫਿਲਮ ਹੈ. ਬਾਕੀ ਸਾਰੇ ਤੁਸੀਂ ਸਭ ਜਾਣਦੇ ਹੋ. ਮੈਂ ਸੀ 21 ਦਿਨਾਂ ਦੇ ਵਿੱਚ ਹੋ ਗਿਆ, ਮੈਨੂੰ 10 ਸਾਲ ਲੱਗ ਗਏ ਤੇ ਇਸੇ ਕਰਕੇ ਆਈ ਐਮ ਬਲੈਸਡ ਕਿ ਬੱਬੂ ਭਾਜੀ ਦਾ ਪਿਆਰ ਤੇ ਜਿਸ ਤਰ੍ਹਾਂ ਆਈ ਕੈਂਟ ਐਕਸਪਲੇਨ ਕਿ ਮੇਰੇ ਕੋਲ ਵਰਡਸ ਹੈ ਨਹੀਂ ਗੇ ਕਿ ਮੈਂ ਦੱਸ ਸਕਾਂ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਜਿਸ ਤਰ੍ਹਾਂ ਵੀ ਤੁਸੀਂ ਮਾਰਕੀਟ 'ਚ ਕੁਛ ਵੀ ਸੁਣਦੇ ਹੋ, ਪਰ ਜਿਸ ਤਰ੍ਹਾਂ ਸ਼ਰਧਾ ਨੇ ਕਿਹਾ, ਜੀਆ ਨੇ ਕਿਹਾ ਤੇ ਸਾਰਿਆਂ ਨੇ ਕਿਹਾ, ਇਸ ਮੋਰ ਦੈਨ 1000% ਇਜ਼ ਟਰੂ ਕਿ ਭਾਜੀ ਜਿੰਨੀ ਸਪੋਰਟ ਕਰਦੇ ਨੇ, ਜੋ ਹੈਲਪ ਇਹਨਾਂ ਨੇ ਸੈੱਟ ਤੇ ਕੀਤੀ ਆ, ਜੋ ਇੱਕ ਦੂਸਰੇ ਦੇ ਨਾਲ ਸਪੋਰਟ ਕੀਤੀ, ਜੋ ਸਾਰਿਆਂ ਨੇ ਮੋਟੀਵੇਸ਼ਨ ਦਿੱਤੀ ਆ, ਇਟਸ ਅਮੇਜ਼ਿੰਗ. ਕਿਸੇ ਕੋਲ ਵਰਡ ਨਹੀਂ ਆ, ਨਾ ਸਾਡੇ ਕੋਲ ਵਰਡਸ ਹੋਣੇ, ਨਾ ਤੁਹਾਡੇ ਕੋਲ ਕੋਈ ਵਰਡ ਕਰ ਸਕਦੇ ਕਿ ਜੋ ਭਾਜੀ ਨੇ ਕੀਤਾ, ਜੋ ਸਾਡੀ ਸਪੋਰਟ ਕੀਤੀ ਆ. ਇਹ ਫਿਲਮ ਭਾਜੀ ਦੀ ਆ ਤੇ ਭਾਜੀ ਕਰਕੇ ਇਹ ਫਿਲਮ ਬਣੀ ਆ, ਤੇ ਮੈਂ ਇਹਨਾਂ ਦਾ ਵੀ ਥੈਂਕਸ ਕਰਦਾ ਤੇ ਉਸ ਪਰਮਾਤਮਾ ਦਾ ਵੀ ਤੇ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਅੱਜ ਪਹੁੰਚੇ ਹੋ ਸ਼ੋ ਸ਼ਾਰਟ ਨੋਟਿਸ ਦੇ ਉੱਤੇ. ਤੇ ਬਾਕੀ ਸਾਡੇ ਹੋਰ ਹੀ ਸਭ ਦੱਸਣਗੇ. ਪੂਰੀ ਟੀਮ ਐਫਰਟ ਹੈ ਸਾਰਿਆਂ ਨੇ ਇਸ ਫਿਲਮ ਦੇ ਵਿੱਚ, ਰਾਣਾ ਜੀ ਤੋਂ ਲੈ ਕੇ ਬੱਬੂ ਜੀ, ਮੁਸਤਾਕ, ਸ਼ਰਧਾ, ਸਾਰਾ ਜੀਆ, ਰਾਣਾ, ਰਣਵੀਰ, ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ. ਕੰਸੈਪਟ ਜਿੱਦਾਂ ਦੀ ਅੱਜ ਕੱਲ੍ਹ ਪੰਜਾਬੀ ਪਿਕਚਰਾਂ ਆ ਰਹੀਆਂ ਉਹਦੇ ਨਾਲ ਉਹ ਵੱਖਰਾ ਹੈ ਸਿਨੇਮਾ ਦੇਖਣ ਨੂੰ ਮਿਲੂਗਾ ਜਿੱਦਾਂ ਬੱਬੂ ਜੀ ਨੇ ਕਿਹਾ ਹੈਗਾ. ਔਰ ਜੋ ਫਿਲਮ ਹੁੰਦੀ ਹੈ ਇਹ ਫਿਲਮ ਹੈ, ਮੈਂ ਇਹੀ ਕਹਿਣਾ ਚਾਹੂੰਗਾ ਕਿ ਔਰ ਸਾਲ ਡੇਢ ਸਾਲ ਡੇਢ ਸਾਲ ਦੀ ਮਿਹਨਤ ਲੱਗੀ ਹੋਈ ਪੂਰੀ ਟੀਮ ਦੀ, ਤੇ ਇਹ ਸਾਰਿਆਂ ਨੇ ਹੁਣ ਫਿਲਮ ਬਣਾਈ ਆ. ਹੁਣ ਸਾਡਾ ਕੰਮ ਸ਼ੁਰੂ ਹੁੰਦਾ ਹੈ ਕਿ ਦੁਨੀਆਂ ਦੇ ਵਿੱਚ ਵਰਲਡ ਵਾਈਡ ਇਸ ਨੂੰ ਵੱਡੇ ਤੋਂ ਮੈਕਸੀਮਮ ਸਕਰੀਨਰ ਵਿੱਚ ਰੀਚ ਕਰੀਏ ਔਰ ਚੰਗੇ ਤਰੀਕੇ ਨਾਲ ਇਹਨੂੰ ਪ੍ਰਮੋਸ਼ਨ ਪਬਲਿਸਿਟੀ ਕਰਕੇ ਵਰਲਡ ਵਾਈਡ ਰਿਲੀਜ਼ ਕਰੀਏ. ਮੈਂ ਬੱਬੂ ਜੀ ਨੂੰ ਕਹੂੰਗਾ, ਹੋਰ ਬਾਕੀ ਪ੍ਰੈਸ ਦੇ ਸਾਰੇ ਜ਼ਿਆਦਾਤਰ ਸਵਾਲ ਬੱਬੂ ਜੀ ਨਾਲ ਜ਼ਿਆਦਾ ਮੈਨੂੰ ਲੱਗਦਾ ਹੋਊਗੇ, ਤੇ ਮਾਈਕ ਉਹਨਾਂ ਨੂੰ ਦਿੰਦਾ. ਓਕੇ ਸੋ ਓਵਰ ਟੂ ਮੀਡੀਆ, ਜੇ ਤੁਸੀਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਫਿਲਮ ਦੇ ਰਿਲੇਟਡ ਤੋਂ ਪੁੱਛ ਸਕਦੇ ਹੋ. ਗੱਲ ਤਾਂ ਟਾਈਮ ਤੋਂ ਸਟਾਰਟ ਹੋਈ ਸੀ. ਹੈਲੋ, ਆਈ ਐਮ ਸੇਇੰਗ ਗੱਲ ਤਾਂ ਟਾਈਮ ਤੋਂ ਸਟਾਰਟ ਹੋਈ ਸੀ ਕਿ 3 ਵਜੇ ਦਾ ਟਾਈਮ ਦੇ ਕੇ 4 ਵਜੇ. ਆਈ ਵੁੱਡ ਲਾਈਕ ਟੂ ਸਟਾਰਟ ਫਰੋਮ ਦੈਟ ਨੋਟ ਓਨਲੀ ਕਿ ਵਾਈ ਮੀਡੀਆ ਇਜ਼ ਮੀਡੀਆਸ ਟਾਈਮ ਇਜ਼ ਨਾਟ important to artists. ਨਹੀਂ ਸਰ, ਮੈਨੂੰ ਤਾਂ ਐਸੇ ਬੜੇ ਟਾਈਮ ਦੱਸਦਾ ਸੀ, ਮੈਂ ਤਾਂ ਐਗਜ਼ੈਕਟ ਦੈਨ ਆਰਗੇਨਾਈਜ਼ਰਸ ਕੈਨ ਐਕਸਪਲੇਨ ਇਹ ਤੇ ਤੁਹਾਨੂੰ ਆਰਗੇਨਾਈਜ਼ਰ ਜਿਨ੍ਹਾਂ ਨੇ ਤੁਹਾਨੂੰ ਬੋਲਿਆ. ਮੈਂ ਥੋੜਾ ਥੋੜਾ ਜਿਹੜੇ ਪੱਤਰਕਾਰ ਸੱਜਣ ਮੇਰੇ ਵਾਕਫ ਮਿੱਤਰ ਹਨ ਤਾਂ ਪਤਾ ਮੇਰੀ ਆਦਤ, ਮੈਂ ਵੈਸੇ ਅੱਧਾ ਘੰਟਾ ਪਹਿਲੇ ਹੀ ਜਾਣਾ ਜਿੱਥੇ ਵੀ ਜਾਣਾ, ਕਿਉਂਕਿ ਸ਼ਾਇਦ ਤੁਹਾਡੇ ਨਾਲ ਅਸੀਂ ਜ਼ਿਆਦਾ ਕੰਮ ਕਰਦੇ ਹਾਂ ਨਿੱਜੀ ਜ਼ਿੰਦਗੀ 'ਚ, ਤੋ ਸਾਡਾ ਤਾਂ ਟਾਈਮ 'ਤੇ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ. ਸੋ ਇਹ ਸਵਾਲ ਦਾ ਜਿਹੜਾ ਜਵਾਬ ਹੈ ਤੁਹਾਡੀ, ਜਿਹੜੀ ਤਲਖੀ ਹੈ ਇਹ ਤਲਖੀ ਜ਼ਿਆਦਾ ਮੈਨੂੰ ਲੱਗਦੀ, ਕੋਈ ਐਡੀ ਗੱਲ ਨਹੀਂ. ਉਹ ਜਿੱਦਾਂ ਹੁੰਦਾ ਵੀ ਕੋਈ ਨਹੀਂ, ਕਈ ਵਾਰੀ ਪ੍ਰੈਸ ਕ੍ਰੀਏਟ ਹੋ ਜਾਂਦੀ ਹੈ ਨਾ, ਇਹ ਐਡਾ ਮਸਲਾ ਨਹੀਂ. ਇਹ ਬੰਬੇ ਤੋਂ ਆਇਆ ਵਿਚਾਰੇ, ਅੱਜ ਹੀ ਆਇਆ, ਇਹ ਸੀਰੀਅਲ ਕਰਦੇ, ਇਹਦਾ ਤਾਂ ਕੰਮ ਹੈ, ਇਹਦਾ ਕੋਈ ਵਕਤ ਨਹੀਂ ਮਿਲਦਾ. ਹਾਂਜੀ, ਕੋਈ ਗੱਲ ਨਹੀਂ, ਸੋਰੀ ਕਹਿ ਦਿੰਦੇ ਹਾਂ ਮੈਡਮ, ਨਹੀਂ ਤੁਹਾਨੂੰ ਜ਼ਿਆਦਾ ਥੋੜ੍ਹੀ ਜਿਹੀ ਦਲ. ਕਿਹੜਾ ਤੁਹਾਡਾ ਕਿਹੜਾ ਪੇਪਰ ਹੈ ਜੀ? ਡੇਲੀ ਪੋਸਟ. ਅੱਛਾ ਜੀ, ਹਾਂ, ਡੇਲੀ ਪੋਸਟ ਨਾਲ ਤੁਸੀਂ ਦਿੱਲੀ ਤੋਂ ਤਾਂ ਨਹੀਂ ਆਏ, ਇੱਥੇ ਲੋਕਲੀ ਹੋ? ਇਟ ਇਜ਼ ਡੇਲੀ ਪੋਸਟ, ਦੀ ਏਆਰ ਰੋਜ਼ ਵਾਲਾ. ਇਹ ਲੁਧਿਆਣੇ ਵਾਲਾ ਗਾ, ਮੇਰਾ ਬੜਾ ਪਿਆਰਾ ਮਿੱਤਰ ਹੈ ਉਹ. ਕੋਈ ਨੀ, ਜੇ ਤੁਸੀਂ ਲੇਟ ਹੋਗੇ ਮੈਂ ਫੋਨ ਕਰ ਦੂੰਗਾ. ਠੀਕ ਹੈ, ਗੁਰਦੀਪ ਇਜ਼ ਮਾਈ ਗੁੱਡ ਫਰੈਂਡ. ਹਾਂਜੀ, ਤੁਸੀਂ ਕੋਈ ਪੁੱਛੋ ਭੈਣੇ. ਐਨੀਵਨ ਕੋਈ ਵੀ ਸਵਾਲ ਹੋਵੇ ਤਾਂ ਪੁੱਛ ਸਕਦੇ ਹੋ. ਨਹੀਂ, ਦੇਖੋ ਸਿਨੇਮਾ ਇਹ ਤਾਂ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਨਿੱਜੀ ਜ਼ਿੰਦਗੀ, ਫਿਲਮ ਕੀ ਹੈ, ਆਪਾਂ ਬਹੁਤ ਕੰਮ ਕਰ ਨਹੀਂ ਸਕਦੇ. ਮਸਲਾ ਨਿੱਜੀ ਜ਼ਿੰਦਗੀ 'ਚ ਤੁਸੀਂ ਕਿਸੇ ਅਫਸਰ ਨੂੰ ਨਹੀਂ ਫੜ ਸਕਦੇ, ਬਟ ਫਿਲਮ 'ਚ ਤੁਸੀਂ ਫੜ ਲੈਂਦੇ ਹੋ. ਹੀਰੋ ਕੋਈ ਮਵਾਲੀ ਵੀ ਹੋ ਸਕਦਾ, ਬਟ ਫੜ ਲੈਂਦਾ. ਇਹ ਲਾਰਜਰ ਦੈਨ ਲਾਈਫ ਹੈ ਬਹੁਤ ਚੀਜ਼ਾਂ. ਸੋ ਇਹ ਸੰਭਾਵਨਾ ਤੁਸੀਂ ਜਦੋਂ ਲਿਖਤ ਲਿਖਦੇ ਹੋ ਉਦੋਂ ਬਣ ਜਾਂਦੀ ਹੈ. ਸੋ ਇਹਦੇ 'ਚ ਕਹਾਣੀ ਅਸਲ 'ਚ ਕੀ ਹੈ ਕਿ ਪੀੜ੍ਹੀ ਦਰ ਪੀੜ੍ਹੀ ਕਹਾਣੀ ਹੈ ਕਿ ਪਹਿਲਾਂ ਵਕਤ ਕਿਸ ਤਰ੍ਹਾਂ ਦਾ ਸੀ, ਉਦੋਂ ਕਿਸ ਤਰ੍ਹਾਂ ਦੀ ਦੁਨੀਆ ਸੀ, ਹੁਣ ਕਿੰਨੀ ਚੇਂਜ ਹੈ.
ਇਹਦੇ ਜੇ ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖੋਗੇ ਨਾ ਫਿਲਮ, ਇਹਦੇ ਪਿੱਛੇ ਇੱਕ ਯਥਾਰਥ ਬੜਾ ਛੁਪਿਆ। ਉਹ ਯਥਾਰਥ ਇਹ ਹੈ ਕਿ ਅੱਜ ਦੀ ਜਨਰੇਸ਼ਨ ਬਹੁਤ ਹੀ ਬਾਹਰ ਨੂੰ ਭੱਜਦੀ ਹੈ। ਇਹਦੇ ਵਿੱਚ ਵਿੱਚ ਜਿਹੜੀਆਂ ਤੁਹਾਨੂੰ ਗੱਲਾਂ ਮਿਲਣਗੀਆਂ, ਡਾਇਲਾਗ ਡਾਇਰੈਕਟਲੀ ਹੀਰੋ ਤਾਂ ਨਹੀਂ ਕਹੂਗਾ, ਬਟ ਜਿਹੜਾ ਸਾਡਾ ਤਾਣਾ ਬਾਣਾ ਕਹੂਗਾ, ਉਹ ਇਹ ਹੈ ਕਿ ਪੰਜਾਬ ਬੇਸਿਕਲੀ ਖਾਲੀ ਹੋ ਰਿਹਾ, ਬਹੁਤ ਲੋਕ ਉੱਧਰ ਨੂੰ ਹੀ ਜਾ ਰਹੇ। ਇਹ ਵੀ ਇਹਦੇ ਪਿੱਛੇ ਇੱਕ ਦਰਦ ਹੈ। ਦਰਅਸਲ ਉਸ ਤਰ੍ਹਾਂ ਦੀ ਜਰਨੀ ਜ਼ਿਆਦਾ, ਆਪਾਂ ਇਹ ਨੀ ਚਾਹੁੰਦੇ ਕਿ ਆਪਾਂ ਕਿਸੇ ਚੀਜ਼ ਨੂੰ ਮੋਸ਼ਨ ਦਿਖਾ ਕੇ ਆਪਾਂ ਉਦਾਂ ਕਰੀਏ ਆਡੀਅੰਸ ਨੂੰ ਉਦਾਂ ਦੇਣਾ। ਪਰਿਵਾਰਾਂ ਦੀ ਪੀੜ੍ਹੀ ਦਰ ਪੀੜ੍ਹੀ ਕਹਾਣੀ ਹੈ ਕਿ ਟਰਾਂਸਪੋਰਟਰਾਂ ਦਾ ਖਾਨਦਾਨ ਜਿੱਦਾਂ ਕਹਿ ਦਈਏ, ਟਰੱਕਾਂ ਦੀ ਪਿਰਤ ਚੱਲੀ ਆ ਰਹੀ, ਉਸ ਤਰ੍ਹਾਂ ਦੀ ਉਹਨਾਂ ਦੀਆਂ ਨਿੱਜੀ ਜ਼ਿੰਦਗੀਆਂ ਬਾਰੇ। ਹਾਂਜੀ ਸਰ, ਜੀ ਸਰ, ਜੇ ਗੱਲ ਕਰਾਂ ਨਛੱਤਰ ਸਿੰਘ ਦੇ ਕਰੈਕਟਰ ਦੀ, ਉਹ ਜੇ ਤੁਸੀਂ ਥੋੜੇ ਮੋਟੇ ਲੱਗ ਰਹੇ ਹੋ ਇਹਦੇ ਵਿੱਚ, ਤੇ ਇਹ VFX ਦਾ ਕਮਾਲ ਹੈ? ਨਾ 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 ਨਾ, ਕੁਝ ਨਹੀਂ, ਬੜੀ ਨੈਚੁਰਲ ਫੋਟੋ। ਤੇ ਕਿਹੜਾ ਕਰੈਕਟਰ ਕਰਨ ਚ ਦੱਸੋ, ਉਹ ਅਸਲ ਚ ਉਹਦੇ ਚ ਕੀ ਹੈ, ਉਹਦੇ ਚ ਜਿਹੜੀ ਦਾੜੀ ਹੈ ਵੱਡੀ ਲਾਈ ਹੋਈ ਹੈ, ਉਹ ਥੋੜੀ ਜੀ ਪੰਜਾਬੀ ਚ ਆਪਾਂ ਕਹਿੰਦੇ ਫੁਲਮੀ ਹੈ, ਉਹਦੇ ਕਰਕੇ ਫੇਸ ਬੜਾ ਲੱਗਦਾ, ਇੱਕ ਪੱਕ ਬੰਨੀ ਉਦਾਂ ਦੀ ਹੈ ਉਹਦੇ ਚ, ਤੇ ਦੂਜੇ ਜਦੋਂ ਫਿਰ ਵਾਲ ਕੱਟ ਹੋਏ ਨੇ ਫਿਰ ਉਹ ਫੇਸ ਥੋੜਾ ਛੋਟਾ ਲੱਗਦਾ ਜੀ। ਡਾਇਰੈਕਟਰ ਨਵੇਂ ਹੁੰਦੇ ਜਿਹੜੇ ਅਸੀਂ ਆਪਣੀਆਂ ਫਿਲਮਾਂ ਆਪਣੇ ਪ੍ਰੋਡਕਸ਼ਨ ਹਾਊਸ ਚ ਬਣਾਈਆਂ ਸੀ, ਸੋ ਮੈਂ ਕਦੇ ਇਸ ਤਰ੍ਹਾਂ ਸੋਚਿਆ ਨਹੀਂ ਸੀ ਕਿ ਆਹ ਡਾਇਰੈਕਟਰ ਚਾਹੀਦਾ ਹੈ। ਮੈਨੂੰ ਲੱਗਦਾ ਸੀ ਨਵਿਆਂ ਨੂੰ ਚਾਂਸ ਮਿਲਣਾ ਚਾਹੀਦਾ, ਕੁੜੀਆਂ ਵੀ ਨਵੀਆਂ ਹੁੰਦੀਆਂ ਹਨ, ਬਟ ਉਹ ਪਾਸ਼ੇ ਚ ਸਾਦਗੀ ਬਹੁਤ ਹੈ, ਸ਼ਾਇਦ ਇਹ ਫਿਲਮ ਕਰਨ ਦੀ ਇਹੀ ਇੱਕ ਵਜ੍ਹਾ ਹੈ। ਤੋ ਮੈਂ ਜਦੋਂ ਉਹਨੂੰ ਪੁੱਛਦਾ ਸੀ ਵੀ ਇਹ ਰੋਲ ਜਿਹੜੇ ਕਰਨਾ ਹੈ ਕਿੱਦਾਂ ਪਲੇ ਕਰਨਾ, ਤੇ ਇਹਦਾ ਜਵਾਬ ਬੜਾ ਸੌਖਾ ਜਾਂਦਾ ਸੀ, ਛੋਲੇ 'ਚ ਚੱਬਦਾ ਫਿਰੀ ਜਾਂਦੇ, ਕਹਿੰਦਾ ਜੀ ਕਰ ਲਓ ਭਾਅ ਜੀ ਤੁਸੀਂ ਆਪ ਹੀ ਕਰ ਲਓ। ਸੋ ਮੈਂ ਉਦੋਂ ਬੜੀ ਦੁਬਿਧਾ 'ਚ ਪੈਂਦਾ ਸੀ, ਕਿਉਂਕਿ ਐਕਟਰ ਡਾਇਰੈਕਟਰ ਦੇ ਹਿਸਾਬ ਨਾਲ ਚੱਲਦਾ, ਜੇ ਡਾਇਰੈਕਟਰ ਦੱਸਦੇ ਫਿਰ ਸੌਖਾ, ਕਿਉਂਕਿ ਅਸੀਂ ਪਿੰਡਾਂ ਵਾਲੇ ਹਾਂ, ਤੁਸੀਂ ਸ਼ਾਇਦ ਚੰਡੀਗੜ੍ਹ ਵਾਲੇ ਹੋ, ਮੈਂ ਤਾਂ ਜਮੇ ਦੇਸੀ ਪਿੰਡ ਦਾ, ਤੇ ਮੈਂ ਨਕਲ ਦਾ ਬੜਾ ਮਾਸਟਰ ਹਾਂ, ਮੈਂ ਬਹੁਤੇ ਪੇਪਰ ਨਕਲ ਮਾਰ ਕੇ ਕਰਦਾ ਰਿਹਾ। ਸੋ ਮੈਨੂੰ ਜੇ ਦੱਸ ਦਿੰਦਾ ਤਾਂ ਮੇਰੇ ਲਈ ਬਹੁਤ ਆਸਾਨ ਹੋਣਾ ਸੀ। ਫਿਰ ਫਰਕ ਇਹ ਸੀ ਕਿ ਵੀ ਫਰਕ ਕਿਵੇਂ ਪਾਈਏ, ਫਿਰ ਉਹ ਅਸੀਂ ਥੋੜ੍ਹਾ ਜਿਹਾ ਇੱਕ ਤਾਂ ਵੋਕਲ 'ਚ ਫਰਕ ਪਾਇਆ, ਇੱਕ ਉਹਨਾਂ ਦੀ ਤੌਰ 'ਚ ਫਰਕ ਪਾਇਆ, ਮੈਨਰਿਜ਼ਮ ਅਲੱਗ ਕਰਿਆ, ਹੁਣ ਦੇਖਦੇ ਕਿੰਨੇ ਕੁ ਸਫਲ ਹੋਣਾ ਤੁਸੀਂ ਦੇਖੋਗੇ ਤਾਂ ਲੱਗੂਗਾ ਪਤਾ। ਜੋ ਪੁਰਾਣੇ ਜਿੱਦਾਂ ਮੇਰੇ ਲਈ ਸੌਖਾ ਤਾਂ ਹੋ ਗਿਆ, ਮੈਂ ਨਾ ਆਪਣੇ ਪਿੰਡ 'ਚ ਚਲੇ ਜਾਂਦਾ ਬਹੁਤੀ ਵਾਰੀ, ਸੋ ਮੈਂ ਪਿੰਡ 'ਚ ਫਿਰ ਦਿਮਾਗ 'ਚ ਪਾਉਂਦਾ ਕਿ ਮੇਰੇ ਪਿੰਡ ਇੱਕ ਫਲਾਣੇ ਬਜ਼ੁਰਗ ਹੁੰਦੇ ਸੀ, ਉਹ ਕਿੱਦਾਂ ਤੁਰਦੇ ਸੀ, ਬਾਹਾਂ ਬਾਹਰ ਨੂੰ ਕੱਢ ਕੇ ਤੁਰਦੇ ਸੀ, ਮੂੰਹ ਉੱਤੇ ਨੂੰ ਚੱਕ ਕੇ ਤੁਰਦੇ ਸੀ। ਸੋ ਇੱਦਾਂ ਫਿਰ ਥੋੜ੍ਹੀ ਥੋੜ੍ਹੀ ਚੀਜ਼ਾਂ ਐਡ ਕਰਕੇ ਮੇਰੇ ਲਈ ਈਜ਼ੀ ਹੋ ਗਿਆ, ਪਰ ਉਹ ਜਿਹੜਾ 47 ਵਾਲਾ ਕਰੈਕਟਰ ਉਹ ਅਲੱਗ ਹੈ, ਉਹ ਬੜਾ ਆਨੰਦ ਆਇਆ ਲੋਕਾਂ ਨੂੰ। ਸਰ ਮੇਰੇ ਦੋ ਸਵਾਲ ਹੈ ਆਪਸੇ, ਇੱਕ ਤੋਂ ਮੂਵੀ ਦੀ ਜੋ ਸਟੋਰੀ ਹੈ ਉਹ ਬੇਸਿਕਲੀ ਰੋਮੈਂਟਿਕ ਹੈ ਕਿ ਕੋਈ ਐਕਸ਼ਨ ਵਗੈਰਾ ਵੀ ਦੇਖਣ ਨੂੰ ਮਿਲੇਗਾ? ਔਰ ਸੈਕਿੰਡ ਕੁਐਸਚਨ ਮੇਰਾ ਹੈ, ਹਕੀਕਤ ਜੀ ਲੱਗੂਗੀ ਤੁਹਾਨੂੰ, ਜਾਣੀ ਉਸ ਤਰ੍ਹਾਂ ਦਾ ਨਹੀਂ ਇਹਦੇ ਚ ਐਕਸ਼ਨ, ਮਤਲਬ ਫਾਈਟ ਨਹੀਂ, ਫੈਮਿਲੀ ਫਿਲਮ ਜ਼ਿਆਦਾ ਸਮਝ ਸਕਦੇ ਅਸੀਂ, ਫਾਈਟ ਹੋਊਗੀ ਬਟ ਬਹੁਤ ਨੈਚੁਰਲ ਟਾਈਪ ਹੈ, ਜਿੱਦਾਂ ਆਮ ਜਿਹੜੀ ਜੇ ਅਸੀਂ ਪਹਿਲਾਂ ਫਿਲਮ ਬਣਾਈ ਸੀ ਉਹਦੇ 'ਚ ਗੱਡੀਆਂ ਬਹੁਤ ਉੱਡੀਆਂ ਸੀ, ਇਸ ਵਾਰੀ ਮੈਂ ਇਹਨੂੰ ਕਿਹਾ ਵੀ ਗੱਡੀਆਂ ਨਹੀਂ ਉਡਾਉਣੀਆਂ, ਬਹੁਤ ਨੈਚੁਰਲ ਜੀ, ਬਹੁਤ ਥੋੜ੍ਹੀ ਹੈ, ਕੰਟੈਂਟ ਬੜਾ ਅਲੱਗ ਹੈ, ਮੈਨੂੰ ਲੱਗਦਾ ਇਹਦੇ 'ਚ ਗੱਲਾਂ ਜ਼ਿਆਦਾ, ਸ਼ਾਇਦ ਉਹ ਚੀਜ਼ਾਂ ਨਹੀਂ ਮਿਲਣ ਜਿੱਦਾਂ ਇੱਕ ਹੁੰਦਾ ਨਾ ਮਸਾਲਾ ਫਿਲਮ, ਨਹੀਂ ਫਿਲਮ ਹੈ। ਤੇ ਭਾਅ ਜੀ ਤੁਹਾਨੂੰ ਤਾਂ ਦੇਖ ਲਿਆ, ਹੁਣ ਤੁਹਾਡੀ ਆਵਾਜ਼ ਵੀ ਉਹਨਾਂ ਨੂੰ ਮਿਲੇਗੀ ਜੀ? ਹਾਂ, ਮੈਂ ਦੇਖੋ ਮੈਂ ਇੱਕੋ ਕਾਉਂਟ ਕਰਾਉਣ ਵਾਲਾ ਪੰਜਾਬੀ 'ਚ ਜਿਹੜਾ ਇਸੇ ਕਰਕੇ ਫਿਲਮ ਕਰਦਾ ਕਿ ਗੀਤ ਮੈਂ ਆਪ ਹੀ ਲਿਖ ਕੇ ਗਾ ਸਕਦਾ, ਜੇ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਲੈ ਕੇ ਆ ਗਿਆ, ਮੈਨੂੰ ਕੋਈ ਕਹੇ ਬਹੁਤ ਪੈਸੇ ਦਊਂਗਾ ਕਿ ਇੱਕ ਗਾਣਾ ਉੱਥੋਂ ਲਾਊਂਗਾ ਕਿ ਇੱਥੋਂ, ਮੈਂ ਨਹੀਂ ਕਰਦਾ, ਮੇਰਾ ਬੇਸਿਕਲੀ ਪੇਸ਼ਾ ਗਾਉਣਾ, ਸੋ ਮੇਰੇ ਲਈ ਮੁੱਖ ਧੰਦਾ ਗਾਉਣਾ, ਇਹ ਸਹਾਇਕ ਧੰਦਾ, ਇਸ ਕਰਕੇ ਮੈਂ ਉਹ ਕਦੇ ਨਹੀਂ ਕੰਮ ਕਰੂੰਗਾ ਜਿਹਦੇ 'ਚ, ਦੇਖੋ ਬੜੀ ਨੈਚੁਰਲ ਚੀਜ਼ ਹੈ, ਤੁਸੀਂ ਫਿਲਮ ਦੇਖਦੇ ਹੋ, ਤੁਸੀਂ ਫਿਲਮ ਨਾਲ ਜੁੜ ਜਾਂਦੇ ਹੋ, ਮਸਲਨ ਤੁਸੀਂ ਸ਼ਮੀ ਕਪੂਰ ਦੀ ਫਿਲਮ ਦੇਖਦੇ, ਤੁਹਾਨੂੰ ਲੱਗਦਾ ਸੀ ਕਿ ਪਿੱਛੇ ਜਿਹੜੀ ਆਵਾਜ਼ ਆਉਂਦੀ ਹੈ ਇਹਦੀ ਉਹ ਹੈ, ਔਰ ਜਦੋਂ ਨਿੱਜੀ ਜ਼ਿੰਦਗੀ 'ਚ ਇੱਕ ਤੁਸੀਂ ਡਾਇਲਾਗ ਬੋਲਦੇ ਹੋ ਕਿ ਹਾਂ ਬਈ ਕਿੱਥੇ ਗਿਆ ਸੀ, ਆਵਾਜ਼ ਭਾਰੀ ਹੈ, ਅਚਾਨਕ ਤੁਹਾਨੂੰ ਇੱਕ ਕਬਾਲ ਦੀ ਆਵਾਜ਼ ਆ ਜਾਏ ਪਿੱਛੇ ਜਦੋਂ ਗਾਉਂਦਾ ਸਿੰਗਰ, ਤਾਂ ਅਚਾਨਕ ਫਿਰ ਉਹ ਹਕੀਕਤ ਤੋਂ ਪਰੇ ਹੋ ਜਾਂਦਾ, ਜੇ ਅਸੀਂ ਸਿਨੇਮੇ ਨੂੰ ਸਮਝਦੇ ਕਿ ਹੁਣ ਮੇਰਾ ਵੋਕਲ ਭਾਰਾ ਸੀ ਤੇ ਅਚਾਨਕ ਪਿੱਛੋਂ ਕਿਸੇ ਹੋਰ ਆਰਟਿਸਟ ਦੀ ਆਵਾਜ਼ ਆ ਗਈ ਜਿਹੜੀ ਵੇਚਣ ਦੇ ਪਰਪਜ਼ ਲਈ ਤੁਸੀਂ ਕੈਸਟ ਕਰਦੇ ਹੋ, ਮੈਂ ਉਹ ਨਹੀਂ ਕੰਮ ਕਰਦਾ, ਮੈਂ ਨਹੀਂ ਫਿਲਮ ਕਰਦਾ, ਮੈਂ ਇੱਕੋ ਸ਼ਰਤ 'ਤੇ ਕਰਦਾ ਕਿ ਇਹ ਚੀਜ਼ਾਂ ਮੈਂ ਕਰੂੰਗਾ ਤਾਂ ਕਰੂੰਗਾ, ਨਹੀਂ ਤਾਂ ਨਹੀਂ ਕਰੂੰਗਾ।
ਪੱਤਰਕਾਰਤਾ ਚੋ ਕਦੇ ਕਦੇ ਲੇਖ ਵੀ ਲਿਖ ਲੈਂਦੇ ਹੋ ਕਦੇ ਕਦੇ ਘਰ ਬੈਠ ਕੇ ਪੋਇਟਰੀ ਕੁਛ ਨਹੀਂ ਇੱਕੋ ਕੁਛ ਨੀ ਕੋਈ ਫਰਕ ਨੀ ਮੇਰੇ ਦੇਖੋ ਸੰਗੀਤ ਉਦੋਂ ਤੱਕ ਔਖਾ ਹੈ ਜਾਂ ਕੰਮ ਕਰਨਾ ਉਦੋਂ ਤੱਕ ਔਖਾ ਜਦੋਂ ਤੱਕ ਤੁਸੀਂ ਤੁਹਾਡੇ ਕੋਲ ਉਸ ਤਰ੍ਹਾਂ ਦੀ ਆਰਟ ਦੀ ਘਾਟ ਹੈ ਗਾਣਾ ਮਤਲਬ ਮੇਰੇ ਲਈ ਚੁਟਕੀ ਹੈ ਗਾਣਾ ਆਪਾਂ ਬਾਹਰ ਚਾਹ ਪੀਵਾਂਗੇ ਤੁਸੀਂ ਮੈਨੂੰ ਦੋ ਅੱਖਰ ਦੱਸੋ ਵੀ ਇਹਦੇ 'ਤੇ ਗਾਣਾ ਲਿਖਣਾ ਮੈਂ ਮਤਲਬ ਮਿੰਟ ਤਾਂ ਬਹੁਤ ਜ਼ਿਆਦਾ ਦੱਸਦਾ ਮੈਂ ਸੈਕਿੰਡਾਂ 'ਚ ਮੈਂ ਤੁਹਾਨੂੰ ਸੁਣਾ ਦੂੰਗਾ ਮੇਰੀ ਤਸੀਰ ਬਣ ਗਈ ਗਾਣਾ ਲਿਖਣਾ ਮਿਊਜ਼ਿਕ ਮੇਰੀ ਤਸੀਰ ਬਣ ਗਈ ਮੈਂ ਇਹਦੇ 'ਚ ਚੋਟੀ ਫੋੜਾਂ ਸੋ ਇਹ ਮੈਨੂੰ ਔਖਾ ਨਹੀਂ ਲੱਗਦਾ ਮੈਨੂੰ ਲੱਗਦੀ ਮੈਂ ਬਹੁਤ ਸੌਖਾ ਲੱਗਦਾ ਸ਼ਰਤੇ ਮੈਂ ਕਿਸੇ ਹੋਰ ਨਾਲ ਕੰਮ ਕਰਾਂ ਤਾਂ ਮੈਨੂੰ ਉਹਨੂੰ ਸਮਝਣਾ ਪਊ ਪਹਿਲਾਂ ਦੋ ਦਿਨ ਪਰ ਇਹ ਮੇਰੇ ਲਈ ਈਜ਼ੀ ਹੈ ਜੀ ਜੀ ਸਾਲ ਬਾਅਦ ਅਗਰ ਇਹ ਲਾਈਟ ਥੋੜ੍ਹੀ ਜਿਹੀ ਜ਼ਿਆਦਾ ਹੈ ਰਾਣੇ ਦਾ ਬੜਾ ਅਲੱਗ ਜਿਹਾ ਕਿਰਦਾਰ ਆ ਉਹਦਾ ਉਹਦੇ ਵਾਲ ਵੀ ਮੈਂ ਹੀ ਰੰਗੇ ਸੀ ਉਹ ਅਸਲ ਚ ਚਾਹੁੰਦਾ ਸੀ ਕਿ ਮੈਂ ਫਿਲਮ ਚ ਥੋੜਾ ਜਿਹਾ ਜਵਾਨ ਦੇਖਾਂ ਮੈਂ ਚਾਹੁੰਦਾ ਸੀ ਨਹੀਂ ਥੋੜਾ ਜਿਹਾ ਵਾਈਟਿਸ਼ ਹੋਣ ਸੋ ਉਹਦਾ ਮੇਕਅਪ ਚ ਮੈਂ ਬੜਾ ਯੋਗਦਾਨ ਪਾਇਆ ਰਾਣੇ ਦੇ ਉਹਦੇ ਮੇਕਅਪ ਵੇਲੇ ਮੈਂ ਨਾਲ ਹੀ ਬੈਠ ਜਾਂਦਾ ਸੀ ਉਹਦੇ ਰਾਣੇ ਦਾ ਫਨੀ ਰੋਲ ਆ ਬਹੁਤ ਇਸ ਫਿਲਮ ਚ ਉਸ ਤਰ੍ਹਾਂ ਦਾ ਨਹੀਂ ਉਹਦੇ ਚ ਥੋੜਾ ਜਿਹਾ ਸੀਰੀਅਸ ਸੀ ਹਸ਼ਰ ਚ ਇਹ ਬੜਾ ਅਲੱਗ ਰੋਲ ਹੈ ਇਸ ਫਿਲਮ ਚ ਦਰਅਸਲ ਮੈਂ ਜੇ ਤੁਹਾਨੂੰ ਜਿਹੜੀ ਜਿਹੜੀ ਸਾਡੀ ਕੈਨੇਡਾ ਦੀ ਕਹਾਣੀ ਉਹਦੇ ਚ ਸਾਡੀ ਇਹ ਗੁੱਡੀ ਤੇ ਰਾਣਾ ਇਹੀ ਬੋਲਦੇ ਆ ਮੈਂ ਤਾਂ ਹਾਂ ਹੂੰ ਵਾਲਾ ਹੀ ਆ ਉਹਦੇ ਚ ਇਹਨਾਂ ਦੇ ਡਾਇਲੌਗ ਜ਼ਿਆਦਾ ਹੋਰ ਪਤਾ ਲੱਗ ਰਿਹਾ ਕਿ ਰੋਮਾਂਟਿਕ ਹੈਗੀ ਹੈ ਤਿੰਨ ਜਨਰੇਸ਼ਨ ਦੀ ਕਹਾਣੀ ਆ ਓਵਰਆਲ ਪਿਕਚਰ ਸੁਨੇਹਾ ਕੀ ਦਿੰਦੀ ਹੈ ਦੇਖੋ ਜ਼ਰੂਰੀ ਨਹੀਂ ਕਿ ਹਰ ਫਿਲਮ ਸੁਨੇਹਾ ਦੇਵੇ ਕਈ ਨਿੱਜੀ ਜ਼ਿੰਦਗੀ ਨਾਲ ਵੀ ਚੀਜ਼ਾਂ ਜੁੜ ਜਾਂਦੀਆਂ ਤੁਸੀਂ ਅਖਬਾਰ 'ਚ ਖਬਰਾਂ ਛਾਪਦੇ ਹੋ ਸਾਰੀਆਂ ਥੋੜੀ ਸੁਨੇਹਾ ਦਿੰਦੇ ਆ ਤੁਸੀਂ ਕਹਿ ਰਹੇ ਹੋ ਨਾ ਵੀ ਜਿੱਦਾਂ ਕਈ ਮਸਾਲਾ ਫਿਲਮਾਂ ਹੁੰਦੀਆਂ ਮਸਾਲਾ ਨਹੀਂ ਹੈਗਾ ਮਸਾਲਾ ਨਹੀਂ ਹੈ ਯਥਾਰਥ ਹੈ ਮੈਂ ਤੁਹਾਨੂੰ ਕਹਿੰਦਾ ਜਦੋਂ ਤੁਸੀਂ ਦੇਖੋ ਤੁਹਾਨੂੰ ਲੱਗੂਗਾ ਕਿ ਇਹ ਮੇਰੇ ਕਿਤੇ ਨੇੜੇ ਹੈ ਇਹਦੇ 'ਚ ਇਹਦੇ 'ਚ ਮਤਲਬ ਕੋਈ ਵੀ ਸੀਨ ਇਸ ਤਰ੍ਹਾਂ ਦਾ ਨਹੀਂ ਓਵਰ ਤੁਹਾਨੂੰ ਲੱਗੂਗਾ ਕਿ ਜਿਹੜਾ ਫਿਲਮੀ ਜਿਹਾ ਲੱਗੂਗਾ ਜਿੱਦਾਂ ਮਸਲਨ ਇੱਕ ਬੰਦਾ ਉਦਾਸੀ ਚੋ ਜਦੋਂ ਸਾਡੇ ਲੇਖਕ ਨੇ ਰਾਈਟਰ ਜਿਹੜੇ ਸਾਡੇ ਡਾਇਲੋਗ ਵਾਲਾ ਉਹਨਾਂ ਨੇ ਜਦੋਂ ਮੈਂ ਸਵੇਰੇ ਡਾਇਲੋਗ ਲੈਂਦਾ ਸੀ ਇਹਨਾਂ ਤੋਂ ਤਾਂ ਉਹਦੇ 'ਚ ਬਹੁਤੇ ਡਾਇਲੋਗ ਨੋਰਮ ਇਹ ਹੁੰਦਾ ਹੈ ਕਿ ਡਾਇਲੋਗ ਰਾਈਟਰ ਜਿਹੜਾ ਹੁੰਦਾ ਉਹ ਹੀਰੋ ਲਈ ਖਾਸਾ ਕੁਛ ਲਿਖ ਦਿੰਦਾ ਇਹ ਗਵਾਹ ਹੈ ਮੈਂ ਇਹ ਸਾਰੇ ਪੇਜਾਂ 'ਤੇ ਕਾਟੀ ਮਰਾ ਦਿੰਦਾ ਸੀ ਵੀ ਯਾਰ ਮੈਂ ਹੀ ਬੋਲੀ ਜਾਊਂਗਾ ਬਾਕੀ ਕਰੈਕਟਰ ਕੀ ਬੋਲਣਗੇ ਮਸਲਨ 5 ਮਿੰਟ ਦਾ ਸੀਨ ਆ ਸਾਰੇ ਡਾਇਲੋਗ ਮੇਰੇ ਪੈ ਗਏ ਇਹ ਕੀ ਬੋਲਣਗੇ ਫਿਰ ਸਾਡੀ ਫਿਲਮ ਕਰੈਕਟਰ ਵੇਸਟ ਨਹੀਂ ਲੱਗੂਗੀ ਉਹ ਇੱਕ ਦੌਰ ਚੱਲਿਆ ਸੀ ਪਿੱਛੇ ਜੇ ਕਿ ਹੀਰੋ ਹੀ ਬੋਲੀ ਜਾਊਗਾ ਸਾਰਾ ਕੁਛ ਹੀਰੋ ਹੀ ਜੋ ਕੁਛ ਉਹ ਨਹੀਂ ਚੰਗੀ ਲੱਗਦੀ ਸੋ ਮੈਂ ਆਪਣੇ ਡਾਇਲੋਗ ਘਟਾ ਹੀ ਦਿੰਦਾ ਸੀ ਇਹਨਾਂ ਤੋਂ ਕਈ ਵਾਰੀ ਵੀ ਜਿੱਥੇ ਚੁੱਪ ਨਾਲ ਸਰਜੇ ਤਾਂ ਜ਼ਿਆਦਾ ਵਧੀਆ ਇਸ ਫਿਲਮ ਮੈਂ ਆਪਣੇ ਗਾਣੇ ਲਿਖੇ ਆਪਣੇ ਗਾਏ ਜੀ ਜੀ ਭੈਣ ਜੀ ਹਾਂ ਜੀ ਮਾਨ ਸਾਹਿਬ ਤਿੰਨੋ ਕੈਰੇਕਟਰ ਮੈਂ ਗਾਣੇ ਆਪ ਕੇ ਹੀ ਇਹ ਇਹਦੇ ਚ ਗਾਣੇ ਪਿੱਛੇ ਚੱਲਣੇ ਜ਼ਿਆਦਾ ਸਕਰੀਨ ਤੇ ਜਿੱਦਾਂ ਕਿ ਨਾ ਪਲੇਬੈਕ ਜ਼ਿਆਦਾ ਇਹਦੇ ਚ ਕਿਉਂਕਿ ਸਿਚੁਏਸ਼ਨ ਇਦਾਂ ਦੇ ਬਾਰ ਬਾਰ ਚੱਲਦਾ ਰਿਪੀਟ ਹੁੰਦਾ ਹੈ ਸ਼ਾਇਦ ਸਿੱਧਾ ਨਹੀਂ ਗਾਉਂਦੇ ਕਿਉਂਕਿ ਜਿੱਥੇ ਅੱਜ ਵੀ ਦੋ ਮਿਲਦੇ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਪਿੱਛੇ ਚੱਲੇ ਗਾਣਾ ਤੇ ਜ਼ਿਆਦਾ ਬੈਟਰ ਮਾਨ ਸਾਹਿਬ ਤੁਸੀਂ ਕਿਹਾ ਵੀ ਪੰਜਾਬ ਦੇ ਲੋਕਾਂ ਵਾਸਤੇ ਇਹ ਫਿਲਮ ਕੀ ਮੈਸੇਜ ਦੇਊਗੀ ਤੁਸੀਂ ਕਿਹਾ ਵੀ ਪੰਜਾਬ ਦੇ ਲੋਕ ਕੈਨੇਡਾ ਜ਼ਿਆਦਾ ਜਾ ਰਹੇ ਹਾਂ ਇਹ ਮੈਸੇਜ ਨਹੀਂ ਤਾਂ ਹਕੀਕਤ ਹੈ ਨਾ ਹਕੀਕਤ ਹੈ ਵੀ ਮੈਸੇਜ ਇਹਦੇ ਨੇ ਕੀ ਪ੍ਰਵਚਨ ਥੋੜੀ ਦੇ ਸਕਦਾ ਮੈਂ ਇਹ ਇੱਕ ਮਨੋਰੰਜਨ ਹੈ ਸਿਨੇਮਾ ਇੱਕ ਮਨੋਰੰਜਨ ਹੈ ਹਾਂ ਇਹ ਹੋ ਜਾਂਦਾ ਕਦੇ ਕਦੇ ਕਿ ਜਦੋਂ ਕਹਾਣੀ ਉਸ ਤਰ੍ਹਾਂ ਦੀ ਹੋਵੇ ਤਾਂ ਉਹ ਸ਼ਾਇਦ ਮੈਸੇਜ ਜ਼ਿਆਦਾ ਦੇ ਜਿੱਦਾਂ ਇਹ ਕੰਮ ਅਸੀਂ ਬਣਾਈ ਸੀ ਉਹ ਬਣਾਈ ਮੈਸੇਜ ਲਈ ਸੀ ਕਿਉਂਕਿ ਉਹ ਪਾਣੀ ਸਾਡਾ ਗੰਦਾ ਹੋ ਰਿਹਾ ਜਾਂ ਪੋਲਿਊਸ਼ਨ ਹੋ ਰਿਹਾ ਉਹ ਇਹਨਾਂ ਚੀਜ਼ਾਂ ਦੇ ਇਹ ਇੱਕ ਸਿੰਪਲ ਰੋਮਾਂਟਿਕ ਪਰਿਵਾਰਕ ਫਿਲਮ ਹੈ ਜੀ ਜੀ ਮੈਨੂੰ ਲੇਟੇ ਦੇਖਣ ਦਿੰਦੀ ਹੈ ਛੋਟੇ ਭਾਈ ਪਤਾ ਨਹੀਂ ਹਾਂਜੀ ਹਾਂਜੀ ਜੂਏ ਵਾਲਾ ਗਾਣਾ ਇਸ ਫਿਲਮ ਦਾ ਸ਼ਰਧਾ
You have been very vocal about this ongoing Me Too movement, right? And you have been part of this film industry from very long point. So how do you see this movement, and do you have ever experienced it or what? How do you see this movement? Well, at this platform, I'd like to say I don't want to distract everyone's attention from the film to Me Too movement. It's a very, very huge and powerful and important thing that you're talking about right now. And I don't want to briefly talk about it and dismiss it. We should sit one-on-one and then talk on it. But right now, the mood is different. The fervor is different. So I want to talk about the film that I've come here for. Otherwise, I am in full support of Me Too movement if I want to talk about it in just one line. बस फिर मुझसे किसी को कोई सवाल नहीं करना आपको बहुत सारे सवाल हैं दिस साइड श्रद्धा दिस साइड आपको बब्बू मान जी का कौन नहीं आप पूछो पहले वो कह रहे हैं कि पहले ट्रेलर देख ले फिर सवाल करेंगे ऐसा मैंने क्वेश्चनेबल कुछ नहीं किया है कॉन्फ्रेंस खत्म हो गई हूं असि वैसे निजी जिंदगी देखना मांगते हैं बब्बू भाई का गाने दिखा दो चलो मैं अनाउंसमेंट कर दिंदी देखो मैं तुम दसदा जी की वजह हो लगती है जी मेनू जनेजे की अजकल जमाना हो गया सोशल मीडिया समाजिक मीडिया बहुत स्ट्रांग हो गया एक क्लिका लेनी है इन्होंने यूट्यूब तो दिखाने मेनू जिस तक शक बस बब्बू मान जी ने कहता यूट्यूब ते आता यूट्यूब ते दिखाएंगे एक्चुअली शायद यूट्यूब पे डाउनलोड हो गया हाँ जी दिस बब्बू मान साहब दे आ जाएगा बाकी ट्राई कर रहे हैं कि तुम दिखा सकिए लेकिन पॉसिबल नहीं है फिर भी ट्राई कर ओके सो हाँ जी ये तो इन्हें ही कसूर है जी साहब We are so sorry कि तानू हजे असी YouTube ते दिखा रहे हैं देसी बीट रेकॉर्ड्स से उते ए ट्रेलर अपलोड कर दिता गया है सो तुसी हुणे देख सकते हो जो सवाल है कि ने ट्रेलर तो बाद देख के तुसी पूछ सकते हो हमेशा सोशल कॉज के लिए करते हैं सो मान साहब एक छोटी जी गल दसांगा क्योंकि इन्होंने जो एक सपना सोचा सीगा बहुत टाइम पहला जी हाँ एनजीओ रन कर रहे थे वन होप वन चांस जो सपने में इन्होंने शेयर किया जी मनीष भाई ने मैनेजिंग डायरेक्टर ऑफ द बब्बू मान स्टोर सो उस सपने के विच इन्होंने सोचा सीगा भी ये लोड़वंद लोगों की नीडी लोगों की हेल्प करेंगे सो उस सपने को पूरा करने लिए मनीष सर ने ते बब्बू मान जी ने मिलकर इस ब्रांड को लॉन्च किया है सो एक बार जोरदार ताड़ियां चाहूंगा मैं जी इस गल के कि द बब्बू मान स्टोर से लॉन्च कर रहे हैं एक नॉवल कॉज वास्ते जो कि इनकी ड्रीम थी ड्रीम प्रोजेक्ट सीगा वन होप वन चांस एक एनजीओ रन कर रहे हैं सो उसके पीछे बहुत बड़ा कारण है इस ब्रांड को लॉन्च करने का सो आज इस ब्रांड को असि तेरे सारा के लॉन्च कर रहे हैं सून असि तेरे दसांगे कि किस तरह के कपड़े असि लेके आए हैं और किस तरह के इंपॉर्टेंट सरप्राइजेस तुम्हें दिखावांगे आज और असि लोगों भी तेरे के फील करांगे सो मान साहब बहुत बिजी ने ये शेड्यूल बहुत बिजी चल रहे हैं अगर बहुत सारे कंसर्ट हैं लाइक कंसर्ट इंटरनेशनल सो उस करके असी सिर्फ एक प्री लॉन्च कर रहे हैं आज सो उस दे विच कुछ कैटेगरीज ने साडी क्लोथिंग विच यानी कि हले असी सिर्फ कुछ कैटेगरीज लॉन्च कर रहे हैं जिस दे विच मेन जीन्स मेन टी-शर्ट्स मग्स वॉलेट्स बेल्ट्स एंड शर्ट्स ते कुछ विंटर स्टफ असी लॉन्च कर रहे हैं और थोड़े ही टाइम बाद यानी कि विद इन वीक और 7 टू 8 डेज ਅਸੀਂ ਆਨਲਾਈਨ ਸਟੋਰ ਵੀ ਲਾਂਚ ਕਰ ਰਹੇ ਹਾਂ ਜਿੱਥੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਪਾਵੋਗੇ ਦ ਬੱਬੂ ਮਾਨ ਸਟੋਰ ਦੇ ਵਿੱਚ ਕਰਨ ਜਾ ਰਹੇ ਹਾਂ ਸਾਰੇ ਪ੍ਰੋਡਕਟਸ ਸਾਡੇ ਜੋ ਕਿ ਤੁਸੀਂ ਆਨਲਾਈਨ ਸ਼ਾਪ ਕਰ ਸਕਦੇ ਹੋ ਉਸ ਦੇ ਨਾਲ ਨਾਲ ਦੋ ਤਿੰਨ ਮਹੀਨੇ ਦੇ ਵਿੱਚ ਹੀ ਵਰਲਡ ਵਾਈਡ ਇੰਟਰਨੈਸ਼ਨਲ ਸਾਡੇ ਆਊਟਲੈਟਸ ਵੀ ਓਪਨ ਹੋ ਰਹੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਰਲਡ ਵਾਈਡ ਕਿਸ ਤਰ੍ਹਾਂ ਸਾਡੇ ਆਊਟਲੈਟਸ ਖੁੱਲ ਰਹੇ ਨੇ ਇੰਡੀਆ ਹੀ ਔਰ ਇੰਟਰਨੈਸ਼ਨਲ ਹਰ ਜਗ੍ਹਾ ਦੇ ਵਿੱਚ ਔਰ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦਵਾਂ ਜੀ ਕਿ ਅੱਜ ਅਸੀਂ ਤੁਹਾਡੇ ਸਾਰੇ ਰਿਲੀਜ਼ ਕਰਾਂਗੇ ਬੱਬੂ ਮਾਨ ਜੀ ਦਾ ਮੇਰਾ ਕੰਮ ਇੱਕ ਹੋਇਆ ਬੰਦੋ ਸਮੁੰਦਰ ਡੈਕ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਵਜਾ ਰਹੀ ਸੋ ਹੁਣ ਇਸ ਤਰ੍ਹਾਂ ਅੱਗੇ ਵਧਦੇ ਹੋਏ ਮੈਂ ਰਿਕੁਐਸਟ ਕਰਾਂਗਾ ਜੀ ਸਭ ਤੋਂ ਪਹਿਲਾਂ ਜੀ ਮਿਸਟਰ ਜਗਦੀਪ ਸਿੱਧੂ ਓਐਸਡੀ ਟੂ ਸੀ ਹੈ
And I would request Mr. Manish, Managing Director of the Babbu Maan store, and the man himself, Babbu Maan Ji, ki wo logo reveal kar do. So, zordar taaliyan kar sare bol. And also, I would request Mrs. Sandeep Bansal, Director and the Head of Night Expression. So, can we have a big round of applause for the Babbu Maan store? So, ji, ek khas mauka, ek khas sapna. एक उम्मीद, वन होप, वन चांस, एक ब्रांड राही यानी कि द बब्बू मान स्टोर राही ऐसी आज पूरा कर रहे हैं। सो जी वो बेला जिस दा सांसार इंतजार से करें, स्पेशली मान साहब ने बहुत इंतजार से करें, द बब्बू मान स्टोर So the countdown begins. 5, 4, 3, 2. Here we go. So I would request you once have to reveal the logo. So here we go. ਜਿਹਾਂ ਪਰ ਫਿਰ ਤੁਹਾਨੂੰ ਸਾਰਾ ਦੱਸ ਦਿਵਾਂ ਕਿ ਅਸੀਂ ਅੱਜ ਪ੍ਰੀ ਲਾਂਚ ਦ ਬੱਬੂ ਮਾਨ ਸਟੋਰ ਦੇ ਵਿੱਚ ਕੁਝ ਕੈਟੇਗਰੀਜ਼ ਤੁਹਾਡੇ ਸਾਰਾ ਕੇ ਰੂਬਰੂ ਕਰ ਰਹੇ ਹਾਂ ਜਿਸ ਦੇ ਵਿੱਚ ਮੈਨ ਜੀਨਸ ਮੈਨ ਟੀ ਸ਼ਰਟਸ ਮਗਸ ਵਾਲਟਸ ਬੈਲਟਸ ਐਂਡ ਸ਼ਰਟਸ ਤੇ ਕੁਝ ਵਿੰਟਰ ਸਟਫ ਔਰ ਕੁਝ ਦਿਨਾਂ ਦੇ ਵਿੱਚ ਯਾਨੀ ਕਿ ਵਿਦਿਨ 7-8 ਡੇਜ਼ ਸਾਡੇ ਆਨਲਾਈਨ ਸਟੋਰਸ ਓਪਨ ਹੋ ਜਾਣਗੇ ਜੋ ਕਿ ਤੁਸੀਂ ਮੈਂ ਹਿਮਸੈਲਫ ਫਾਊਂਡਰ ਪ੍ਰੈਜ਼ੈਂਟਰ ਐਂਡ ਬ੍ਰਾਂਡ ਐਂਬੈਸਡਰ ਬੱਬੂ ਮਾਨ ਸੋ ਥੈਂਕ ਯੂ ਸੋ ਮਚ ਐਵਰੀਵਨ ਸੋ ਹੁਣ ਮੇਰਾ ਆ ਚੁੱਕਿਆ ਜੀ ਇੱਕ ਹੋਰ ਸਰਪ੍ਰਾਈਜ਼ ਸਾਡੇ ਸਾਰੇ ਕੀ ਰਿਵੀਲ ਕਰਨ ਦਾ ਜੀ ਹਾਂ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਬਹੁਤ ਹੀ ਖਾਸ ਦਿਨ ਹੈ ਤੇ ਮਾਨ ਸਾਹਿਬ ਖੁਦ ਸਾਡੇ ਨਾਲ ਵਿਚਕਾਰ ਨੇ ਸੋ ਉਹਨਾਂ ਦਾ ਇੱਕ ਬਹੁਤ ਹੀ ਖਾਸ ਜੀ ਹਾਂ ਮੇਰਾ ਗਮ 2 ਐਲਬਮ ਸੋ ਸਮੁੰਦਰ ਟਰੈਕ ਤੁਹਾਡੇ ਸਾਰਿਆਂ ਸਾਹਮਣੇ ਜੀ ਅਸੀਂ ਵੀਡੀਓ ਰਿਲੀਜ਼ ਕਰ ਰਹੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਵਾਬ ਵੀ ਦੇ ਦਿਆ ਕਰੋ ਸਤਿ ਸ੍ਰੀ ਅਕਾਲ ਜੀ ਹਾਂਜੀ ਹੁਕਮ ਸਟੋਰ ਬਾਰੇ ਸ਼ਰਮਾ ਜੀ ਕੀ ਦੱਸ ਸਕਦੇ ਆ ਕਿਉਂਕਿ ਇਹ ਸਾਰਾ ਜਿਹੜਾ ਕਾਰਜ ਹੈ ਇਹਨਾਂ ਦੇ ਜਿਹੜੇ ਇਹਨਾਂ ਦੇ ਨਾਲ ਸਾਡੇ ਸੱਜਣ ਮਿੱਤਰ ਜੁੜੇ ਹੋਏ ਆ ਉਹਨਾਂ ਦਾ ਉਪਰਾਲਾ ਹੈ ਮੈਨੂੰ ਤਾਂ ਉੱਥੇ ਹੀ ਬਿਠਾ ਲਿਆ ਇਹਨਾਂ ਨੇ ਜਿੱਦਾਂ ਕੋਈ ਮਾਡਲ ਜਿਹਾ ਜਾ ਕੇ ਬਿਠਾ ਲਿਆ ਐਡ ਕਰਨੇ ਵਾਲਾ ਕਿ ਸਰਦੀ ਨੇ ਲਕਸ ਕੋਜ਼ੀ ਪਹਿਨੀ ਹੈ ਹੁਣ ਮੈਂ ਕਿਹਾ ਦੇ ਕਰੂੰਗਾ ਵੀ ਗਰਮੀ 'ਚ ਇਹਨਾਂ ਵਾਲੇ ਕੱਪੜੇ ਪਹਿਨੋ ਸੋ ਗੀਤ ਬਾਰੇ ਮੈਂ ਦੱਸ ਸਕਦਾ ਜੇ ਕੋਈ ਸਵਾਲ ਹੈ ਤਾਂ ਜ਼ਰੂਰ ਪੁੱਛੋ ਸਰ ਕਿੱਥੇ ਸਟੋਰ ਓਪਨ ਹੋ ਰਿਹਾ ਤੁਹਾਡਾ ਇਹ ਵਾਲਾ ਸਟੋਰ ਆ ਉਹਨਾਂ ਨੇ ਮੈਂ ਕੀ ਦੱਸਾਂ ਗੀਤ ਗੀਤ ਕਦੋਂ ਲਾਂਚ ਹੋ ਰਿਹਾ ਸਰ ਪਹਿਲਾਂ ਤੁਸੀਂ ਸਟੋਰ ਆ ਸਰ ਪਹਿਲੇ ਮੈਂ ਤੁਹਾਡੇ ਕੋਲ ਮੈਂ ਤੁਹਾਡੇ ਨਾਲ ਗੀਤ ਤਾਂ ਤਿਆਰ ਹੈ ਬਹੁਤ ਦੇਰ ਤੋਂ ਇਹ ਸ਼ੂਟ ਕਰਿਆ ਸੀ 1.5 ਸਾਲ ਪਹਿਲਾਂ 1.5 ਤੋਂ ਮੇਰੇ ਖਿਆਲ ਸ਼ਾਇਦ ਜ਼ਿਆਦਾ ਵਕਤ ਹੋ ਗਿਆ ਪਰ ਕੋਈ ਵਕਤ ਨਹੀਂ ਮਿਲਿਆ ਕੁਛ ਹਾਦਸੇ ਇਦਾਂ ਦੇ ਹੋ ਗਏ ਤਾਂ ਉਹਦੇ ਕਰਕੇ ਉਲਝਣ 'ਚ ਪੈ ਗਈ ਸੀ ਹੁਣ ਥੋੜ੍ਹਾ ਜਿਹਾ ਨਿਕਲਿਆ ਇਹਨੂੰ ਰਿਲੀਜ਼ ਤਾਂ ਕਰ ਦੇਣਾ ਸੀ ਬਟ ਉਹ ਪਿੱਛੇ ਕੁਛ ਪੰਜਾਬ 'ਚ ਜਾਂ ਹਰਿਆਣੇ 'ਚ ਹਾਲਾਤ ਖਰਾਬ ਸੀ ਉਹਦੇ ਕਰਕੇ ਕੁਛ ਚੀਜ਼ਾਂ ਨੂੰ ਅਮਲੀ ਰੂਪ ਨਹੀਂ ਦੇ ਸਕੇ ਪੀਆਰ ਟੀਮ ਸੀ ਜਿਹੜੀ ਦੂਜਾ ਇਹ ਸੀ ਵੀ ਜਿਹੜਾ ਇਹਨਾਂ ਦਾ ਸਰਟੀਫਿਕੇਟ ਹੁੰਦਾ ਉਹਨੂੰ ਥੋੜ੍ਹੇ ਜਿਹੇ 2-4 ਦਿਨ ਲੱਗਦੇ ਸੀ ਇਸ ਕਰਕੇ ਰੋਕ ਲਿਆ ਸੀ ਪਹਿਲੇ ਕਿਉਂਕਿ ਅੱਜ ਕੱਲ੍ਹ ਉਹ ਵੀ ਜ਼ਰੂਰੀ ਹੈ ਸੋ ਮੈਂ ਤੁਹਾਡੇ ਜ਼ਰੀਏ ਬੇਨਤੀ ਕਰਦਾ ਹਾਂ ਵੀ ਇਹ ਜਿਹੜੀ ਸਾਡੀ ਸਰਕਾਰ ਹੈ ਇਹ ਜਿਹੜਾ ਸੈਂਸਸ ਸਰਟੀਫਿਕੇਟ ਸਿਸਟਮ ਹੈ ਇਹ ਬੰਬੇ ਕਿਉਂ ਜਾਣਾ ਪੈਂਦਾ ਸਮਝ ਨਹੀਂ ਆਉਂਦੀ ਦੂਜਾ ਬੰਬੇ ਦਾ ਜਿਹੜਾ ਨਜ਼ਰੀਆ ਹੈ ਸਿਨਮੇ ਫਿਲਮੋਗ੍ਰਾਫੀ ਬਾਰੇ ਉਹ ਥੋੜ੍ਹਾ ਅਲੱਗ ਹੈ ਉਸ ਉਹ ਪੰਜਾਬ ਤੋਂ ਥੋੜ੍ਹੇ ਜਿਹੇ ਜ਼ਿਆਦਾ ਮਾਡਰੇਟ ਸੋ ਆਮ ਤੌਰ 'ਤੇ ਤੁਸੀਂ ਜਦੋਂ ਫੇਸਬੁੱਕ 'ਤੇ ਦੇਖਦੇ ਹੋ ਸਵੇਰੇ ਬੰਦਾ ਉੱਠਦਾ ਹੈ ਮੂੰਹ ਨਹੀਂ ਧੋਦਾ 200 ਸਵਾਲ ਕਰਦਾ ਸਵੇਰੇ ਸਾਰੇ ਪੰਜਾਬ ਨੂੰ ਲੜਾਈ ਸੀਰੀਆ ਤੋਂ ਪਰੇ ਚੱਲਦੀ ਹੈ ਬਹਿਸ ਪੰਜਾਬ 'ਚ ਹੁੰਦੀ ਹੈ ਉਹ ਸਾਨੂੰ ਆਦਤ ਹੈ
ਸੋ ਇਸ ਤਰ੍ਹਾਂ ਦੇ ਕਿੰਦੂ ਪ੍ਰੰਤ ਹੋਣੇ ਵੀ ਬੰਦ ਹੋ ਜਾਣਗੇ, ਕਿਉਂਕਿ ਜਦੋਂ ਸਰਕਾਰੀ ਮਾਨਤਾ ਮਿਲ ਜੂ ਕਿਸੇ ਚੀਜ਼ ਨੂੰ ਫਿਰ ਉਹਦੇ 'ਤੇ ਕਿੰਤੂ ਵੀ ਨਹੀਂ ਹੋਊਗਾ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਸੈਂਸਸ ਸਰਟੀਫਿਕੇਟ ਦਾ ਬੜਾ ਲੰਬਾ ਪੱਕਾ ਹੈ। ਮੇਲ ਕੌਣ ਕਰ ਸਕਦਾ ਜਿਹੜਾ ਰਜਿਸਟਰਡ ਆ, ਕਈ ਚੀਜ਼ਾਂ ਉਹ ਬਹੁਤ ਟਾਈਮ ਲਾ ਦਿੰਦੇ, ਕਿਉਂਕਿ 20 ਦਿਨ ਕੱਢ ਦਿੰਦੇ, ਛੁੱਟੀਆਂ ਆ ਜਾਂਦੀਆਂ, ਅਫਸਰ ਨਹੀਂ ਬੈਠਦੇ ਉਹਨਾਂ ਦੇ ਮੌਕੇ 'ਤੇ, ਹੈ ਨਾ। ਸੋ ਪਹਿਲਾ ਕੰਮ ਇਹ ਕਰਨਾ ਆਪਾਂ ਨੇ ਵੀ ਸੈਂਸਸ ਸਰਟੀਫਿਕੇਟ ਚੰਡੀਗੜ੍ਹ ਹੋਵੇ, ਬੰਦਾ ਜਾਵੇ 10 ਮਿੰਟਾਂ 'ਚ ਕਰਾ ਕੇ, ਇੱਥੇ ਜਿਹੜੇ ਲੋਕਲ ਆਪਣੇ ਟੈਸ਼ਨ ਵਾਲਾ ਮਕਾਨਾ ਫੜਾ ਦਿੰਦੇ, ਬਸ ਚੱਲ ਪਊਗਾ। ਤੇ ਇਹਦੀ ਟੈਂਟੇਟਿਵ ਡੇਟ ਕੋਈ ਨਿਰਧਾਰਿਤ ਹੈ ਤੁਹਾਡੀ? ਤੁਸੀਂ ਕਹੋ ਅੱਜ ਹੀ ਕਰ ਦਿੰਦੇ, ਆਪਾਂ ਕਿਹੜੇ ਕਿਸੇ ਤੋਂ ਕਰਦੇ ਹੋ ਸਿਸਟਮ ਸਾਰੇ ਵੇਟ ਕਰਦੇ। ਪਿੱਛੇ ਕੋਈ ਉਸ ਤਰ੍ਹਾਂ ਦਾ ਸਿਸਟਮ ਹੈ ਨਹੀਂ, ਕੋਈ ਕਾਰਪੋਰੇਟ ਕਰ ਰਿਹਾ ਜਾਂ ਆਪਾਂ ਨੇ ਕਿਸੇ ਨੂੰ ਕਹਿਣਾ ਵੀ ਸਰ ਕਰ ਦੀਜੀਏ ਪਲੀਜ਼, ਤੁਸੀਂ ਕਹੋ ਆਪਾਂ ਹੁਣੇ ਛੱਡ ਦਿੰਦੇ। ਸਰ ਸਾਡੀ ਵੀ ਗੱਡੀ ਦੇ ਪਿੱਛੇ ਕੱਟੜ ਫੈਨ ਬੱਬੂ ਮਾਨ ਦੇ ਲਿਖਿਆ ਹੋਇਆ, ਆਪਾਂ ਫਿਰ ਪੱਕਾ ਅੱਜ ਹੀ ਛੱਡ ਦਿੰਦੇ ਜੀ। ਮੇਰੇ ਮਾੜੀ ਕਿਸਮਤ ਜਿਹੜਾ ਸਾਡਾ ਨੈੱਟ ਦਾ ਕੰਮ ਕਰਦਾ ਜਵਾਕ, ਉਹ ਵੀ ਮੈਨੂੰ ਲੱਗਦਾ ਲੱਗਾ ਜਿਹਾ ਥੋੜ੍ਹਾ ਜਿਹਾ, ਉਹ ਰਾਤ ਨੂੰ ਜਾਗਦਾ ਦਿਨੇ ਸੌਂਦਾ, ਸੁੱਤਾ ਪਿਆ ਨਹੀਂ, ਹੁਣ ਚੜ੍ਹ ਦੇਣਾ ਉਹ, ਠੀਕ ਹੈ। ਹੁਣ ਫੋਨ ਕਰੀ ਜਾਂਦੇ ਸੀ ਸਵੇਰ ਨੂੰ, ਅਤੇ ਮੈਨੂੰ ਲੱਗਦਾ ਅੱਜ 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 ਭੇਜਣਾ। ਥੈਂਕ ਯੂ ਸਰ। ਹੋਰ ਹੁਕਮ ਸਟੋਰ ਮੈਂ ਸ਼ਰਮਾ ਜੀ ਦੋਨੇ ਨੇ ਜੀ, ਅੱਜ ਬੇਸਿਕਲੀ ਪ੍ਰੀ ਲਾਂਚ ਕੀਤਾ ਆਪਾਂ, ਕਿਉਂਕਿ ਮਾਨ ਸਾਹਿਬ ਨੇ ਜਿੱਦਾਂ ਦੱਸਿਆ ਜਿਵੇਂ ਜਾਂਦਾ ਨੇ ਹਮਾਰੇ ਇੱਥੇ ਸ਼ੂਟਿੰਗ ਦੇ ਫਿਲਮਾਂ ਦੇ, ਫਿਰ ਸ਼ੋਜ਼ ਵੀ ਨੇ, ਅਤੇ ਇਹਨਾਂ ਦਾ ਟਾਈਮ ਲੈਣਾ ਬਹੁਤ ਮੁਸ਼ਕਿਲ ਹੋ ਜਾਂਦਾ, ਨਾਲ ਲੈ ਕੇ ਵੀ ਮੈਨੂੰ ਲੱਗਦਾ ਭਾਈ ਸਭ ਨੂੰ ਮਿਲੇ ਸਾਲ ਹੋ ਗਿਆ। ਸੋ ਅੱਜ ਬੜੇ ਮੁਸ਼ਕਿਲ ਨਾਲ ਟਾਈਮ ਦਿੱਤਾ, ਅਸੀਂ ਪ੍ਰੀ ਲਾਂਚ ਕਰ ਰਹੇ ਹਾਂ ਕੁਝ ਪ੍ਰੋਡਕਟਸ ਨੂੰ, ਅਸੀਂ ਬੇਸਿਕਲੀ ਔਨਲਾਈਨ ਤਾਂ ਕਰਾਂਗੇ ਕਰਾਂਗੇ ਸਟਾਰਟਿੰਗ, ਇਸ ਤੋਂ ਬਾਅਦ ਕੱਲ੍ਹ ਕੁਝ ਫੈਨਸ ਨੇ ਬੁਲਾਇਆ ਸਾਡੇ ਪਿੰਡ ਦੇ ਕੋਲ, ਉੱਥੇ ਜਾਣਾ, ਉਸ ਤੋਂ ਬਾਅਦ ਔਨਲਾਈਨ ਸ਼ੁਰੂ ਹੋਏਗਾ। ਔਨਲਾਈਨ ਤੋਂ ਬਾਅਦ ਜਿਹੜਾ ਸਟੋਰ ਹੈ ਉਹ ਫਿਰ ਬਹੁਤ ਸਾਰੇ ਫਰੈਂਚਾਈਜ਼ ਦੇ ਬਹੁਤ ਸਾਰੇ ਮਤਲਬ ਬਿਨਾਂ ਸਾਡੇ ਪਾਏ ਬਹੁਤ ਅੱਛਾ ਰਿਸਪੋਂਸ ਮਿਲ ਰਿਹਾ, ਅਸੀਂ ਫਿਰ ਸਾਰੇ ਵਰਲਡ ਓਵਰ ਇਸ ਸਟੋਰ ਖੋਲਾਂਗੇ ਜੀ। 5 ਸਟੋਰ ਪਹਿਲੇ ਪੰਜਾਬ 'ਚ ਖੋਲਣਗੇ ਜੀ। ਕਿਹੜੀ ਕਿਹੜੀ ਜਗ੍ਹਾ ਸਰ? ਭਾਈ ਸਟਾਰਟਿੰਗ ਅਸੀਂ ਚਲਾਂਗੇ ਆਪਣੇ ਸ਼ਹਿਰ ਤੋਂ ਕਰਨੀ, ਚੰਡੀਗੜ੍ਹ ਤੋਂ ਜੀ, ਚੰਡੀਗੜ੍ਹ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ। ਤੁਹਾਡੀ ਫਰੈਂਚਾਈਜ਼ੀ ਨੇ ਜਾਂ ਤੁਹਾਡੀ ਫਰੈਂਚਾਈਜ਼ੀ? ਬੇਸਿਕਲੀ ਅਸੀਂ ਫਰੈਂਚਾਈਜ਼ੀ ਤੇ ਕੰਮ ਕਰਾਂਗੇ, ਅਸੀਂ ਆਪਣਾ ਜਿਹੜਾ ਮਤਲਬ ਜੋ ਵੀ ਮਾਰਜਨ ਹੈ ਉਹ ਘਟਾ ਕੇ ਫਰੈਂਚਾਈਜ਼ੀਸ ਅਕੀ ਕੁਝ ਕੰਮ ਕਰ, ਮੇਰੇ ਮੋਢੇ ਖਾਸ ਕਰਕੇ ਨਾਲ ਜੁੜੇ ਹੋਏ ਨੇ। ਔਰ ਉਸ ਤੋਂ ਬਾਅਦ ਜ਼ਿਆਦਾ ਪੈਸਾ, ਇਹ ਮਾਨ ਸਾਹਿਬ ਦੀ ਥੋਟ ਹੈ ਕਿ ਜਿੰਨਾ ਵੀ ਪੈਸਾ ਆਪਣੇ ਕੋਲ ਆਉਂਦਾ ਜਿਹੜਾ ਇਹਨਾਂ ਨੂੰ ਲੱਗਦਾ ਹੈ, ਉਹ ਸਾਰਾ ਪੈਸਾ ਅਸੀਂ ਭਲਾਈ ਦੇ ਕੰਮ 'ਚ ਲਾਵਾਂਗੇ। ਜਿਹੜਾ ਕਿ ਮੀਡੀਆ ਤੋਂ ਇਹ ਗੱਲ ਕਰਦਾ ਸ਼ਾਇਦ ਗੁੱਸਾ ਵੀ ਕਰਨਗੇ, ਪਰ ਸੱਚਾਈ ਇਹ ਹੈ ਕਿ ਜਦੋਂ ਕਿਸਾਨਾਂ ਨੇ ਸੁਸਾਈਡ ਕੀਤੇ ਪਿੱਛੇ, ਉਹਨਾਂ ਦੇ ਘਰ ਘਰ ਜਾ ਕੇ ਬਿਨਾਂ ਮੇਰੇ ਗਏ, ਬਿਨਾਂ ਇਹਨਾਂ ਦੇ ਗਏ, ਬਿਨਾਂ ਸਾਡੇ ਕਿਸੇ ਬੰਦੇ ਦੇ ਗਏ, ਉਹਨਾਂ ਦੇ ਘਰ ਜਾ ਕੇ ਪੈਸੇ ਪਹੁੰਚਾਏ, ਪਰ ਕਿਸੇ ਮੀਡੀਆ 'ਚ ਕਿਤੇ ਪਾਇਆ ਨਹੀਂ ਸਕਦਾ, ਅੱਜ ਤੱਕ ਨਹੀਂ ਪਾਇਆ। ਸ਼ਾਇਦ ਅੱਜ ਤੁਹਾਨੂੰ ਪਹਿਲੀ ਵਾਰ ਮੇਰੇ ਤੋਂ ਪਤਾ ਲੱਗ ਰਿਹਾ। ਪੜ੍ਹਾਈ ਬੱਚਿਆਂ ਦੀ, ਹੁਣ ਤੱਕ ਅਸੀਂ ਕਈ ਹਜ਼ਾਰ ਬੱਚਿਆਂ ਨੂੰ ਪੜ੍ਹਾਉਣ ਲਈ ਯੋਗਦਾਨ ਕਰ ਚੁੱਕੇ ਹਾਂ। ਪੇਡ ਲਾਉਣ ਦੀ ਮੁਹਿੰਮ ਸਭ ਤੋਂ ਪਹਿਲਾਂ 91 ਵਿੱਚ ਅਸੀਂ ਸਟਾਰਟ ਕੀਤੀ ਸੀ, ਪੇਡ ਦਾ ਸਿਟੀ ਗ੍ਰੀਨ, ਉਸ ਟਾਈਮ ਅਸੀਂ ਛੋਟੇ ਛੋਟੇ ਪੜ੍ਹਦੇ ਸੀਗੇ, ਸਕੂਲ ਪਾਸ ਆਊਟ ਕੀਤਾ ਸੀ, ਉਸ ਮੁਹਿੰਮ ਨੂੰ ਬਹੁਤ ਸਾਲ ਚਲਾਇਆ। ਫਿਰ ਓਲਡ ਏਜ ਹੋਮ ਤਾਂ ਜਿੰਨਾ ਕੰਮ ਸ਼ੁਰੂ ਕੀਤਾ ਉਹ ਮਾਨ ਸਾਹਿਬ ਨੇ ਇੱਕ ਸਟਾਰਟਿੰਗ ਦਿੱਤੀ, 15 ਸੈਕਟਰ ਓਲਡ ਏਜ ਹੋਮ ਹੈ ਸੀ, ਉੱਥੇ ਯੂਨੀਵਰਸਿਟੀ ਰਹਿੰਦੇ ਸੀਗੇ, ਉੱਥੇ ਰੋਜ਼ ਜਾਂਦੇ ਸੀ ਅਸੀਂ ਦੋਨੋਂ ਜਣੇ ਰੋਜ਼। ਔਰ ਫਿਰ ਸੇਵਾ ਜਦੋਂ ਪਰਮਾਤਮਾ ਨੇ ਬਖਸ਼ਿਆ ਨਾਮ ਬਣਿਆ, ਫਿਰ ਉਹਨਾਂ ਨੂੰ ਵੀ ਬਹੁਤ ਸਾਲ ਦਿੱਤੇ, ਲੇਕਿਨ ਉਹ ਵੀ ਮੀਡੀਆ ਤੋਂ ਛੁਪਾ ਕੇ ਨਾ, ਕੁਛ ਲੋਕਾਂ ਨੂੰ ਪਤਾ ਹੈ। ਇੱਕ ਹੋਰ ਚੀਜ਼ ਹੈ ਜਿਹੜੀ ਤੁਸੀਂ ਹੈਰਾਨ ਹੋਵੇ ਮਾਨ ਸਾਹਿਬ ਬਾਰੇ ਜ਼ਿਕਰ ਦੱਸ ਦਿੰਦਾ, 1-5 ਚਾਂਸ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਜਿਹੜਾ ਅਸੀਂ ਖਾਣਾ ਖਾਂਦੇ ਹਾਂ, ਜਾਂ ਕਿਸਾਨ ਤੋਂ ਸ਼ੁਰੂ ਕਰ ਦਿਓ, ਜਿਹੜੀ ਵੀ ਇਮਪਿਓਰਿਟੀਜ਼ ਜਿਵੇਂ ਆਪਾਂ ਕਹਿੰਦੇ ਹਾਂ ਪਲੀਜ਼ ਸਟੋਪ ਸਲੋ ਪੋਇਜ਼ਨਿੰਗ, ਇਹ ਮਾਨ ਸਾਹਿਬ ਉੱਤੋਂ ਵਰਡ ਹੈ, ਇਹ ਆਪਾਂ ਹੌਲੀ ਹੌਲੀ ਕਿਸੇ 'ਚ ਮਿਲਾਵਟ ਕਰਦੇ ਹਾਂ, ਇਹ ਚੀਜ਼ ਨੂੰ ਵੀ 90s ਤੋਂ ਸ਼ੁਰੂ ਕੀਤਾ ਹੋਇਆ, ਸਰਕਾਰ ਨੇ ਹੁਣ ਚੱਕਿਆ, ਬਟ ਬਹੁਤ ਸਾਲਾਂ ਦਾ ਇਹ ਕੰਮ ਵੀ ਕਰ ਰਹੇ, ਪਰ ਹੌਲੀ ਹੌਲੀ ਕਰਕੇ ਕੰਮਾਂ ਦੀ ਹੁਣ ਹਿੰਮਤ ਕਰੀ ਹੋਵੇ, ਤੁਹਾਡੇ ਸਭ ਦਾ ਯੋਗਦਾਨ ਰਿਹਾ ਔਰ ਸਟੋਰ ਚੱਲ ਗਿਆ, ਅਤੇ ਜਿੰਨਾ ਭਲਾਈ ਦਾ ਕੰਮ ਹੋ ਸਕਦਾ ਜ਼ਰੂਰ ਕਰਾਂਗੇ। ਵੈਸੇ ਤਾਂ ਅਸੀਂ ਬੜੇ ਪਿਆਰੇ ਮਿੱਤਰ ਹਾਂ, ਸ਼ਰਮਾ ਜੀ ਵੱਡੇ ਭਰਾ ਹੈ, ਪਰ ਅਜੇ ਸ਼ੁਰੂਆਤ ਹੈ, ਅਜੇ ਜਿਹੜਾ ਇਹਨਾਂ ਨੇ ਸਾਰਾ ਉਪਰਾਲਾ ਇਹਨਾਂ ਨੇ ਕੀਤਾ, ਇਹਨਾਂ ਦੀ ਟੀਮ ਨੇ, ਪਰ ਹਫ਼ਤੇ ਕੁ ਬਾਅਦ ਜਦੋਂ ਹੁਣ ਵਿਹਲੇ ਹੋ ਗਏ, ਫਿਰ ਕਈ ਚੀਜ਼ਾਂ 'ਤੇ ਬਹਿਸ ਹੋਇਆ ਕਰਨੀ ਹੈ, ਪੱਕਾ ਹੋਊਗੀ ਤਾਂ, ਕਿਉਂਕਿ ਕ੍ਰੀਏਟਿਵ ਜਿਹੜਾ ਹੁੰਦਾ ਆਦਮੀ, ਉਹ ਕੋਈ ਜ਼ਰੂਰੀ ਨਹੀਂ ਕਿ ਕਿਸੇ ਇੱਕ ਖਿੱਤੇ 'ਚ ਹੋਵੇ। ਜਿਸ ਬੰਦੇ ਨੂੰ ਹੱਥੀਂ ਕੰਮ ਕਰਨ ਦਾ ਜਾਂ ਕਿਰਤ ਕਰਨ ਦਾ ਸ਼ੌਕ ਹੈ ਨਾ, ਉਹ ਜਦੋਂ ਘਰ ਵੀ ਬੈਠਾ ਹੋਊਗਾ ਆਪਣੇ ਕਮਰੇ 'ਚ, ਜੇ ਉਹਨੂੰ ਕੁਛ ਵੀ ਨਹੀਂ ਸੋਚਦਾ ਤਾਂ ਉਹ ਸਫਾਈ ਕਰਨ ਲੱਗ ਜਾਊਗਾ। ਸੋ ਇਸ ਕਰਕੇ ਜਿਹੜਾ ਕ੍ਰੀਏਟਿਵਿਟੀ ਉਹ ਹਰ ਪੇਸ਼ੇ 'ਚ ਹੀ ਹੁੰਦੀ ਹੈ, ਤੁਸੀਂ ਕਰ ਸਕਦੇ ਹੋ।
ਜਦੋਂ ਪੂਰੀ ਦੁਨੀਆ 'ਚ ਘੁੱਕਦਾ ਹੈ ਕੰਮ ਕਰਨ ਲਈ, ਅੱਖਾਂ 'ਚ ਨਜ਼ਾਰੇ ਕੈਦ ਹੁੰਦੇ ਨੇ ਅਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਕੰਮ ਆ ਜਾਂਦੀ ਤਜ਼ੁਰਬੇ 'ਚ। ਤਕਰੀਬਨ ਜਿਹੜੀ ਚੀਜ਼ ਪੰਜਾਬ ਚ ਪੰਜਾਬ ਤੋਂ ਨੇ, ਬਾਕੀ ਕੁਛ ਨੈਸ਼ਨਲ ਹੈ, ਬਾਹਰੋਂ ਕੁਛ ਕੁਛ ਮਾਨ ਸਾਹਿਬ ਦੇ ਡਿਜ਼ਾਈਨ ਜਿਹਨਾਂ ਨੇ ਪਾਇਆ ਹੋਇਆ ਉਹ ਬਾਹਰੋਂ ਕੁਛ ਪ੍ਰੋਡਕਟ ਆਏ ਨੇ। ਜੀਨ ਜਿਹੜੀ ਨੇ ਇਹ ਸਾਡੇ ਸਟੋਰ ਦੀ ਹੈ ਜੀ, ਜਿਹੜੀ ਮਾਨ ਸਾਹਿਬ ਨੇ ਜੀਨਸ ਪਾਈ ਹੈ। ਕੱਪੜਾ ਪੰਜਾਬ ਚੋਂ ਹੀ ਹੈ ਜੀ, ਪੰਜਾਬ ਚੋਂ ਕਾਫੀ ਜ਼ਿਆਦਾ ਸਮਾਨ ਪੰਜਾਬ ਚੋਂ ਹੈ। ਨਹੀਂ ਨਹੀਂ ਪੰਜਾਬ ਚੋਂ ਕਾਫੀ ਸਮਾਨ ਹੈ ਜੀ। ਪੰਜਾਬ ਚ ਹੋਊਗਾ ਜੀ, ਅਸੀਂ ਪੰਜਾਬੀ ਹੋਣ। ਮੈਂ ਬੰਬੇ ਵੀ ਕਾਨਫਰੰਸ ਕਰਕੇ ਮੈਂ ਪੰਜਾਬੀ ਬੋਲੀ ਗਿਆ, ਜਦਕਿ ਗਜ਼ਲ ਹਿੰਦੀ ਸੀ। ਤਾਂ ਉਹ ਮੈਨੂੰ ਸਵਾਲ ਕੀਤਾ ਉਹਨਾਂ ਨੇ ਵੀ ਤੁਸੀਂ ਹਿੰਦੀ ਚ ਜੇ ਜਵਾਬ ਦੇ ਦਿਓ ਸਾਨੂੰ ਸਮਝਣੇ ਸੌਖੇ ਹੋ ਜਾਣਗੇ। ਮੈਂ ਕਿਹਾ ਜੇ ਤੁਸੀਂ ਪੰਜਾਬੀ ਮੈਂ ਵਾਰ ਵਾਰ ਬੋਲੂੰਗਾ ਇੱਕ ਭਾਸ਼ਾ ਹੋਰ ਸਿੱਖ ਜਾਓਗੇ। ਸੋ ਪੰਜਾਬੀ ਸਾਡਾ ਪਹਿਲਾ ਪਿਆਰ ਹੈ, ਪੰਜਾਬੀ ਹੋਣ, ਜਨਮ ਜਾਤ ਤੋਂ ਮਨ ਤੱਕ ਪੰਜਾਬੀ ਹੈ। ਬਾਕੀ ਜਿਹੜਾ ਬਟੂਆ ਪੰਜਾਬੀ 'ਚ ਕਹਿੰਦੇ ਹਾਂ ਉਹ ਲੈਦਰ ਦੀ ਮੈਨੂੰ ਗਰੰਟੀ ਨਹੀਂ ਵੀ ਉਹ ਕਿੱਥੋਂ ਮਿਲਿਆ, ਕਿਉਂਕਿ ਉਹਦੇ ਪਿੱਛੇ ਕਈ ਵਾਰੀ ਮਾਰ ਧੜ ਹੋ ਜਾਂਦੀ ਹੈ। ਸੋ ਬਾਕੀ ਚੀਜ਼ਾਂ ਪੰਜਾਬ 'ਚ ਹੋਈਆਂ। ਤੁਸੀਂ ਸਾਰੇ ਸਟੋਰਸ 'ਤੇ ਜਾਓਗੇ ਪ੍ਰਮੋਸ਼ਨ? ਮੈਂ ਇੱਕ ਲੋਗੋ ਬਣੀ ਲਿਖਾਇਆ ਜੀ ਜਿਹਦੇ ਵਿੱਚ ਪੰਜਾਬ ਦਾ ਦੇਖ ਸਕਦੇ ਜਿਹੜਾ ਸਵਾਲ ਸੀਗਾ। ਸ਼ਰਮਾ ਜੀ, ਆਪਕੇ ਜੋ ਪ੍ਰੋਡਕਟਸ ਕੀ ਕਾਸਟ ਕਿਆ ਹੈ, ਮਤਲਬ ਇਕਨੋਮਿਕਲ ਹੈ ਕਿ ਕਾਸਟਲੀ ਆਪਕੇ ਪ੍ਰੋਡਕਟਸ? ਹਮਨੇ ਜੋ ਸਟਾਰਟ ਕੀਆ ਹੈ ਉਹ ਦੋਨੋਂ ਰੇਂਜਸ ਮੈਂ ਸਟਾਰਟ ਕੀਆ, ਜੋ ਆਜ ਡਿਸਪਲੇ ਕਰ ਰਹੇ ਹਾਂ ਮੈਜੋਰਿਟੀ ਬਹੁਤ ਇਕਨੋਮਿਕਲ ਰੇਂਜ ਹੈ। ਜੋ ਜੀਨਸ ਮਾਨ ਸਾਹਿਬ ਨੇ ਪਹਿਨੀ ਹੈ, ਮੈਨੇ ਵੀ ਪਹਿਨੀ ਹੋਈ ਹੈ। ਅਗਰ ਆਪ ਜੀਨਸ ਕੇ ਇਸਕਾ ਸਟੱਫ ਦੇਖੀਏ, ਹਾਈ ਐਂਡ ਫੈਬਰਿਕ ਹੈ ਜੀ, ਬਿਲਕੁਲ ਹਾਈ ਐਂਡ, ਬਹੁਤ ਅੱਛਾ ਫੈਬਰਿਕ ਹੈ ਆਪ ਦੇਖੀਏ ਹੱਥ ਲਗਾਕੇ। ਪਰ ਇਸਕੀ ਕੋਸਟ ਜੋ ਨੋਰਮਲ ਰੇਂਜ ਚਲਤੀ ਉਸ ਸੇ ਬਹੁਤ ਕਮ ਹੈ, ਕਾਫੀ ਕਮ ਹੈ, ਤੋ ਇਕਨੋਮਿਕਲ ਆਪ ਇਸਕੋ ਮਾਨ ਸਕਦੇ। ਔਰ ਅਭੀ ਨਾ ਆਜ ਜੋ ਪ੍ਰੋਡਕਟਸ ਹਮਨੇ ਲਾਂਚ ਕੀਏ ਵੋ ਸਿਰਫ ਸਟਾਰਟਿੰਗ ਕੇ ਪਾਂਚ ਛੇ ਚੀਜ਼ੇ, ਮੈਨੇ ਜੈਸੇ ਬਤਾਇਆ ਕਿ ਇਨਕੇ ਬਿਜ਼ੀ ਹੋਣੇ ਕਰਕੇ ਨਹੀਂ ਕਰਨਾ ਹੈ, ਲੇਕਿਨ ਬਹੁਤ ਜਲਦੀ ਜੋ ਔਨਲਾਈਨ ਕਰੇਗੇ ਅਰਾਊਂਡ 20-25 ਪ੍ਰੋਡਕਟਸ ਉਸ ਮੇ ਆਏਗੇ, 20-25 ਪ੍ਰੋਡਕਟ ਮੈਂ ਆਗੇ ਰੇਂਜਸ ਹੋਗੀ, ਪਰ ਧੀਰੇ ਧੀਰੇ ਕਰਕੇ ਆਪ 101 ਪ੍ਰੋਡਕਟਸ ਤੱਕ ਹਮਨੇ ਇਸਕੋ ਲੈ ਕੇ ਜਾਣਾ ਜੀ। ਬੜੀ ਸਰ ਰਿਕੁਐਸਟ ਕਰਨਾ ਇੱਕ ਵਾਰ ਕੱਲ੍ਹ ਬਾਰੇ ਦੱਸ ਦਿਓ ਕਿ ਸਾਡਾ 6th ਆਫ ਸਤੰਬਰ ਕੱਲ੍ਹ ਤਾਜ ਰਿਜ਼ੋਰਟ ਫਾਰਮ ਦੇ ਵਿੱਚ। ਹਾਂਜੀ, ਕੱਲ੍ਹ 6th ਨੂੰ ਮਾਨ ਸਾਹਿਬ ਸੇ 10 ਮਿੰਟ ਦਾ ਟਾਈਮ ਲੈ ਕੇ ਇਨਕੇ ਗਾਓ ਕੇ ਪਾਸ, ਖੈਤਰੀ ਗਾਓ ਹੈ ਜੋ ਕੰਠ ਮਾਨਪੁਰ, ਉਸਕੇ ਪਾਸ ਤਾਜ ਰਿਜ਼ੋਰਟ ਮਰਿੰਡਾ ਮੇ ਔਨ ਹਾਈਵੇ ਪੜਤਾ ਹੈ, ਉਸ ਪਰ ਕੁਛ ਫੈਨਸ ਜੋ ਜਿਨਸੇ ਮਿਲਣਾ ਚਾਹਤਾ, ਜੋ ਫੈਨਸ ਕੀ ਬਾਰ ਬਾਰ ਵੱਲ, ਤੋ ਉਨਕੋ ਵਾਂ ਮਿਲਨੇ ਕੇ ਲਿਏ ਕੱਲ ਜਾਏਂਗੇ ਔਰ ਉਨਸੇ ਇੱਕ ਆਸ਼ੀਰਵਾਦ ਲੇਂਗੇ। ਤੋ ਹਿੰਦੀ ਬੁਲਵਾ ਦਿਆ ਵਿਜੇ। ਹਾਂਜੀ, ਸੋ ਜਿਵੇਂ ਕਿ ਸਰ ਨੇ ਕਿਹਾ ਜੀ, ਕੱਲ੍ਹ 6 ਸਤੰਬਰ ਲਾਕਡਾਊਨ ਵਾਸਤੇ ਜਿੰਨੇ ਵੀ ਜਾਣੇ ਚੈਰਿਟੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ, ਕੁਛ ਇਨੀਸ਼ੀਏਟਿਵ ਦੇਣਾ ਚਾਹੁੰਦੇ ਨੇ, ਉਹ ਕੱਲ੍ਹ ਤਾਜ ਰਿਜ਼ੋਰਟ ਮਰਿੰਡਾ ਆ ਸਕਦੇ ਨੇ ਅਤੇ ਆਪਣਾ ਇਨੀਸ਼ੀਏਟਿਵ ਅਤੇ ਯੋਗਦਾਨ ਦੇ ਸਕਦੇ ਨੇ। 11 ਵਜੇ ਤੋਂ ਲੈ ਕੇ 6-7 ਵਜੇ ਤੱਕ ਅਸੀਂ ਉੱਥੇ ਹੋਵਾਂਗੇ। ਸੋ ਜੋ ਵੀ ਆਪਣਾ ਕੋਈ ਯੋਗਦਾਨ ਦੇਣਾ ਚਾਹੁੰਦੇ ਅਤੇ ਇਸ ਸਾਡੇ ਕਨੈਕਸ਼ਨ ਨੂੰ ਦੇਖਣਾ ਚਾਹੁੰਦਾ ਉੱਥੇ ਦੇਖ ਸਕਦੇ ਨੇ। ਸੋ ਹੁਣ ਮੈਂ ਰਿਕੁਐਸਟ ਕਰਾਂਗਾ ਜੀ ਕੋਈ ਹੋਰ ਸਵਾਲ। ਪਜਾਮਾ ਹੀ ਹੈ ਜਿਹੜਾ ਕਿ ਬਿਲਕੁਲ ਫਿੱਟ ਮਿਲੇਗਾ। ਕੋਈ ਚੀਜ਼ ਤੁਹਾਨੂੰ ਪਤਾ ਜਿਹੜੀ ਭਾਈ ਸਾਹਿਬ ਵੀ ਕਰ ਰਹੇ, ਅਸੀਂ ਕੋਸ਼ਿਸ਼ ਕਰਦੇ ਹਾਂ ਉਹ ਫਿੱਟ ਹੀ ਹੁੰਦੀ, ਵਧੀਆ ਚੀਜ਼ ਹੋਗੀ, ਉਹਦੇ ਲਈ ਥੋੜ੍ਹਾ ਟਾਈਮ ਲੱਗੇ, ਪਰ ਕੁੜਤਾ ਪਜਾਮਾ ਸਾਡੀ ਪਹਿਲੀ ਸਟਾਰਟ ਸੀ। ਇਸ ਗੱਲ ਨੂੰ ਸਾਡੇ ਅਕਸਰ ਤੋਂ ਦੋਸਤ ਖੜੇ ਨੇ, ਬਾਜਵਾ ਸਾਹਿਬ ਖੜੇ ਨੇ, ਇੱਥੇ ਹੋਰ ਬਹੁਤ ਭਰਾ ਖੜੇ ਆ ਗਏ ਵਗੈਰਾ, ਇਹਨਾਂ ਨੂੰ ਪਤਾ ਕੁੜਤੇ ਪਜਾਮੇ ਨੇ ਜ਼ੋਰ ਲੱਗ, ਔਰ ਅਗਰ ਕੁੜਤਾ ਨਾਲ ਲੇਟ ਹੋਇਆ ਉਹਦਾ ਕਾਰਨ ਉਹ ਸਰਦਾਰ ਜੀ ਨੇ ਨੀਲੀ ਪਗੜੀ ਹੋਏ, ਉਹਨਾਂ ਕਰਕੇ ਲੇਟ ਹੋਇਆ ਜੀ, ਉਹਨਾਂ ਨੇ ਬਹੁਤ ਕੰਮ ਸਾਡਾ ਲੇਟ ਕਰਾਇਆ, ਬਟ ਬਹੁਤ ਹਿੰਮਤ ਕੀਤੀ, ਕੁੜਤਾ ਵਾਸਤੇ ਤਿਆਰੀ ਹੈ। ਹਾਂ ਮਾਨ ਸਾਹਿਬ, ਪੰਜਾਬ ਦੇ ਜਿਹੜੇ ਮਿਨਿਸਟਰ ਨੇ ਤੁਹਾਡੇ ਮਹਿਕਮੇ ਦੇ, ਉਹ ਵੀ ਤੁਹਾਡੇ ਜਿਹੜਾ ਤੁਹਾਡੇ ਕਾਰੋਬਾਰ ਨਾਲ ਰਿਲੇਟਡ ਨੇ, ਸਿੱਧੂ ਸਾਹਿਬ ਜਾਂ ਬੰਬੇ ਵੀ ਲਿਖਿਆ, ਪੰਜਾਬ 'ਚ ਵੀ ਲਿਖਿਆ, ਸੋ ਕਦੇ ਕੋਈ ਮੁਲਾਕਾਤ ਕੋਈ ਗੱਲ
ਦੇਖੋ ਵੋਟਾਂ ਤੋਂ ਪਹਿਲਾਂ ਜਿਹੜੇ ਮੇਰੇ ਮਿੱਤਰ ਸੀ ਮੈਂ ਜ਼ਰੂਰ ਕਹਿਣ ਉਹ ਕਾਂਗਰਸੀ ਵੀ ਸੀ ਉਹ ਆਪ ਵਾਲੇ ਵੀ ਸੀ ਉਹਨਾਂ ਚਕਾਲੀ ਵੀ ਸੀ ਜਿਹੜੇ ਮੇਰੇ ਪਰਸਨਲ ਸੱਜਣੇ ਪਰ ਜਿੱਤਣ ਤੋਂ ਬਾਅਦ ਪਤਾ ਨਹੀਂ ਕਿਉਂ ਮੇਰੇ ਜਾ ਨਹੀਂ ਹੁੰਦਾ ਸਾਡੀ ਇੱਕ ਮੋਟਰ ਦਾ ਕਨੈਕਸ਼ਨ ਸੀ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜੀ 90 ਦਾ ਅਪਲਾਈ ਸੀ 88 ਤੋਂ ਵੀ ਸ਼ਾਇਦ ਪਹਿਲਾਂ ਤਾਂ 90-92 'ਚ ਨਿਕਲਣੀ ਸੀ ਮੋਟਰ ਤਾਂ ਮੇਰੇ ਪਿਤਾ ਜੀ ਜਿਉਂਦੇ ਸੀ ਤਾਂ ਸਾਡੇ ਪਿੰਡ ਵਾਲਿਆਂ ਨੇ ਮੇਰਾ ਨਾਂ ਲੈ ਕੇ ਮੋਟਰਾਂ ਦਵਾ ਲਈਆਂ ਐਸੀ ਨੂੰ ਬਈ ਉਹਨਾਂ ਦੇ ਅਸੀਂ ਘਰਾਂ 'ਚ ਆਉਣਾ ਤਾਂ ਮੇਰੇ ਬਜ਼ੁਰਗਾਂ ਦਾ ਮੈਨੂੰ ਫੋਨ ਆਇਆ ਉਹ ਕਹਿੰਦੇ ਵੀ ਤੇਰੇ ਨਾਂ 'ਤੇ ਮੋਟਰਾਂ ਲਵਾਈ ਜਾਣਾ ਆਪਣੀ ਤਾਂ ਲਵਾ ਲੈ ਮੈਂ ਕਿਹਾ ਜੀ ਪੈਸੇ ਦੇ ਕੇ ਦੋ ਜੋ ਮੈਂ ਫੋਨ ਨਹੀਂ ਕਰਨਾ ਸੋ ਮੈਂ ਤਾਂ ਨਹੀਂ ਜਾ ਕੇ ਆਉਂਦਾ ਸ਼ਾਇਦ ਜਾਵਾਂਗਾ ਸੋ ਮੈਂ ਮੀਡੀਆ ਨੂੰ ਕਹਿੰਦਾ ਤੁਸੀਂ ਪੁੱਛਿਆ ਕਰੋ ਸਵਾਲ ਦੇਖਿਓ ਬਥੇਰੇ ਅਤੇ ਤੁਹਾਡੇ ਕਿਹਾ ਛੇਤੀ ਹੋ ਜਾਣਾ ਕੰਮ ਮੈਂ ਜਾਊਂਗਾ ਫਿਰ ਅਗਲੇ ਨੇ ਅੱਗੋਂ ਕੀ ਰਿਸਪੋਂਸ ਦੇਣਾ ਇਹ ਵੀ ਨਹੀਂ ਪਤਾ ਸੋ ਮੈਨੂੰ ਲੱਗਦੀ ਹੈ ਤੁਹਾਡੇ ਆਖਿਆ ਛੇਤੀ ਹੋਣਗਾ ਕਿਉਂਕਿ ਤੁਸੀਂ ਉਹ ਰੌਲਾ ਪਾਉਂਦੇ ਜ਼ਿਆਦਾ ਨਾ ਸੱਭਿਆਚਾਰ ਨੂੰ ਖੰਘ ਹੋ ਗਈ ਅਤੇ ਸਾਨੂੰ ਤਾਂ ਠੀਕ ਲੱਗਦਾ ਸਤਿ ਸ਼੍ਰੀ ਅਕਾਲ ਬਾਈ ਜੀ ਥੈਂਕ ਯੂ ਯਾਰ ਹਾਂਜੀ ਬਾਬੂ ਜੀ ਤੁਹਾਡੇ ਡੇਰੇ ਵਾਲਿਆਂ ਨਾਲ ਬਹੁਤ ਪ੍ਰੇਮ ਰਿਹਾ ਜਿਹੜੇ ਚੌਕ ਛੋੜ ਹੋਇਆ ਡੇਰੇ ਵਾਲਿਆਂ ਨਾਲ ਕੋਈ ਇਹਦੇ 'ਤੇ ਕਮੈਂਟ ਕਰਨਾ ਚਾਹੋਗੇ ਸਿਆਸੀ ਬੰਦਾ ਹੈ ਜੀ ਮੈਂ ਮੇਰੇ ਆਖਿਆ ਸ਼ਾਇਦ ਉਦੋਂ ਅਕਲ ਨਹੀਂ ਆਈ ਹੌਲੀ ਹੌਲੀ ਇਹਨੇ ਔੜੇ ਦੇ ਸਵਾਦ ਦਾ ਲੇਟ ਪਤਾ ਲੱਗਦਾ ਮੇਰੇ ਗੀਤ ਮੈਂ ਅਕਸਰ ਕਹਿੰਦਾ ਹੁੰਦਾ ਮੇਰੇ ਗੀਤ ਹੋਮਿਓਪੈਥੀ ਵਰਗੇ ਨੇ ਵਕਤ ਦਾ ਲੱਗਦਾ ਅਸਰ ਸਿਰੇ ਦਾ ਕਰਦੇ ਨੇ ਸੋ ਟਾਈਮ ਲੱਗਦਾ ਜਿੰਨਾ ਚਿਰ ਜ਼ਹਿਨੀਅਤ ਤੌਰ 'ਤੇ ਜਿਹੜੀ ਅਨਪੜ੍ਹਤਾ ਨਹੀਂ ਜਾਂਦੀ ਉਹਨਾਂ 'ਚ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਨੇ ਸਮਾਜ 'ਚ ਤਾਂ ਮੈਨੂੰ ਲੱਗਦਾ ਆਪਾਂ ਨੂੰ ਜ਼ਹਿਨੀਅਤ ਤੌਰ 'ਤੇ ਜਾਗਰੂਕ ਹੋਣਾ ਪਊਗਾ ਪੰਜਾਬੀ ਪੰਜਾਬ 'ਚ 2.5 ਕਰੋੜ ਰਹਿ ਗਏ 10 ਕਰੋੜ ਬਾਰਡਰ ਪਾਰ ਰਹਿ ਗਏ ਪਹਿਲਾਂ ਧਰਮ ਅਤੇ ਜ਼ਾਤ ਨੇ ਵੰਡਤਾ ਆਪਾਂ ਨੂੰ ਫਿਰ ਹੁਣ ਜਿਹੜੇ 2.5 ਕਰੋੜ ਹੈ ਉਹਦੇ 'ਚ ਫਿਰ ਅਤਵਾਤ ਆ ਜਾਂਦੀ ਹੈ ਫਿਰ ਇਹਦੇ 'ਚ ਅਲੱਗ ਅਲੱਗ ਖਿੱਤੇ ਬਣ ਗਏ ਕੋਈ ਆਸਤਿਕ ਹੈ ਕੋਈ ਨਾਸਤਿਕ ਹੈ ਤੋਂ ਕੱਟ ਕੱਟਾ ਕੇ ਕਬੀਲਿਆਂ 'ਚ ਰਹਿੰਦੇ ਅਸੀਂ ਅਜੇ ਵੀ ਮੈਨੂੰ ਲੱਗਦਾ ਮੋਡਰੇਟ ਕਬੀਲੇ ਹੋ ਗਏ ਸੋ ਮੈਨੂੰ ਲੱਗਦਾ ਜਦ ਤੱਕ ਅਗਲੀ ਜਨਰੇਸ਼ਨ ਜਿਹੜੀ ਹੁਣ ਨੈਕਸਟ ਹੈ ਜਿਹੜੀ ਉਹ ਡਿਫਰੈਂਟ ਹੈ ਥੋੜ੍ਹੀ ਜਿਹੀ ਉਹ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਕੇ ਫਿਰ ਇੱਕ ਸੁਚੱਜਾ ਮੈਨੂੰ ਲੱਗਦਾ ਜਿਹੜਾ ਸਮਾਜ ਬਣ ਜੂ ਹੈਲੋ ਸਰ ਮੇਰਾ ਸਵਾਲ ਹੈ ਬੜਾ ਬੱਬੂ ਮਾਨ ਸਟੋਰ ਹੈ ਇਸ 'ਚ ਬੱਚਿਆਂ ਲਈ ਜਾਂ ਲੇਡੀਜ਼ ਲਈ ਵੀ ਕੁਛ ਹੋਏਗਾ ਸਰ ਇਨਸ਼ਾ ਅੱਲਾਹ ਹਾਂਜੀ ਭਾਈ ਸਾਹਿਬ ਬਿਲਕੁਲ ਹੋਏਗਾ ਮੈਂ ਜਿਸ ਤਰ੍ਹਾਂ ਦੱਸਿਆ ਕਿ ਥੋੜ੍ਹਾ ਸੀ ਅਰਲੀ ਆ ਪ੍ਰੀ ਲਾਂਚ ਹੈ ਇਸ ਤੋਂ ਬਾਅਦ ਕੁਛ ਪ੍ਰੋਡਕਟਸ ਮੈਨ ਦੇ ਪੂਰੇ ਕਰਕੇ ਫਿਰ ਜੈਨਰਲ ਪ੍ਰੋਡਕਟਸ ਫਿਰ ਫੀਮੇਲਸ ਅਤੇ ਫਿਰ ਬੱਚੇ ਜ਼ਰੂਰ ਕਰਾਂਗੇ ਜੀ ਬੱਚਿਆਂ ਲਈ ਔਰ ਫੀਮੇਲਸ ਔਰ ਜਦੋਂ ਕਰਾਂਗੇ ਪਹਿਲੇ ਜਿਹੜੇ ਜਿਹੜੇ ਸ਼ੁਰੂਆਤ ਵਾਲੇ ਪ੍ਰੋਡਕਟ ਬਣ ਗਏ ਜਿਹੜੇ ਸਾਡੀ ਭੈਣਾਂ ਕੁਛ ਨਹੀਂ ਬਾਏ ਕਰ ਸਕਦੇ ਉਹਨਾਂ ਨੂੰ ਅਸੀਂ ਆਪ ਘਰ ਦੇ ਕੇ ਆਪਣੇ ਵੱਲੋਂ ਦੇ ਕੇ ਆਵਾਂਗੇ ਇਹ ਵੀ ਪੱਕਾ ਸੋ ਹੁਣ ਮੈਂ ਪਹਿਲਾਂ ਰਿਕੁਐਸਟ ਕਰਾਂਗਾ ਜੀ ਜਿਹਨੇ ਵੀ ਸਾਡੇ ਅੱਗੇ ਮੀਡੀਆ ਕਰਨੀ ਖੜੇ ਇੱਕ ਵਾਰ ਪਲੀਜ਼ ਤੁਸੀਂ ਸੀਟਸ ਲੈ ਲਿਆ ਥੋੜ੍ਹੀ ਸੇਟ ਕਰੋ ਪਿੱਛੇ ਬਹੁਤ ਪ੍ਰੋਬਲਮ ਆ ਰਹੀ ਹੈ ਸਾਰੇ ਦੇਖਣਾ ਚਾਹੁੰਦੇ ਹੋ ਔਰ ਗੱਲ ਕਰਨਾ ਚਾਹੁੰਦੇ ਹੋ ਕੋਈ ਨਹੀਂ ਕੋਈ ਵੀ ਸੀਟ ਨਹੀਂ ਆਪਣੇ ਭਰਾ ਦੇ ਔਜਲ ਸਾਹਿਬ ਨੂੰ ਦੇ ਦਿਓ ਬਈ ਔਜਲ ਸਾਹਿਬ ਨੂੰ ਤੇ ਮੇਰੇ ਨਾਲ ਪੂਰੀ ਨਹੀਂ ਹੁੰਦੀ ਜੀ ਮੈਂ ਬਾਬੂ ਜੀ ਬੱਲੀ ਸਾਹਿਬ ਵਾਲੇ ਸਵਾਲ ਥੋੜ੍ਹਾ ਜਿਹਾ ਇਹ ਬਤਾਉਣਾ ਚਾਹੂੰਗਾ ਕਿ ਤੁਹਾਡੇ ਜਿਹੜੇ ਆਸਾ ਨੂੰ ਹੋਰ ਜ਼ਰੂਰ ਪਿਆ ਭਾਵੇਂ ਲੇਟ ਪਿਆ ਦੇਖੋ ਕੌਣ ਕਿੱਥੇ ਜਾਂਦਾ ਹੈ ਇਹ ਉਹਦੀ ਆਪਣੀ ਬੋਝ ਹੈ ਕਿਸੇ ਦੀ ਬੁੱਤ ਪ੍ਰਸਤੀ 'ਚ ਬਾਤ ਜਿੱਦਾਂ ਕਹਿੰਦੇ ਆਸਥਾ ਹੈ ਕਿਸੇ ਦੀ ਮੱਥਾ ਟੇਕਣ 'ਚ ਕਿਸੇ ਦੀ ਸ਼ਬਦ 'ਚ ਮਸਲਾ ਇਹ ਹੈ ਕਿ ਆਸਥਾ ਜਦੋਂ ਤੱਕ ਘਰਾਂ ਦੇ ਅੰਦਰ ਰਹਿੰਦੀ ਹੈ ਉਦੋਂ ਤੱਕ ਸਕੂਨ ਦਿੰਦੀ ਹੈ ਪਰ ਆਸਥਾ ਜਦੋਂ ਸੜਕਾਂ 'ਤੇ ਜਾ ਕੇ ਨੱਚਦੀ ਹੈ ਤਾਂ ਦੁਨੀਆ ਨੂੰ ਮੌਤ ਦਾ ਰਸਤਾ ਦਿਖਾਉਂਦੀ ਹੈ ਇਸ ਕਰਕੇ ਆਸਥਾ ਆਪਣੀ ਆਪਣੀ ਹੁੰਦੀ ਹੈ ਤੁਸੀਂ ਜਦੋਂ ਸਵੇਰੇ ਉੱਠ ਕੇ ਮੱਥਾ ਟੇਕਦੇ ਹੋ ਤਾਂ ਆਪਦੇ ਲਈ ਦੁਆ ਮੰਗਦੇ ਹੋ ਕਿਸੇ 'ਤੇ ਆਸਾਨ ਨਹੀਂ ਕਰਦੇ ਪਰ ਕੁਛ ਸਾਡੀਆਂ ਸਮਾਜਿਕ ਜ਼ਿੰਮੇਵਾਰੀਆਂ ਅਸੀਂ ਆਪਣੀ ਆਸਥਾ ਨੂੰ ਜਦੋਂ ਕਿਸੇ 'ਤੇ ਥੋਪਾਂਗੇ ਤਾਂ ਉਹ ਦੰਗੇ ਦਾ ਰੂਪ ਧਾਰਨ ਕਰ ਜਾਂਦੇ ਸਰ ਪੰਜਾਬ 'ਚ ਕਿੱਥੇ ਕਿੱਥੇ ਜਾਓਗੇ ਆਪਣੇ ਸਟੋਰ 'ਚ
ਪੰਜ ਜਿਹੜੇ ਸਟੋਰ ਪਹਿਲੇ ਖੁੱਲ ਰਹੇ ਉਹਨਾਂ 'ਚ? ਦੇਖੋ ਸ਼ਰਮਾ ਜੀ ਦਾ ਇਹ ਲਾਈਨ ਹੈ, ਜੇ ਮੇਰੀ ਰਾਏ ਮੰਨਣਗੇ ਤਾਂ ਮੈਂ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਬੇਸਿਕ ਸਟੋਰ ਇਹਨਾਂ ਨੇ ਖੁੱਲ੍ਹ ਰਹੇ ਆ ਬਹੁਤ ਚੰਗਾ ਲੱਗੂਗਾ ਮੈਨੂੰ। ਜਿਹੜੇ ਪੇਂਡੂ ਸ਼ਹਿਰ ਹੈ ਸਾਡੇ, ਇੱਥੋਂ ਸ਼ੁਰੂ ਹੋ ਜਾਓ, ਮਰਿੰਡਾ, ਸਮਰਾਲਾ, ਖਮਾਣੋ, ਸਾਹਨੇਆਲ, ਲੁਧਿਆਣੇ ਤੱਕ ਪਹਿਲੇ ਪੰਜ ਜੇ ਇਸ ਸੜਕ 'ਤੇ ਖੋਲ੍ਹ ਦੇਣਗੇ ਤਾਂ ਜ਼ਿਆਦਾ ਵਧੀਆ ਲੱਗੂਗਾ। ਸਰ ਬਾਰਡਰ ਏਰੀਆ ਵੀ ਬਹੁਤ ਪਿਛੜਿਆ ਹੋਇਆ ਉੱਧਰ, ਬਾਰਡਰ ਏਰੀਆ ਫਾਜ਼ਿਲਕਾ ਜਲਾਲਾਬਾਦ ਵਾਲੀ ਸਾਈਡ ਵੀ ਖੋਲ੍ਹ, ਫਿਰ ਇੱਧਰ ਨੂੰ ਭੇਜ ਦਾਂਗੇ ਪਟਿਆਲੇ ਨੂੰ, ਫਿਰ ਗਾਂਹ ਭੇਜ ਦਾਂਗੇ ਸੰਗਰੂਰ ਨੂੰ। ਵਧੀਆ ਫਿਲਮ ਅਸੀਂ ਬਾਹਰ ਸ਼ੂਟ ਕਰਕੇ ਆਏ ਸੀ, ਬਾਹਰ ਸ਼ੂਟਿੰਗ 'ਚ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ। ਆਮ ਤੌਰ 'ਤੇ ਤੁਸੀਂ ਜਦੋਂ ਪੰਜਾਬੀ ਫਿਲਮਾਂ ਦੇਖਦੇ ਹੋ ਤਾਂ ਤਕਰੀਬਨ ਉਹ ਇੱਕ ਘਰ 'ਚ ਸ਼ੂਟ ਹੋ ਜਾਂਦੀ ਹੈ ਅਤੇ ਇੱਕ ਸਟੋਕ ਸ਼ਾਟ ਹੁੰਦਾ ਉਹਦੇ 'ਚ ਜਿਹੜਾ ਡਾਊਨ ਡਾਊਨ ਆਉਂਦਾ। ਪਰ ਮੇਰੀ ਤਮੰਨਾ ਸੀ ਕਿ ਜੇ ਬਾਹਰ ਸ਼ੂਟ ਕਰਨੀ ਹੈ ਤਾਂ ਉਸ ਤਰ੍ਹਾਂ ਦੀਆਂ ਲੋਕੇਸ਼ਨਸ ਦੇਖਣ ਜਿਹੜੇ ਇੱਥੇ ਸਾਡੇ ਸੱਜਣ ਕਦੇ ਬਾਹਰ ਨਹੀਂ ਗਏ ਤਾਂ ਉਹਨਾਂ ਨੂੰ ਇੱਕ ਨਵੀਂ ਚੀਜ਼ ਦੇਖੇ। ਪਰ ਉਹ ਬਾਹਰ ਕਰਨ 'ਚ ਸਾਨੂੰ ਦਿੱਕਤ ਬਹੁਤ ਆਈ, ਜਿਹੜਾ ਕੰਮ ਅਸੀਂ ਇੱਕ ਮਹੀਨੇ 'ਚ ਕਰਨਾ ਸੀ ਉਹਨੂੰ ਸਵਾ ਦੋ ਮਹੀਨੇ ਲੱਗ ਗਏ, ਉੱਥੇ ਪ੍ਰੋਡਕਸ਼ਨ ਦੀ ਬੜੀ ਪ੍ਰੋਬਲਮ ਹੈ, ਉਸ ਕਰਕੇ ਥੋੜ੍ਹਾ ਜਿਹਾ ਡਿਲੇ ਹੋ ਗਿਆ। 15 ਦਿਨ ਦਾ ਉਹਦਾ ਥੋੜ੍ਹਾ ਜਿਹਾ ਕੰਮ ਰਹਿੰਦਾ, ਹੁਣ ਮੈਨੂੰ ਬਾਹਰ ਜਾਣਾ ਪੈਣਾ ਇੱਕ ਮਹੀਨੇ ਲਈ, ਫਿਰ ਆ ਕੇ ਤਾਂ ਕਰਾਂਗੇ ਮੈਨੂੰ ਲੱਗਦੀ ਹੈ। ਬੇਸਿਕ ਰਿਲੀਜ਼ ਤਾਂ ਮਾਰਚ 'ਚ ਹੀ ਜਾਊਗੀ ਜਾਂ ਫਰਵਰੀ 'ਚ, ਉਹ ਤੋਂ ਪਹਿਲਾਂ ਤਾਂ ਜਾਊਗੀ। ਬਾਲੀਵੁੱਡ ਕੀ ਹੈ, ਕੁਛ ਕੁਛ ਆਪਣੇ ਕੋਲ ਛੋਟੇ ਫਲੈਟ ਆ, ਉੱਥੇ ਆਪਣੇ ਨਾਲ ਜ਼ਿਆਦਾ ਭੀੜ ਹੈ, ਚੰਡੀਗੜ੍ਹ ਵਰਗਾ ਤਾਂ ਸ਼ਹਿਰ ਹੀ ਕੋਈ ਹੈ ਨਹੀਂ। ਮੈਂ ਜਾਣਦਾ ਬਾਲੀਵੁੱਡ ਜਿੰਨਾ ਨਾ ਕਬੱਡੀ ਵਾਲਾ ਖੇੜਾ ਜਿਹਾ ਕੱਢ ਕੇ ਆ ਜਾਂਦਾ, ਅਜੇ ਮੈਂ ਬਾਹਰ ਬਾਹਰ ਘੁੰਮਦਾ, ਮੈਨੂੰ ਅੰਦਰ ਵੜਨ ਦਾ ਥੋੜ੍ਹਾ ਜਿਹਾ ਵਕਤ ਨਹੀਂ ਮਿਲਦਾ। ਕੁਛ ਉੱਥੇ ਸਿਸਟਮ ਥੋੜ੍ਹਾ ਜਿਹਾ ਹੋਰ, ਉਹ ਸ਼ਹਿਰ ਰਿਲੇਸ਼ਨਾਂ 'ਤੇ ਚੱਲਦਾ, ਉੱਥੇ ਥੋੜ੍ਹਾ ਜਿਹਾ ਰਹਿਣਾ ਪਊਗਾ, ਉੱਥੇ ਤੁਹਾਨੂੰ 6 ਮਹੀਨੇ ਸਾਲ ਬੈਠਣਾ ਪਊਗਾ, ਫਿਰ ਤੁਹਾਨੂੰ ਤੁਹਾਡੇ ਸਮਕਾਲੀ ਦਿਮਾਗ ਮਿਲਣਗੇ, ਫਿਰ ਤੁਸੀਂ ਕੰਮ ਕਰੋਗੇ। ਅਦਾਕਾਰੀ ਕਰਨੀ ਸੌਖੀ ਹੈ ਪਰ ਕਿੱਲ ਕੱਢਣਾ ਥੋੜ੍ਹਾ ਜਿਹਾ ਔਖਾ, ਫਿਰ ਜੇ ਤਾਂ ਜਾਵਾਂਗੇ ਕਿੱਲ ਹੀ ਕੱਢਾਂਗੇ, ਨਹੀਂ ਤਾਂ ਫਿਰ ਇੱਥੇ ਹੀ ਵਧੀਆ। ਹਾਂਜੀ ਜੇ ਤੁਸੀਂ ਗੇੜੀ ਰੋਡ ਤੇ ਬਾਲੀਵੁੱਡ ਵੱਲ ਨਿਕਲੇ ਤਾਂ ਇੰਡੀਅਨ ਬਾਕਸ ਵੱਲ ਵੀ ਹੈ ਕੁਛ, ਜਿੱਦਾਂ ਮੈਂ ਗੱਲ ਨਹੀਂ ਸਮਝ ਰਿਹਾ, ਟੀਵੀ ਸ਼ੋਅਜ਼ ਜਿਹੜੇ ਰਿਐਲਿਟੀ ਸ਼ੋਅਜ਼ ਵਗੈਰਾ ਚੱਲਦੇ? ਰਿਐਲਿਟੀ ਸ਼ੋਅ ਤਾਂ ਚੰਗੇ ਹੁੰਦੇ ਆ, ਮਾੜੇ ਨਹੀਂ। ਤੁਹਾਡਾ ਪਾਰਟਿਸਪੇਸ਼ਨ? ਮੇਰੇ ਡਿਪਾਰਟਮੈਂਟ ਬਹੁਤ ਆ, ਕਈ ਵਾਰੀ ਮੈਂ ਆਪ ਇੰਨਾ ਇਰੀਟੇਟ ਹੋ ਜਾਂਦਾ, ਮੈਂ ਸਾਰਾ ਕੁਝ ਜਿੱਦਾਂ ਲਾ ਕੇ ਪਿੰਡ ਚਲੇ ਜਾਂਦਾ, ਲਿਖਣਾ ਵੀ ਹੈ, ਗਾਉਣਾ ਵੀ ਹੈ, ਫਿਰ ਉਹਨੂੰ ਮਿਊਜ਼ਿਕ, ਫਿਰ ਫਿਲਮਾਂ ਵਾਲੇ ਪਾਸੇ ਨੂੰ ਵੀ ਮੈਂ ਥੋੜ੍ਹੀ ਜਿਹੀ ਜੱਦੋ ਜਹਿਦ ਹੋਰ ਤਰ੍ਹਾਂ ਦੀ ਕਰ ਰਿਹਾ ਸੀ ਕਿ ਪੰਜਾਬੀ ਸਿਨੇਮਾ ਜਿਹੜਾ ਕਾਗਜ਼ਾਂ 'ਚ ਬਹੁਤ ਤਰੱਕੀ 'ਤੇ ਹੈ, ਪਰ ਦਰਅਸਲ ਜੇ ਤੁਸੀਂ ਅੰਕੜੇ ਕੱਢੋਗੇ ਤਾਂ ਤਰੱਕੀ 'ਤੇ ਹੈ ਨਹੀਂ। ਤੁਸੀਂ ਫੇਸਬੁੱਕ 'ਤੇ ਪੜ੍ਹਦੇ ਵੀ ਬਹੁਤ ਕਰੋੜ ਕਮਾ ਗਈ, ਤੁਸੀਂ ਚੈੱਕ ਕਰਿਆ ਕਰੋ ਪੱਤਰਕਾਰ ਹੋ, ਜਦੋਂ ਕੋਈ ਬੰਦਾ ਕਹਿੰਦਾ ਮੇਰੀ ਫਿਲਮ 20 ਕਰੋੜ ਕਮਾ ਗਈ ਫੇਸਬੁੱਕ 'ਤੇ, ਉਹਦਾ ਦੇਖਿਆ ਕਰੋ ਵੀ ਘਰ ਨੂੰ ਨਵਾਂ ਪਿੰਡ ਹੋਇਆ ਕਿ ਉਹਨੇ ਨਵਾਂ ਪਲੌਟ ਲਿਆ ਜਾਂ ਉਹਨੇ ਨਵੀਂ ਕਾਰ ਲਈ ਹੈ। ਜੇ 4 ਚੀਜ਼ਾਂ ਨਹੀਂ, ਇਹ ਹੋ ਨਹੀਂ ਸਕਦਾ ਪੰਜਾਬੀ ਕੋਲ ਪੈਸੇ ਹੋਣ ਅਤੇ ਘਰ ਨੂੰ ਰੰਗ ਨਾ ਹੋਵੇ। ਅੱਜ ਤਾਂ ਕਣਕ ਆਉਣ ਤੋਂ ਪਹਿਲੇ ਲੱਗ ਜਾਂਦੇ ਰੰਗ ਕਰਾਉਣ ਦੀ ਗੱਲ ਕਰ ਜਾਂਦੇ। ਸੋ ਇਸ ਕਰਕੇ ਮੈਂ ਉਸ ਤਰ੍ਹਾਂ ਦੇ ਸਿਨੇਮੇ ਦੀ ਜਿਹੜੀ ਸਿਰਜਣਾ ਦੀ ਕਲਪਨਾ ਕਰ ਰਿਹਾ, ਜਿਹੜਾ ਸੱਤਿਆਜੀਤ ਰੇ ਦਾ ਸਿਨੇਮਾ, ਮੈਂ ਉਹਦੇ ਲਈ ਕਹਾਣੀਆਂ ਦੀ ਖੋਜ ਕਰ ਰਿਹਾ। ਇਹ ਨਹੀਂ ਕਿ ਮੈਂ ਲਿਖੂੰਗਾ, ਚੰਗੇ ਨਾਵਲ ਮਿਲ ਜਾਣ ਮੈਨੂੰ, ਗਾਰਗੀ ਸਾਹਿਬ ਦੀਆਂ ਕੁਛ ਚੀਜ਼ਾਂ, ਕੁਛ ਕਮਲ ਸਾਹਿਬ ਦੀਆਂ, ਇਹਨਾਂ ਲੋਕਾਂ ਦੀਆਂ ਚੀਜ਼ਾਂ ਕੱਢੀ, ਇੱਕ ਪੈਰਲਲ ਸਿਨੇਮਾ ਖੜਾ ਕਰੀਏ। ਇੱਕ ਵਕਤ ਸੀ ਜਦੋਂ ਹਾਲੀਵੁੱਡ ਬਹੁਤ ਮਹਿੰਗਾ ਹੋ ਗਿਆ ਸੀ, ਫਿਰ ਉਹਨਾਂ ਨੇ ਪੈਰਲਲ ਸਿਨੇਮਾ ਸ਼ੁਰੂ ਕੀਤਾ। ਇੱਦਾਂ ਹੀ ਬਾਲੀਵੁੱਡ ਦੀ ਬਾਅਦ ਜਿਹੜਾ ਸਾਡੇ ਵਾਲਾ ਸਿਨੇਮਾ, ਸਾਨੂੰ ਖਰਚੇ ਉਹ ਨਹੀਂ ਪੈ ਜਾਂਦੇ 4 ਕਰੋੜ 5 ਕਰੋੜ, ਪਰ ਉਹ 5 ਕਰੋੜ ਤਾਂ ਮਿਲਦਾ ਜੇ 15 ਤੋਂ 18 ਕਮਾ ਕੇ ਆਉਂਦੀ। ਸੋ ਇਸ ਕਰਕੇ 60% ਦਾ ਸਿਨੇਮਾ ਲੈ ਜਾਂਦਾ, ਅਤੇ ਸਰਕਾਰ ਨੂੰ ਇਹ ਵੀ ਕਹਿਣਾ ਪਊਗਾ ਕਿ ਜਿਹੜਾ ਸਿਨੇਮੇ ਦਾ ਟੈਕਸ ਨਾ ਮਾਫ ਕਰੋ, ਪੰਜਾਬੀ ਫਿਲਮਾਂ ਦਾ ਕਰੋ ਮੇਰਾ ਵੀ। ਸੋ ਇਹ ਕਈ ਚੀਜ਼ਾਂ ਪੱਤਰਕਾਰ ਬੁੱਧੀਜੀਵ ਵਰਗ ਸਾਡੇ ਅਲੱਗ ਹੋ ਜਾਂਦਾ, ਅਸੀਂ ਖਿੱਤੇ ਬਣਾ ਲਏ, ਪੱਤਰਕਾਰਾਂ ਦੀ ਆਰਟਿਸਟਾਂ ਨਾਲ ਖੈਰ ਚੱਲ ਪੈਂਦੀ ਆ, ਉਹ ਦੂਜੇ ਨਾਲ ਅਸੀਂ ਇਕੱਠੇ ਨਹੀਂ, ਜਦਕਿ ਆਪਾਂ ਇੱਕੋ ਡਿਪਾਰਟਮੈਂਟ, ਤੁਸੀਂ ਵੀ ਅਸੀਂ ਵੀ ਸਾਰੇ ਇੱਕੋ ਡਿਪਾਰਟਮੈਂਟ, ਆਪਾਂ ਸਾਰੇ ਮਨੋਰੰਜਨ ਕਰਦੇ ਹਾਂ, ਤੁਸੀਂ ਖਬਰਾਂ ਪਹੁੰਚਾਓ, ਤਾਂ ਆਪਾਂ ਨੂੰ ਇਕੱਠੇ ਹੋ ਕੇ ਉਪਰਾਲਾ ਕਰਨਾ ਪਊਗਾ। ਇੰਨੀ ਜ਼ਮੀਨ ਪਈ ਆ ਮੁੱਲਾਂ ਪਰ ਕੋਲ ਫਿਲਮ ਸੀਟੀ, ਇੱਥੇ ਕਿਉਂ ਨਹੀਂ ਬਣਦਾ? ਉਹ ਲੋਕ ਤਾਂ ਤਰਸਦੇ ਚੰਡੀਗੜ੍ਹ ਆਉਣ, ਇੱਥੇ ਕਾਲੋਨੀ ਕਿਉਂ ਨਹੀਂ ਬਣਦੀ? ਤੁਸੀਂ ਪੈਸੇ ਰੱਖੋ ਵੀ ਇੱਥੇ ਇੰਨੇ ਦਾ ਫਲੈਟ ਮਿਲੂਗਾ, ਫਿਰ ਵੀ ਕਾਲੋਨੀ ਲੋਕ ਭੱਜੇ ਹੋਣਗੇ ਬੰਬੇ ਤੋਂ। ਸੋ ਉਹਦੇ ਲਈ ਕਿੰਨਾ ਸਰਕਾਰ ਨੂੰ ਕਿੰਨਾ ਫਾਇਦਾ ਹੋ ਗਿਆ? ਸੋ ਮੈਨੂੰ ਲੱਗਦਾ ਇਹ ਸਾਰੇ ਉਪਰਾਲੇ, ਕੁਛ ਸੁਹਿਰਦ ਬੰਦੇ ਤੁਹਾਡੇ 'ਚ ਹੋਣ, ਕੁਛ ਕਲਾਕਾਰਾਂ 'ਚ ਹੋਣ,
ਆਪਣੀ ਜਿਹੜੀ ਈਗੋ ਨਿਕਲੇ ਤਾਂ ਆਪਾਂ ਕੁਛ ਇੱਦਾਂ ਦਾ ਕਰਨ ਲੱਗ ਗਏ ਜਿਹਦੇ ਨਾਲ ਇੱਕ ਇੰਡਸਟਰੀ ਸ਼ੁਰੂ ਹੋ ਜਾਵੇ, ਕਿਉਂਕਿ ਇੱਕ ਫਿਲਮ ਸਿੱਧੇ ਜਾਂ ਅਸਿੱਧੇ ਤੌਰ 'ਤੇ 200 ਤੋਂ 300 ਬੰਦੇ ਨੂੰ ਕੰਮ ਦਿੰਦੀ ਹੈ, ਕਿੰਨੀ ਆਪਾਂ ਨੌਕਰੀਆਂ ਜਨਰੇਟ ਕਰਦੀਆਂ। ਇੱਥੇ ਹੁਣ ਆਪਣੇ ਨੌਕਰੀਆਂ ਦੇ ਮੇਲੇ ਵੀ ਲੱਗਦੇ ਆ, ਪਰ ਇਹ ਵੀ ਇੱਕ ਕਿਸਮ ਦੀ ਨੌਕਰੀ ਹੈ। ਸਪੋਟ ਬੋਆਏ ਨੂੰ 1000 ਰੁਪਇਆ ਮਿਲਦਾ, ਮਤਲਬ 30,000 ਰੁਪਇਆ ਉਹਦਾ ਇੱਕ ਮਹੀਨੇ ਦਾ ਹੋ ਗਿਆ, ਜਦਕਿ ਆਮ ਜਦੋਂ ਕੋਈ ਬੰਦਾ ਕਿਤੇ ਨੌਕਰੀ ਕਰਦਾ ਉਹਨੂੰ 8 ਤੋਂ 7 ਹਜ਼ਾਰ ਰੁਪਇਆ ਮਿਲਦਾ। ਸੋ ਇਸ ਕਰਕੇ ਆਪਣੀ ਇੰਡਸਟਰੀ ਬਹੁਤ ਵਧੀਆ, ਬਸ਼ਰਤ ਕਿ ਇਹਦੇ ਪੱਕੇ ਬੈਕ ਕੰਮ ਹੋ ਜਾਏ। ਮਾਨ ਸਾਹਿਬ, ਜਿਵੇਂ ਫਿਲਮ ਦੀ ਗੱਲ ਹੋਈ ਤਾਂ ਸੁਣਿਆ ਚਾਹੇ ਚਮਕੀਲੇ ਦੇ ਉੱਤੇ ਵੀ ਤੁਸੀਂ ਫਿਲਮ ਬਣਾਉਣ ਜਾ ਰਹੇ ਹੋ, ਕਿਧਰੋਂ ਆਈ ਆਵਾਜ਼? ਕਿਧਰੋਂ? ਚਮਕੀਲੇ ਤੇ ਇਹ ਸ਼ਰਮਾ ਜੀ ਮੇਰਾ ਯਾਰ, ਇਹ ਸਾਰਾ ਕੰਮ ਇਹਨਾਂ ਨੂੰ ਸੁਭਾਅ ਦਾ, ਇੰਨੀ ਇੰਨਾ ਸਟ੍ਰੈਸ ਲੈ ਕੇ ਫਿਰ ਗੀਤ ਸਫ਼ਰ ਕਰਦੇ ਸੀ, ਕੰਮ ਨਹੀਂ ਸੀ ਹੁੰਦਾ। ਇਸ ਕਰਕੇ ਫਿਲਮ ਵਾਲਾ ਡਿਪਾਰਟਮੈਂਟ ਇਹਨਾਂ ਨੂੰ ਦਿੱਤਾ। ਚਮਕੀਲਾ ਫੈਮਿਲੀ ਨੂੰ ਇਹਨੇ ਵੀ ਸੱਚ ਬੋਲਣਾ, ਮੈਂ ਬੋਲ ਦੂੰਗਾ। ਉਹਨਾਂ ਨਾਲ ਕੁਛ ਪੈਸਿਆਂ 'ਚ ਡਿਸਕਸ਼ਨ ਹੋਈ ਸੀ, ਮੇਰਾ ਖਿਆਲ 50% ਤਾਂ ਪੈਸੇ ਉਹਨਾਂ ਨੂੰ ਦੇ ਦਿੱਤੇ ਸੀ, ਜਿਹਦੇ 'ਚ ਕੀ ਹੁੰਦਾ ਕਿ ਫਿਲਮ ਦੇ ਰਾਈਟਸ ਪਰਪੈਚੁਅਲ ਲਿਖਣੇ ਆ, ਉਹ ਕੁਛ ਉਹਦੇ ਐਗਰੀਮੈਂਟ 'ਚ ਜੇ ਧਾਰਾ ਦੁਬਾਰਾ ਐਡ ਕਰਨੀ ਪੈਣੀ ਹੈ। ਉਹਨਾਂ ਨੇ ਕੁਛ ਕੁਛ ਹੋਰ ਸਾਈਨ ਕਰਿਆ, ਕੰਪਨੀ ਦਾ ਕੁਛ ਹੋਰ ਹੈਗਾ ਸੀ। ਪਰ ਤੁਸੀਂ ਇਸ ਚੀਜ਼ ਲਈ ਪੁੱਛ ਰਹੇ ਹੋ ਕਿ ਕੀ ਚਮਕੀਲੇ ਦਾ ਪਾਰਟ ਮੈਂ ਕਰ ਰਿਹਾ, ਮੈਂ ਨਹੀਂ ਕਰ ਰਿਹਾ। ਜਿਹੜੀ ਫਿਲਮ ਸ਼ਰਮਾ ਜੀ ਕੋਲ ਰਾਈਟਸ ਜ਼ਰੂਰ ਹੈ, ਬਟ ਮੈਂ ਨਹੀਂ ਕਰ ਰਿਹਾ, ਕਿਉਂਕਿ ਸਿਨੇਮੇ 'ਚ ਜਾਂ ਆਪਾਂ ਜਦੋਂ ਕਿਸੇ ਦੀ ਬਾਇਓਗ੍ਰਾਫੀ ਬਣਾਉਂਦੇ ਉਹਦੇ 'ਚ ਬਹੁਤ ਚੀਜ਼ਾਂ ਚਾਹੀਦੀਆਂ। ਇਹ ਜ਼ਰੂਰੀ ਨਹੀਂ ਕਿ ਇੱਕ ਬੰਦਾ ਜੇ ਕਾਮਯਾਬ ਹੋ ਜਾਵੇ ਅਤੇ ਆਪਾਂ ਉਹਦੇ 'ਤੇ ਫਿਲਮ ਬਣਾ ਦਈਏ, ਉਹਦੀ ਜ਼ਿੰਦਗੀ ਦੀ ਜੱਦੋ ਜਹਿਦ ਕੀ ਹੈ, ਉਹਦੇ 'ਚ ਉਸ ਗੱਲਾਂ ਤੋਂ ਬਿਨਾਂ ਹੋਰ ਕੀ ਗੁਣ ਹੈ। ਜਦੋਂ ਜੇ ਉਹ ਜਿਸ ਤਰ੍ਹਾਂ ਦੇ ਗੁਣ ਮੈਂ ਭਾਲਦਾ, ਮੈਨੂੰ ਤਾਂ ਨਹੀਂ ਅਜੇ ਸਮਝ ਆਏ, ਅਤੇ ਇਸ ਕਰਕੇ ਮੈਂ ਉਹਦੇ 'ਚ ਅਦਾਕਾਰੀ ਨਹੀਂ ਕਰ ਰਿਹਾ। ਬਟ ਹਾਂ, ਉਹ ਕੁਛ ਆਪਣਾ ਸੱਜਣ ਇੱਕ ਦੋ, ਅਤੇ ਮੇਰੀ ਸਲਾਹ ਸੀ ਕਿ ਉਹ ਮਿਲ ਕੇ ਬਣਾ ਲੈਣ ਤਾਂ ਚੰਗਾ।